ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ ਔਰ ਭਾਰਤੀ ਜੀ ਨਾਲ ਅੱਜ ਦਿਨ ਸੋਮਵਾਰ 27 ਮਈ 2019 ਵਾਲੇ ਦਿਨ ਇੱਕ ਵਾਰ ਫਿਰ ਤੁਹਾਡਾ ਔਰ ਸਾਡਾ ਸਾਥ ਰਹੇਗਾ ਠੀਕ 6:30 ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ ਇਹ ਪ੍ਰੋਗਰਾਮ ਤੁਸੀਂ ਲਾਈਵ ਹਰ ਸੋਮਵਾਰ 5 ਵਜੇ ਤੋਂ 6:30 ਤੱਕ ਸੁਣਦੇ ਹੋ ਪਲੈਨਟ ਰੇਡੀਓ ਤੋਂ ਔਰ ਅਗਰ ਤੁਸੀਂ ਔਕਲੈਂਡ ਤੋਂ ਬਾਹਰ ਹੋ ਨਿਊਜ਼ੀਲੈਂਡ ਤੋਂ ਬਾਹਰ ਹੋ ਤਾਂ ਇਹ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ ਇੰਟਰਨੈਟ ਦੇ ਰਾਹੀਂ planetaudio.org/radioinclab ਵੈਬਸਾਈਟ ਦਾ ਪਤਾ ਜਾਂ ਜਿਹੜੇ ਸਾਡੇ ਪਿਛਲੇ ਪ੍ਰੋਗਰਾਮ ਨੇ ਉਹ ਅਸੀਂ ਅਪਲੋਡ ਕਰ ਦਿੰਦੇ ਹਾਂ ਯੂਟਿਊਬ ਚੈਨਲ ਹੈ ਰੇਡੀਓ ਇਨਕਲਾਬ ਦੇ ਨਾਮ 'ਤੇ ਉੱਥੇ ਤੁਸੀਂ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ ਦੇਖ ਸਕਦੇ ਹੋ ਫੇਸਬੁੱਕ ਦਾ ਵੀ ਪੇਜ ਇਸੇ ਨਾਮ ਤੋਂ ਹੀ ਹੈ ਰੇਡੀਓ ਇਨਕਲਾਬ ਤੋਂ ਔਰ ਉਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਵੈਬਸਾਈਟ ਦਾ ਪਤਾ
ਦਿੱਤਾ ਉਹ ਪਲੈਨਟ ਆਡੀਓ ਪਲੈਨਟ ਰੇਡੀਓ ਦੀ ਵੈਬਸਾਈਟ ਹੈ ਉੱਥੇ ਵੀ ਤੁਸੀਂ ਲਾਈਵ ਔਰ ਪਿਛਲੇ ਪ੍ਰੋਗਰਾਮ ਵੀ ਸੁਣ ਸਕਦੇ ਹੋ ਤੋ ਅੱਜ ਦੇ ਪ੍ਰੋਗਰਾਮ 'ਚ ਜੋ ਕੁਛ ਰਹੇਗਾ ਉਹ ਤੁਹਾਡੇ ਨਾਲ ਮੈਂ ਸਾਂਝ ਪਾਉਂਦੀ ਚੱਲਾਂ ਜਲਦ ਹੀ ਅਸੀਂ ਸੰਪਰਕ ਕਰਾਂਗੇ ਮਨਪ੍ਰੀਤ ਕੌਰ ਧਾਲੀਵਾਲ ਜਿਨ੍ਹਾਂ ਨਾਲ ਅਸੀਂ ਕੁਝ ਅਰਸਾ ਪਹਿਲੇ ਵੀ ਗੱਲ ਕੀਤੀ ਸੀ ਮਨਪ੍ਰੀਤ ਇੱਥੇ ਸਕੂਲ ਟੀਚਰ ਨੇ ਔਰ ਜਿਸ ਤਰ੍ਹਾਂ ਕਿ ਸ਼ਾਇਦ ਤੁਹਾਨੂੰ ਮੇਨ ਸਟ੍ਰੀਮ ਮੀਡੀਆ ਤੋਂ ਪਤਾ ਲੱਗ ਗਿਆ ਹੋਵੇ ਕਿ ਆਉਂਦੇ ਬੁੱਧਵਾਰ ਯਾਨੀ ਕਿ 29 ਮਈ ਨੂੰ ਇੱਥੇ ਪੂਰੇ ਦੇਸ਼ ਵਿੱਚ ਪ੍ਰਾਈਮਰੀ ਸਕੂਲ ਇੰਟਰਮੀਡੀਏਟ ਸਕੂਲ ਔਰ ਜਿਹੜੇ ਹਾਈ ਸਕੂਲ ਨੇ ਉਹ ਸਾਰੇ ਹੀ ਜਿਹੜੇ ਯੂਨੀਅਨ ਮੈਂਬਰਸ ਨੇ NZEI ਯਾਨੀ ਕਿ ਨਿਊਜ਼ੀਲੈਂਡ ਐਜੂਕੇਸ਼ਨ ਇੰਸਟੀਟਿਊਟ ਯੂਨੀਅਨ ਹੈ ਟੀਚਰਸ ਦੀ ਔਰ ਨਾਲ ਹੀ ਜਿਹੜੇ ਪ੍ਰਿੰਸੀਪਲਸ ਦੀ ਵੀ ਐਸੋਸੀਏਸ਼ਨ ਹੈ PPTA ਉਹਨਾਂ ਨੇ ਹੜਤਾਲ ਦਾ ਐਲਾਨ ਕੀਤਾ ਤੋ ਉਸ ਦਿਨ ਜ਼ਿਆਦਾਤਰ ਸਕੂਲ ਜਿਹੜੇ ਬੰਦ ਰਹਿਣਗੇ ਤੋ ਅਸੀਂ ਮਨਪ੍ਰੀਤ ਨਾਲ ਜਲਦ ਹੀ ਗੱਲ ਕਰਾਂਗੇ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਐਕਸ਼ਨ ਹੋ ਚੁੱਕਿਆ ਤੋ ਕਿਉਂ ਦੁਬਾਰਾ ਜ਼ਰੂਰਤ ਪਈ ਹੈ ਔਰ ਇਹ ਜਿਹੜੀ ਹੈ ਕਿ ਵਨ ਆਫ ਸਟ੍ਰਾਈਕ ਨਹੀਂ ਹੈ ਮੇਰਾ ਖਿਆਲ ਹੈ ਕਾਫੀ ਇਸ ਤੋਂ ਬਾਅਦ ਹੋਰ ਵੀ ਐਕਸ਼ਨ ਚੱਲਦਾ ਰਹੇਗਾ ਜਦ ਤੱਕ ਜਿਹੜੇ ਟੀਚਰਸ ਨੇ ਉਹਨਾਂ ਦੀਆਂ ਜੋ ਮੰਗਾਂ ਨੇ ਸਿਰਫ ਔਰ ਸਿਰਫ ਤਨਖਾਹ ਨੂੰ ਵਧਾਉਣ ਦੀਆਂ ਮੰਗਾਂ ਨਹੀਂ ਹਨ ਇੱਕ ਜਿਸ ਤਰੀਕੇ ਨਾਲ ਉਹਨਾਂ ਕੋਲੋਂ ਕੰਮ ਕਰਵਾਇਆ ਜਾਂਦਾ ਹੈ ਜਿਹੜਾ ਵਰਕਲੋਡ ਹੈ ਔਰ ਵਰਕਿੰਗ ਕੰਡੀਸ਼ਨਸ ਨੇ ਜਿਹੜੀਆਂ ਉਹਨਾਂ ਉਹ ਸਾਰੀ ਗੱਲਬਾਤ ਨੂੰ ਲੈ ਕੇ ਵੀ ਮੰਗਾਂ ਨੇ ਤੋ ਜਲਦ ਹੀ ਅਸੀਂ ਮਨਪ੍ਰੀਤ ਨਾਲ ਗੱਲਬਾਤ ਕਰਾਂਗੇ ਉਹ ਜ਼ਿਆਦਾ ਚੰਗੇ ਢੰਗ ਨਾਲ ਔਰ ਜ਼ਿਆਦਾ ਵਿਸਥਾਰ 'ਚ ਸਾਨੂੰ ਸਾਰਾ ਕੁਛ ਦੱਸ ਸਕਣਗੇ ਔਰ ਆਉਂਦੇ ਬੁੱਧਵਾਰ ਅਸੀਂ ਸਾਰੇ ਕੀ ਕੁਝ ਕਰ ਸਕਦੇ ਹਾਂ ਆਪਣੇ ਅਧਿਆਪਕਾਂ ਨੂੰ ਸਮਰਥਨ ਦੇਣ ਲਈ ਉਸ ਤੋਂ ਬਾਅਦ ਦੂਸਰੇ ਬੁਲਾਰੇ ਅੱਜ ਦੇ ਪ੍ਰੋਗਰਾਮ 'ਚ ਰਹਿਣਗੇ ਸਾਥੀ ਮੇਰਾ ਖਿਆਲ ਇਹਨਾਂ ਦਾ ਨਾਮ ਰਣਵੀਰ ਸਿੰਘ ਹੈ ਹਾਂਜੀ ਰਣਵੀਰ ਸਿੰਘ ਜਿਹੜੇ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਫਰੀਦਕੋਟ ਵਿੱਚ ਇੱਕ ਨੌਜਵਾਨ ਜਸਪਾਲ ਸਿੰਘ ਜਿਨ੍ਹਾਂ ਨੂੰ ਪੁਲਿਸ ਨੇ ਅਗਵਾ ਕਰਕੇ ਸਾਨੂੰ ਲੱਗਦਾ ਕਿ ਉਹਨਾਂ ਦਾ ਕਤਲ ਕਰ ਦਿੱਤਾ ਹੁਣ ਤਾਂ ਕਾਫੀ ਕੁਝ ਸਾਹਮਣੇ ਵੀ ਆ ਗਿਆ ਜਿਹਦੇ ਤੋਂ ਉਹ ਸਾਫ ਜ਼ਾਹਿਰ ਹੋ ਰਿਹਾ ਕਿ ਕਤਲ ਕਰ ਦਿੱਤਾ ਗਿਆ ਔਰ ਨੌਜਵਾਨ ਦੀ ਲਾਸ਼ ਉਹਦੇ ਮਾਪਿਆਂ ਦੇ ਹਵਾਲੇ ਨਹੀਂ ਕੀਤੀ ਗਈ ਕੁਝ ਦੱਸਿਆ ਨਹੀਂ ਜਾ ਰਿਹਾ ਤੋ ਪਿਛਲੇ 4-5 ਦਿਨਾਂ ਤੋਂ ਪੰਜਾਬ ਭਰ ਵਿੱਚ ਖਾਸ ਕਰਕੇ ਫਰੀਦਕੋਟ ਵਿੱਚ ਬੜੇ ਵੱਡੇ ਪੱਧਰ 'ਤੇ ਜਿਹੜਾ ਕਿ ਰੋਸ ਪ੍ਰਗਟ ਕੀਤਾ ਜਾ ਰਿਹਾ ਐਕਸ਼ਨ ਕਮੇਟੀ ਵੀ ਬਣ ਗਈ ਹੈ ਜਿਹਦੇ 'ਚ ਕਾਫੀ ਸਾਰੀਆਂ ਜਥੇਬੰਦੀਆਂ ਨੇ ਤੋ ਸਾਥੀ ਰਣਵੀਰ ਸਾਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਦੇਣਗੇ ਆਉਂਦੇ ਬੁੱਧਵਾਰ ਵੀ ਕਾਫੀ ਵੱਡਾ ਐਕਸ਼ਨ ਉਹਨਾਂ ਨੇ ਜਿਹੜਾ ਉਹਦਾ ਆਯੋਜਨ ਕੀਤਾ ਹੋਇਆ ਉਹ ਵੀ ਉਹਨਾਂ ਕੋਲੋਂ ਜਿਹੜੀ ਸਾਰੀ ਜਾਣਕਾਰੀ ਅਸੀਂ ਲੈਂਦੇ ਚੱਲਾਂਗੇ ਤੋ ਹੁਣ ਅਸੀਂ ਇੱਕ ਗੀਤ ਤੁਹਾਡੀ ਨਜ਼ਰ ਕਰਕੇ ਤੋ ਕੋਸ਼ਿਸ਼ ਕਰਾਂਗੇ ਕਿ ਮਨਪ੍ਰੀਤ ਨਾਲ ਅਸੀਂ ਰਾਬਤਾ ਕਰੀਏ ਤੋ ਦੋਸਤੋ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਾ ਤੁਸੀਂ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਬੰਗਾਲ ਦਾ ਕਵੀ ਸਲਬ ਸ੍ਰੀ ਰਾਮ ਸਿੰਘ ਹਿੰਦੁਸਤਾਨ ਦੇ ਲੋਕਾਂ ਨੂੰ ਸੁਣਿਆ ਦਿੰਦਾ ਹੈ ਭਟਕ ਨਾ ਜਾਏ ਸਾਥੀਓ ਕਦਮ ਯੇ ਇਨਕਲਾਬ ਕੇ भटक न जाए साथिया कदम ये इंकलाब के कदम ये Thank you.
था तुमने जो हुआ खत्म ना वह सफर अभी भी दोस्तों खड़े हो तुम अजीब मोड़ पे वो तुमसे छिन गए हैं जो बजात खुद हुए अमर तुम्हारी धड़कनों में है उन्हीं के खून का ਦੋਸਤੋ ਇਸ ਵਕਤ ਸਾਡੇ ਨਾਲ ਫੋਨ ਲਾਈਨ 'ਤੇ ਹੋ ਗਏ ਨੇ ਮਨਪ੍ਰੀਤ ਕੌਰ ਧਾਲੀਵਾਲ ਜਿਸ ਤਰ੍ਹਾਂ ਕਿ ਪਹਿਲਾਂ ਮੈਂ ਉਹਨਾਂ ਦੀ ਇੰਟਰੋਡਕਸ਼ਨ ਦੇ ਚੁੱਕੀ ਹਾਂ ਕਿ ਉਹ ਇੱਥੇ ਟੀਚਰ ਨੇ ਔਰ ਪਹਿਲੇ ਵੀ ਸਾਡੇ ਨਾਲ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਚੁੱਕੇ ਨੇ ਤੋ ਆਉਂਦੇ ਬੁੱਧਵਾਰ ਜਿਹੜੀ ਨੇਸ਼ਨ ਵਾਈਡ ਸਟ੍ਰਾਈਕ ਹੈ ਸਾਰੇ ਹੀ ਟੀਚਰਸ ਕਰ ਰਹੇ ਨੇ ਉਹਦੇ ਸਿਲਸਿਲੇ 'ਚ ਅਸੀਂ ਮਨਪ੍ਰੀਤ ਕੋਲੋਂ ਜਾਣੀ ਕਰੀ ਲਵਾਂਗੇ ਤੋ ਸਤਿ ਸ਼੍ਰੀ ਅਕਾਲ ਮਨਪ੍ਰੀਤ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਸਤਿ ਸ਼੍ਰੀ ਅਕਾਲ ਅਨੂ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੋ ਮਨਪ੍ਰੀਤ ਆਪਾਂ ਲਾਸਟ ਟਾਈਮ ਵੀ ਕਾਫੀ ਡਿਟੇਲ 'ਚ ਗੱਲਬਾਤ ਕੀਤੀ ਸੀਗੀ ਕਿ ਟੀਚਰਸ ਦੇ ਕੀ ਹਾਲਾਤ ਨੇ ਔਰ ਉਦੋਂ ਜਿਹੜਾ ਸਟ੍ਰਾਈਕ ਐਕਸ਼ਨ ਸੀ ਮਾਰਚ ਹੋਇਆ ਸੀ ਉਹਦੇ ਬਾਰੇ ਗੱਲ ਕੀਤੀ ਸੀ ਤੋ ਸਾਡੇ ਲਿਸਨਰਸ ਨੂੰ ਥੋੜ੍ਹੀ ਅਪਡੇਟ ਦਿਓ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਕੋਈ ਮੂਵਮੈਂਟ ਹੋਈ ਹੈ ਗਵਰਨਮੈਂਟ ਵੱਲੋਂ ਕੋਈ ਡਿਮਾਂਡਸ ਤੁਹਾਡੀਆਂ ਪੂਰੀਆਂ ਹੋਈਆਂ ਜਾਂ ਕੀ ਸਿਚੁਏਸ਼ਨ ਹੈ ਨਹੀਂ ਜੀ ਨੈਗੋਸੀਏਸ਼ਨ ਜਿਹੜੀ ਚੱਲਦੀ ਰਹੀ ਆ ਮਿਨਿਸਟਰੀ ਦੇ ਨਾਲ ਉਹ ਤਾਂ ਇਹੀ ਆ ਕਿ ਮਿਨਿਸਟਰੀ ਇਜ਼ ਹੈਲਥ ਬੈਂਡ ਉਹ ਹੈਗੇ ਆ ਫੋਕਸਡ ਆਪਣੇ ਆਫਰ ਤੇ ਜਿਹੜਾ ਹੈਗਾ 9% ਰਾਈਜ਼ ਸਾਨੂੰ ਮਿਲੂਗਾ ਐਂਡ ਬਾਕੀ ਕਿਸੇ ਚੀਜ਼ ਚ ਜੋ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜਿਹੜੇ ਮੁੱਦੇ ਅਸੀਂ ਉਠਾਏ ਆ ਜਿਹੜੇ ਕਿ ਹੈਗੇ ਆ ਅਟਰੈਕਟਿੰਗ ਐਂਡ ਰਿਟੇਨਿੰਗ ਕੁਆਲਿਟੀ ਟੀਚਰਸ ਹੈਜ਼ ਬਿਕਮ ਅ ਬਿਗ ਇਸ਼ੂ ਬਹੁਤ ਵੱਡਾ ਇੱਕ ਇਸ਼ੂ ਬਣ ਚੁੱਕਾ ਹੈ ਮਤਲਬ ਕਿ ਹੋਰ ਜਿਹੜੇ ਨੈਕਸਟ ਜਨਰੇਸ਼ਨ ਟੀਚਰਸ ਉਹਨਾਂ ਨੂੰ ਰਿਕਰੂਟ ਕਰਨਾ ਔਰ ਉਹਨਾਂ ਨੂੰ ਜੌਬ ਦੇ ਵਿੱਚ ਰੱਖਣਾ ਉਹ ਪ੍ਰੋਬਲਮ ਹੈ ਹਾਂਜੀ ਔਰ ਇਸ ਪ੍ਰੋਬਲਮ ਦੇ ਨਾਲ ਉੱਠਦੀ ਆ ਤੁਹਾਡੀਆਂ ਵਰਕਿੰਗ ਕੰਡੀਸ਼ਨਸ ਐਂਡ ਕਲਾਸਰੂਮ ਸਾਈਜ਼ਸ ਨਾ ਕਲਾਸਰੂਮ ਸਾਈਜ਼ ਇਜ਼ ਨਾਟ ਯੋਰ ਮੈਜ਼ਰਮੈਂਟ ਆਫ ਦਾ ਕਲਾਸਰੂਮ ਕਿੰਨਾ ਵੱਡਾ ਹੈ ਕਿੰਨਾ ਛੋਟਾ ਹੈ ਬਟ ਕਿੰਨੇ ਬੱਚੇ ਉਸ ਕਲਾਸ 'ਚ ਜਿਵੇਂ ਐਵਰੇਜ ਹੁਣ ਹੈਗੀ ਆ 30 ਬੱਚੇ ਹਰ ਕਲਾਸ 'ਚ ਪਰ ਵਨ ਟੀਚਰ ਕੁਆਲਿਟੀ ਆਫ ਟੀਚਿੰਗ ਗੋਜ਼ ਡਾਊਨ ਵਿਦ ਈਚ ਨੰਬਰ ਜਦੋਂ ਇੱਕ ਨੰਬਰ ਬੱਚੇ ਦਾ ਇਨਕਰੀਜ਼ ਹੁੰਦਾ ਹੈ ਤੇ ਟੀਚਰ ਤਾਂ ਉਹੀ ਇੱਕ ਆ ਐਂਡ ਉਹ ਕਲਾਸ ਸਾਈਜ਼ ਅਸੀਂ ਇਹ ਕਹਿ ਰਹੇ ਹਾਂ ਕਿ ਬਈ 25 ਤੱਕ ਨੰਬਰ ਆਉਣਾ ਚਾਹੀਦਾ ਹੈ ਕਲਾਸਰੂਮ ਸਾਈਜ਼ ਹੋਣਾ ਚਾਹੀਦਾ ਹੈ ਤੇ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹ ਹੈਗੇ 20 ਬੱਚੇ ਪਰ ਵਨ ਰੇਸ਼ੋ ਦੇਖੋ ਤੁਸੀਂ ਘੱਟ ਜਾਂਦੀ ਆ ਪ੍ਰਾਈਵੇਟ ਸਕੂਲ ਚ ਵੀ ਉਹੀ ਟੀਚਰ ਹੈ ਉਹੀ ਦਿਮਾਗ ਹੈ ਹਾਂ ਕਿ ਉਹਨਾਂ ਦੇ ਰਿਸੋਰਸਿਸ ਥੋੜੇ ਵੱਖਰੇ ਆ ਅਲੱਗ ਆ ਬਾਕੀ ਉਹਨਾਂ ਦੇ ਕਲਾਸ ਸਾਈਜ਼ ਘੱਟ ਆ ਤੇ ਜਿਹੜੇ ਟੀਚਰਸ ਆ ਉਹ ਜ਼ਿਆਦਾ ਧਿਆਨ ਦੇ ਸਕਦੇ ਆ ਬੱਚੇ ਤੇ ਬਿਲਕੁਲ ਇੱਥੇ ਪਬਲਿਕ ਸਕੂਲ ਚ ਭੇੜ ਚਾਲ ਜ਼ਿਆਦਾ ਹੋ ਗਈ ਆ ਸੋ ਉਹ ਇਹ ਬਹੁਤ ਵੱਡਾ ਅਸੀਂ ਇੱਕ ਆਪਣਾ ਆਫਰ ਉਹਨਾਂ ਨੂੰ ਮਿਨਿਸਟਰੀ ਨੂੰ ਕਿਹਾ ਕਿ ਆਪਣੇ ਆਫਰ ਚ ਤੁਸੀਂ ਇਹ ਵੀ ਇਨਕਲੂਡ ਕਰੋ ਕਿ ਤੁਸੀਂ ਕਲਾਸ ਸਾਈਜ਼ ਘਟਾਓਗੇ ਐਂਡ ਐਜ਼ ਅ ਰਿਜ਼ਲਟ ਵਰਕਿੰਗ ਕੰਡੀਸ਼ਨਸ ਆਫ ਦਾ ਟੀਚਰਸ ਵਿਲ ਇਨਕਰੀਜ਼ ਜੀ ਤੇ ਜਿਹੜੇ ਐਕਸਪੀਰੀਅੰਸ ਟੀਚਰਸ ਆ ਜਿਹੜੇ ਬਹੁਤੇ ਮੇਰੇ ਐਕਸਪੀਰੀਅੰਸ ਜਿੰਨੇ ਟੀਚਰਸ ਆ ਉਹ ਤਾਂ ਬਹੁਤ ਛੱਡੀ ਜਾਂਦੇ ਆ ਜਾਂ ਆਪਣੀ ਲਾਈਨ ਚੇਂਜ ਕਰ ਲੈਂਦੇ ਆ ਜਾਂ ਆਸਟ੍ਰੇਲੀਆ ਮੂਵ ਕਰ ਜਾਂਦੇ ਆ ਜਾਂ ਉਹ ਰਿਲੀਵਿੰਗ ਕਰਦੇ ਆ
ਆਪ ਜਿਹੜਾ ਆਸਟ੍ਰੇਲੀਆ ਚਲੇ ਜਾਣਾ ਉੱਥੇ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਜ਼ਿਆਦਾ ਅਟਰੈਕਟਿਵ ਕੰਡੀਸ਼ਨਸ ਨੇ ਜਾਂ ਇੱਕ ਫਾਈਨੈਂਸ਼ਲੀ ਉਹ ਬੈਟਰ ਹੋਣਗੇ। ਦੇਖੋ ਮੇਰੀ ਇੱਕ ਕੋਲੀਗ ਨੇ ਇਸ ਸਾਲ ਮੂਵ ਕੀਤਾ ਹੈ, ਉਹ ਮੇਰੇ ਨਾਲ ਉਹਨੇ ਪੜ੍ਹਾਇਆ ਸਾਲ ਜੀ ਸਾਲ ਹੀ ਪੜ੍ਹਾਇਆ ਤੇ ਉਹ ਮੇਰੇ ਜਿੰਨੀ ਐਕਸਪੀਰੀਅੰਸ ਟੀਚਰ ਸੀਗੀ ਜੀ ਤੇ ਉਹ ਸ਼ੀ ਹੈਡ ਇਨਫ ਐਂਡ ਉਹ ਆਸਟ੍ਰੇਲੀਆ ਮੂਵ ਕੀਤੀ ਆ ਮੈਲਬਰਨ। ਇਸ ਸਾਲ ਉਹਨੇ ਉੱਥੇ ਪੜ੍ਹਾਉਣਾ ਸ਼ੁਰੂ ਕੀਤਾ, ਉਹਦੀ ਪੇ ਵੀ ਰਾਈਜ਼ ਹੋ ਗਈ ਆ, ਬੱਚੇ ਵੀ ਘੱਟ ਆ ਕਲਾਸਰੂਮ 'ਚ ਤੇ ਉਹ ਅਚਾਨਕ ਤੁਹਾਨੂੰ ਇਕਦਮ ਡਿਫਰੈਂਟ ਚੀਜ਼ ਮਿਲ ਜਾਂਦੀ ਹੈ ਜਸਟ ਅਕ੍ਰੋਸ ਦਿਸ ਥਿੰਗ ਯੋਰ ਕੰਟਰੀ ਨੇਬਰਿੰਗ ਕੰਟਰੀ। ਬਿਲਕੁਲ, ਜਿਹੜਾ ਤੁਸੀਂ ਰਿਲੀਵਿੰਗ ਦੀ ਗੱਲ ਕੀਤੀ ਹੈ ਉਹਦੇ 'ਤੇ ਥੋੜ੍ਹਾ ਜਿਹਾ ਕਰੋ ਕਿ ਉਹ ਰਿਲੀਵਿੰਗ ਟੀਚਰ ਮਤਲਬ ਕਿ ਜਿਹੜੇ ਕੋਈ ਅਗਰ ਟੀਚਰ ਐਬਸੈਂਟ ਨੇ ਸਿਕਨੈਸ ਜਾਂ ਕਿਸੇ ਵਜ੍ਹਾ ਕਰਕੇ ਉਹਨਾਂ ਦੀ ਜਗ੍ਹਾ 'ਤੇ ਜਿਹੜੇ ਟੈਂਪਰਰੀਲੀ ਰੱਖੇ ਜਾਂਦੇ ਆ ਉਹਨਾਂ ਦੀ ਸਿਚੁਏਸ਼ਨ ਕਿਸ ਤਰ੍ਹਾਂ ਅਲੱਗ ਹੈ ਪਰਮਾਨੈਂਟ ਟੀਚਰ ਤੋਂ? ਜੀ ਇਦਾਂ ਹੁੰਦਾ ਹੈ, ਹੁਣ ਇਦਾਂ ਹੋ ਰਿਹਾ ਹੈ ਤਕਰੀਬਨ ਔਨ ਐਵਰੇਜ every day there is a problem, especially aaj jadon winter time aunda hai teachers bimar hunde hai, relievers milne bahut zyada aukha kam ho chuka hai ji. Oda ki hunda hai je tonu koi teacher nahi milda classroom ch padhaun layi te bachiyan nu split kita janda hai, 6 bacche is class ch, 6 bacche us class ch, 8 bacche is class ch. theek so ode naal eh hunda hai ki jehde meri farz karo meri class ch 28 bacche aa ji, ਮੇਰੀ ਨਾਲ ਦੀ ਟੀਚਰ ਬਿਮਾਰ ਹੋ ਜਾਂਦੀ ਹੈ ਉਹਦੇ ਲਈ ਕੋਈ ਸਬਸਟੀਟਿਊਟ ਟੀਚਰ ਨਹੀਂ ਆਇਆ, ਉਹਦੀ ਕਲਾਸ ਤੋਂ ਮੇਰੇ ਕੋਲ 6 ਬੱਚੇ ਆਉਗੇ, ਮੇਰਾ ਨੰਬਰ ਬੰਪ ਅਪ ਹੋ ਗਿਆ, ਮੇਰੇ ਹੋਰ ਕੋਲੀਗਸ ਕੋਲ ਜਾਊਗੇ, ਹੋਰ ਨੰਬਰ ਆਫ ਸਟੂਡੈਂਟਸ ਬੰਪ ਅਪ ਹੋ ਗਏ ਤੇ ਉਹਦੇ ਨਾਲ ਪੜ੍ਹਾਈ ਤੇ ਬਹੁਤ ਇਫੈਕਟ ਪੈ ਰਿਹਾ ਹੈ ਬੱਚਿਆਂ ਦੀ ਨਹੀਂ ਜਾਣਦੇ ਕਿ ਉਹ ਬੱਚੇ ਉਹਨਾਂ ਦੀ ਕੀ ਸਟਰੈਂਥ ਆ, ਉਹਨਾਂ ਦੀ ਕੀ ਲਰਨਿੰਗ ਪੁਆਇੰਟਸ ਆ ਤੇ ਅਸੀਂ ਉਹਨਾਂ ਨੂੰ ਕੀ ਪੜ੍ਹਾਉਣਾ ਆ, ਅਸੀਂ ਉਹਨਾਂ ਨੂੰ ਇੰਟੀਗ੍ਰੇਟ ਕਰ ਲੈਂਦੇ ਹਾਂ ਆਪਣੀ ਕਲਾਸਰੂਮ ਚ, ਇੱਦਾਂ ਨਹੀਂ ਕਿ ਉਹ ਬੱਚੇ ਕੁਛ ਨਹੀਂ ਕਰਦੇ, ਉਹ ਕਰਦੇ ਆ, ਬਟ ਦੀਜ਼ ਆਰ ਸਮ ਥਿੰਗਸ ਦੈਟ ਆਰ ਪੁਟਿੰਗ ਲੋਟ ਆਫ ਪ੍ਰੈਸ਼ਰ ਔਨ ਟੀਚਰਸ, ਕਿਉਂਕਿ ਬਹੁਤੇ ਲੋਕੀ ਆਉਣਾ ਨਹੀਂ ਚਾਹੁੰਦੇ ਟੀਚਿੰਗ ਚ। ਜੀ 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 ਹਾਂਜੀ, ਵੈਸੇ ਵੀ ਇਜ਼ ਅ ਬਿਗ ਡ੍ਰੌਪ ਜੀ ਆਫ 42%, ਦੇਰ ਇਜ਼ ਅ ਡ੍ਰੌਪ ਐਵਰੀ ਈਅਰ ਆਫ ਨਿਊ ਟੀਚਰਸ ਕਮਿੰਗ ਇਨਟੂ ਦ ਪ੍ਰੋਫੈਸ਼ਨ। ਬਹੁਤ ਜ਼ਿਆਦਾ ਵੱਡੀ ਪਰਸੈਂਟੇਜ ਹੈ ਤਾਂ 42% ਟੂ ਹਾਈ। ਹਾਂ ਉਹ ਜਿਹੜੀ ਅਸੀਂ ਇੱਕ ਤੁਹਾਡਾ ਜਿਹੜਾ ਤੁਸੀਂ ਟੀਚਰਸ ਪੜ੍ਹਾਉਂਦੇ ਨੇ ਉੱਥੇ ਪੜ੍ਹਾਉਂਦੇ ਨੇ ਪਰ ਜਦੋਂ ਡੇ ਇਨ ਡੇ ਆਊਟ ਸੇਮ ਬੱਚੇ ਤੁਹਾਡੇ ਕੋਲ ਸਾਰਾ ਸਾਲ ਆਉਂਦੇ ਨੇ, ਮੈਨੂੰ ਲੱਗਦਾ ਕਿ ਇੱਕ ਸ਼ਾਇਦ ਤੁਹਾਡਾ ਇੱਕ ਤਰ੍ਹਾਂ ਦਾ ਇੱਕ ਬੌਂਡ ਵੀ ਉਹਨਾਂ ਨਾਲ ਬਣਦਾ ਜਿਹੜਾ ਕਿ ਬਹੁਤ ਜ਼ਰੂਰੀ ਹੈ। ਇਨਵਾਇਰਮੈਂਟ ਬਹੁਤ ਜ਼ਰੂਰੀ ਹੈ ਕਿ ਅਸੀਂ ਕੰਡਿਊਸਿਵ ਇਨਵਾਇਰਮੈਂਟ ਇੱਕ ਬਣਾਈਏ ਜਿੱਥੇ ਬੱਚੇ ਆ ਕੇ ਖੁਸ਼ ਹੋ ਕੇ ਪੜ੍ਹ ਕੇ ਜਾਣ। ਬਿਲਕੁਲ ਬਿਲਕੁਲ, ਟੀਚਰ ਵੀ ਸਟ੍ਰੈਸਡ ਹੋਊਗੇ ਤੇ ਉਹ ਅਗਲੇ ਜਨਰੇਸ਼ਨਸ ਨੂੰ ਕੀ ਟ੍ਰਾਂਸਫਰ ਕਰੂਗੇ। ਬਿਲਕੁਲ ਬਿਲਕੁਲ, ਇਹ ਇੱਕ ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਹੋਮ ਅਵੇ ਫਰੋਮ ਹੋਮ, ਸੋ ਉਹ ਜਿਸ ਤਰ੍ਹਾਂ ਦਾ ਉਹਨਾਂ ਨੂੰ ਇੱਕ ਨਰਚਰ ਔਰ ਐਜੂਕੇਸ਼ਨ ਔਰ ਆਲਮੋਸਟ ਪਾਲਣ ਪੋਸ਼ਣ ਹੀ ਅਸੀਂ ਕਹਿ ਸਕਦੇ ਹਾਂ ਪੇਰੈਂਟਸ ਕੋਲੋਂ ਮਿਲਦਾ, ਉਹ ਟੀਚਰਸ ਮੈਨੂੰ ਲੱਗਦਾ ਕਈ ਸਿਚੁਏਸ਼ਨ ਚ ਸ਼ਾਇਦ ਟੀਚਰ ਬਿਹਤਰ ਪ੍ਰੋਵਾਈਡ ਕਰ ਦਿੰਦੇ ਆ ਔਰ ਉਹਨੇ ਥੋੜੇ ਜਿਹੇ ਟਾਈਮ ਚ ਡੇ ਟਾਈਮ ਚ।
ਬਿਲਕੁਲ ਬਿਲਕੁਲ ਹਾਂਜੀ ਬਾਕੀ ਹਰ ਪ੍ਰੋਫੈਸ਼ਨ ਚ ਦੇਖੋ ਏਦਾਂ ਹੁੰਦਾ ਹੈ ਕਿ ਕੋਈ ਹੈਗੇ ਆ ਟੀਚਰ ਜਿਹੜੇ ਲੇਜ਼ੀ ਵੀ ਹੋਊਗੇ ਉਹ ਹਰ ਪ੍ਰੋਫੈਸ਼ਨ ਚ ਆ ਹਾਂਜੀ ਬਟ ਮੈਜੋਰਿਟੀ ਆਫ ਦ ਟੀਚਰਸ ਆਰ ਵੈਰੀ ਹਾਰਡ ਵਰਕਿੰਗ ਮੈਨੂੰ ਇੱਥੇ 15 ਸਾਲ ਹੋ ਗਏ ਜੀ ਪੜ੍ਹਾਉਂਦੀ ਨੂੰ ਤੇ ਮੈਂ ਕਈ ਟੀਚਰ ਦੇਖ ਲਏ ਕਈਆਂ ਨਾਲ ਕੰਮ ਕਰ ਲਿਆ ਮੇਰੇ ਮੈਂ ਪੰਜਵੇਂ ਆਪਣੇ ਸਕੂਲ ਚ ਇੱਥੇ ਪੜ੍ਹਾ ਰਹੀ ਹਾਂ ਸੋ ਗੁੱਡ ਐਕਸਪੀਰੀਅੰਸ ਹੈਗਾ ਐਂਡ ਮੈਜੋਰਿਟੀ ਆਫ ਦ ਟੀਚਰਸ ਦੇ ਵਰਕ ਵੈਰੀ ਹਾਰਡ ਐਂਡ ਦੇ ਪੁੱਟ ਇਨ lot of time apne weekends apne raat nu kam karde hai kai teachers tusi dekho including myself assi apni di family dekhni hai fir assi sham nu bhi kam karde hai eh nahi ki tusi ghar aa gaye ho te you are free tusi agle din di taiyari karni hai bachche ne jo aaj kam kita tusi mark karna hai dekhna hai bachche nu ki agle din ki samjhauna hai it is a very constant 24/7 job ਹਾਂ ਉਹ ਤੇ ਕੁਝ ਇੱਕ ਲੋਕ ਇਹ ਜਿਨ੍ਹਾਂ ਨੂੰ ਮੇਰਾ ਖਿਆਲ ਹੈ ਕਿ ਮੈਂ ਕੀ ਸ਼ਬਦ ਯੂਜ਼ ਕਰਾਂ ਜਿਨ੍ਹਾਂ ਨੂੰ ਸਮਝ ਨਹੀਂ ਜਾਂ ਸਮਝਣਾ ਨਹੀਂ ਚਾਹੁੰਦੇ ਇਹ ਵੀ ਕਹਿ ਦਿੰਦੇ ਨੇ ਕਿ ਟੀਚਰਸ ਨੂੰ ਤੇ ਛੁੱਟੀਆਂ ਹੀ ਬਹੁਤ ਮਿਲਦੀਆਂ ਨੇ ਸੋ ਇਹ ਸ਼ਿਕਾਇਤ ਕਿਉਂ ਕਰ ਰਹੇ ਨੇ ਸੋ ਉਹ ਵੀ ਮੈਂ ਚਾਹਾਂਗੀ ਤੁਸੀਂ ਇੰਨੀ ਕੁ ਗੱਲ ਤੇ ਕੀਤੀ ਹੈ ਕਿ ਉਹ ਜਸਟ ਜਿਹੜਾ 9 to 3 ਜਿੰਨਾ ਟਾਈਮ ਬੱਚੇ ਸਕੂਲ ਹੈ ਟੀਚਰਸ ਦਾ ਕੰਮ ਉਸ ਤੋਂ ਕਿਤੇ ਜ਼ਿਆਦਾ ਹੈ ਦੇਖੋ ਉਸ ਤੇ ਮੈਂ ਇਹੀ ਕਹੂੰਗੀ ਬਈ ਜਿਵੇਂ ਮੇਰੀ ਫੈਮਿਲੀ ਚ ਮੈਨੂੰ ਕੋਈ ਵੀ ਪੁੱਛਦਾ ਹੈ ਮੇਰੇ ਮਦਰ ਇਨ ਲਾਅ ਨੂੰ ਪੁੱਛਦੇ ਨੇ ਕੋਈ ਕਿ ਹਾਂ ਸਾਡੀ ਬੇਟੀ ਟੀਚਰ ਬਣਨਾ ਚਾਹੁੰਦੀ ਆ ਤੇ ਤੁਹਾਡੀ ਡਾਟਰ ਇਨ ਲਾਅ ਟੀਚਰ ਆ ਉਹ ਇਹੀ ਕਹਿੰਦੇ ਆ ਕਿ ਦੇਖੋ ਉਹ ਕਦੀ ਵੀ ਇਟਸ ਨਾਟ ਅ 9 to 3 ਜੋਬ ਜੀ ਬਿਲਕੁਲ 8 ਵਜੇ ਘਰੋਂ ਤੁਹਾਨੂੰ ਕੰਮ ਸਟਾਰਟ ਕਰਨਾ ਪੈਂਦਾ ਹੈ ਔਰ ਮੈਂ 5 ਵਜੇ ਘਰ ਆਉਂਦੀ ਹਾਂ 5 ਵਜੇ ਖਤਮ ਹੁੰਦਾ ਹੈ 4:30-5 ਵਜੇ ਵਰਕਿੰਗ ਆਵਰਸ ਤੁਹਾਡੇ ਉਹੀ ਆ ਜਿਵੇਂ ਬਾਕੀ ਜੋਬਸ 'ਚ ਆ ਟੀਚਿੰਗ 'ਚ ਇੱਦਾਂ ਸਾਨੂੰ ਆਫ ਜਦੋਂ ਬੱਚੇ ਚਲੇ ਜਾਂਦੇ ਆ ਸਾਡੀਆਂ ਮੀਟਿੰਗਸ ਹੁੰਦੀਆਂ 2 ਮੀਟਿੰਗਸ ਹੁੰਦੀਆਂ ਐਵਰੀ ਵੀਕ ਜੀ ਤੇ ਬਾਕੀ ਦਿਨ ਤੁਸੀਂ ਆਪਣੀ ਅਗਲੇ ਵੀਕ ਦੀ ਤਿਆਰੀ ਕਰਨੀ ਹੈ ਉਹਨਾਂ ਨੂੰ ਰੀਡਿੰਗ ਬੁੱਕਸ ਕਿਹੜੀਆਂ ਪੜ੍ਹਾਉਣੀਆਂ ਉਹ ਲੈ ਕੇ ਆਉਣੀਆਂ ਹਰ ਚੀਜ਼ ਲਈ ਟਾਈਮ ਲੱਗਦਾ ਤਿਆਰੀ ਕਰਨ ਵਾਸਤੇ ਤੇ ਅਸੀਂ ਰਿਸੋਰਸਿਸ ਬਣਾਉਂਦੇ ਹਾਂ ਅੱਗੇ ਆਪਣੀ ਪਲੈਨਿੰਗ ਕਰਨੀ ਹੈ ਬੱਚਿਆਂ ਨੂੰ ਕੀ ਪੜ੍ਹਾਉਣਾ ਉਸ ਤੇ ਬਹੁਤ ਟਾਈਮ ਲੱਗਦਾ ਸੋ ਬਾਕੀ ਰਹੀ ਗੱਲ ਛੁੱਟੀਆਂ ਦੀ ਹਰ ਸਕੂਲ ਨੂੰ ਓਫੀਸ਼ਲੀ ਦੇ ਹੈਵ ਟੂ ਬੀ ਓਪਨ ਫੋਰ 10 ਡੇਜ਼ ਇਨ ਦਾ ਹੋਲੀਡੇਜ਼ ਚਾਹੇ ਭਾਵਾਂ ਤੁਸੀਂ ਹਾਂਜੀ ਜਨਵਰੀ ਚ ਸਾਡੇ ਆਲਮੋਸਟ 3 to 4 ਡੇਜ਼ ਵਰਕਿੰਗ ਹੁੰਦੇ ਆ ਐਂਡ ਬਾਕੀ ਸਾਨੂੰ ਕਲਾਸਰੂਮ ਸੈੱਟ ਕਰਨ ਨੂੰ ਹਫ਼ਤਾ ਲੱਗ ਜਾਂਦਾ ਸੋ ਆਲ ਟੂਗੈਦਰ 2 ਵੀਕਸ ਅਸੀਂ ਜਿੰਨੀ ਬਾਕੀਆਂ ਨੂੰ ਕ੍ਰਿਸਮਸ ਹੋਲੀਡੇਜ਼ ਤੇ ਉਹ ਇੰਜੋਏ ਕਰਦੇ ਆ ਉਹਨਾਂ ਚ ਅਸੀਂ ਕਰਦੇ ਹਾਂ ਅਸੀਂ ਪੂਰੇ ਸਾਲ ਦੀ ਤਿਆਰੀ ਕਰਨੀ ਹੁੰਦੀ ਹੈ ਸੋ ਜਨਵਰੀ ਤਾਂ ਅਸੀਂ 20 ਮੈਨੂੰ ਇੰਨੇ ਸਾਲ ਹੋ ਗਏ ਪੜ੍ਹਾਉਂਦੀ ਨੂੰ 20th ਜਨਵਰੀ ਤੋਂ ਬਾਅਦ ਮੈਂ ਆਈ ਐਮ ਇਨ ਸਕੂਲ ਐਵਰੀ ਡੇ ਮੈਂ ਜਾਂਦੀ ਹਾਂ ਤੇ ਵਰਕ ਬਾਕੀ ਜਿਹੜੀਆਂ ਛੁੱਟੀਆਂ ਹੁੰਦੀਆਂ ਵੀ ਹੈਵ ਟੂ ਗੋ ਸਾਡੇ ਟੀਚਰ ਓਨਲੀ ਡੇਜ਼ ਹੁੰਦੇ ਆ ਜਿੱਥੇ ਸਾਡੀ ਪ੍ਰੋਫੈਸ਼ਨਲ ਡਿਵੈਲਪਮੈਂਟ ਟ੍ਰੇਨਿੰਗ ਹੁੰਦੀ ਹੈ ਜੀ ਟ੍ਰੇਨਿੰਗ ਚੱਲਦੀ ਹੈ ਛੁੱਟੀਆਂ ਨਹੀਂ ਹੁੰਦੀਆਂ ਨਹੀਂ ਹਾਂ ਇਹ ਆ ਕਿ ਯੈਸ ਵੀ ਡੂ ਗੈਟ ਹੋਲੀਡੇਜ਼ ਬਟ ਮੈਂ ਇਹ ਕਹੂੰਗੀ ਬਈ ਜਿਹੜਾ ਅਸੀਂ ਕੰਮ ਜਿਹੜੇ 10 ਹਫ਼ਤੇ ਅਸੀਂ ਜਾਂਦੇ ਹਾਂ ਸਕੂਲ ਔਰ ਕੰਮ ਕਰਦੇ ਹਾਂ ਨਾ ਜਿਹੜੇ ਲੋਕਾਂ ਨੂੰ ਕੋਈ ਸ਼ੱਕ ਆ ਦੇ ਮਸਟ ਕਮ ਐਂਡ ਸਪੈਂਡ ਸਮ ਟਾਈਮ ਇਨ ਅ ਸਕੂਲ ਫੋਰ ਅ ਵੀਕ ਐਟ ਲੀਸਟ ਤੇ ਟੀਚਰਸ ਦੀ ਲਾਈਫ ਦੇਖਣੀ ਚਾਹੀਦੀ ਹੈ ਕਿ ਉਹ ਕਰਦੇ ਕੀ ਆ ਬਿਲਕੁਲ ਬਿਲਕੁਲ ਵੈਸੇ ਵੀ ਸ਼ਾਇਦ ਬਾਕੀ ਜੋਬਸ ਦੀ ਤਰ੍ਹਾਂ ਕਿ ਨਹੀਂ ਹੈ ਕਿ ਜਦੋਂ ਦਿਲ ਤੁਹਾਡਾ ਚਾਹਿਆ ਤੁਸੀਂ ਛੁੱਟੀ ਕਰ ਲਈ ਯੂ ਆਰ ਰਿਸਟ੍ਰਿਕਟਿਡ ਕਿ ਜਦੋਂ ਉਹ ਹੋਲੀਡੇਜ਼ ਮਿਨਿਸਟਰੀ ਕਹਿੰਦੀ ਹੈ ਉਦੋਂ ਹੀ ਉਹ ਸਕੂਲਾਂ ਦੀਆਂ ਛੁੱਟੀਆਂ ਤੁਸੀਂ ਉਦੋਂ ਹੀ ਟਾਈਮ ਆਫ ਕਰਦੇ ਹੋ ਬਿਲਕੁਲ ਉਹ ਵੀ ਸਾਰਾ ਟਾਈਮ ਨਹੀਂ ਅਸੀਂ ਬਿਲਕੁਲ ਵੀ ਜੇ ਅਸੀਂ ਆਪਣੇ ਆਊਟਸਾਈਡ ਆਫ ਹੋਲੀਡੇਜ਼ ਟਾਈਮ ਆਫ ਲੈਂਦੇ ਹਾਂ ਜਿਹੜਾ ਕਿ ਮੈਂ 2-3 ਵਾਰੀ ਮੈਨੂੰ ਲੈਣਾ ਪਿਆ ਡਿਊ ਟੂ ਸਰਕਮਸਟੈਂਸਿਸ ਇਟ ਹੈਜ਼ ਬੀਨ ਅਨਪੇਡ ਇਟ ਇਜ਼ ਅਨਪੇਡ ਲੀਵ ਠੀਕ ਠੀਕ ਇਟ ਇਜ਼ ਨਾਟ ਪੇਡ ਲੀਵ ਵੀ ਓਨਲੀ ਗੈਟ ਦ ਹੋਲੀਡੇਜ਼ ਦੈਟ ਵੀ ਗੈਟ ਸਾਡੇ ਕੰਟਰੈਕਟ ਚ ਹੈਗਾ ਸਾਨੂੰ ਉੱਪਰੋਂ ਕੋਈ
ਹੋਰ ਹੋਲੀਡੇਜ਼ ਨਹੀਂ ਹੈਗੀਆਂ ਜਿਹੜੀਆਂ ਕਿ ਬਾਕੀ ਵਰਕ ਪਲੇਸਿਸ 'ਚ ਨਹੀਂ ਆ। ਬਿਲਕੁਲ ਬਿਲਕੁਲ ਹਾਂਜੀ। ਤੋ ਹੁਣ ਮਨਪ੍ਰੀਤ ਗੱਲ ਕਰਦੇ ਆਂ ਕਿ ਜਿਹੜਾ ਵੈਂਸਡੇ ਨੂੰ ਕਮਿੰਗ ਵੈਂਸਡੇ ਐਕਸ਼ਨ ਹੈ ਜਿਹੜਾ, ਸੋ ਇਸ ਵਕਤ ਉਹ ਜਿਹੜੇ ਤੁਹਾਡੀ ਨੈਗੋਸੀਏਸ਼ਨਸ ਟਾਕਸ ਨੇ NZEI ਦੀਆਂ ਹੋਰ ਯੂਨੀਅਨਸ ਦੀਆਂ ਵਿਦ ਗਵਰਨਮੈਂਟ, ਉਹ ਕਿਹੜੇ ਪੁਆਇੰਟ ਤੇ ਆ ਕੇ ਗੱਲ ਜਿਹੜੀ ਰੁਕ ਗਈ ਹੋਈ ਹੈ ਇਸ ਵਕਤ? ਗੱਲ ਇਸੇ ਗੱਲ ਤੇ ਰੁਕੀ ਹੋਈ ਹੈ ਦੈਟ ਜਿਹੜੀ ਸਾਡੀ ਯੂਨੀਅਨ ਹੈ ਉਹ ਕਹਿ ਰਹੀ ਹੈ ਵੀ ਸਾਨੂੰ ਐਟਲੀਸਟ ਸੈਕੰਡਰੀ ਟੀਚਰਸ ਦੇ ਬਰਾਬਰ ਪੇ ਕਰੋ। ਠੀਕ ਠੀਕ ਹੈ ਜੀ। ਤੇ ਸਾਡੇ ਜਿਹੜੇ ਰਿਲੀਸ ਡੇਜ ਆ ਉਹ ਵਧਾਓ, ਸਾਨੂੰ ਦੋ ਦਿਨ ਮਿਲਦੇ ਆ ਟਰਮ ਚ, ਤੇ ਸਾਨੂੰ ਉਹ ਵਧਾਓ, ਸਾਨੂੰ ਇੱਕ ਦਿਨ ਹੋਰ ਦੋ ਟਰਮ ਚ, ਸਾਨੂੰ ਤਿੰਨ ਦਿਨ ਹੋਣੇ ਚਾਹੀਦੇ ਆ ਜਿਹੜੇ ਕਿ ਅਸੀਂ ਕਲਾਸ ਤੋਂ ਬਾਹਰ ਜਾ ਕੇ ਅਸੀਂ ਆਪਣੀ ਅਸੈਸਮੈਂਟ ਕਰੀਏ ਬੱਚਿਆਂ ਦੀ, ਅਸੀਂ ਆਪਣੀ ਹੋਰ ਉਹਨਾਂ ਨੂੰ ਟਾਈਮ ਦੇ ਸਕੀਏ, ਪ੍ਰੋਗਰਾਮਸ ਪਲਾਨ ਕਰ ਸਕੀਏ। ਸੋ ਉਹ ਅਸੀਂ ਕਹਿ ਰਹੇ ਉੱਥੇ ਗੱਲ ਆ ਕੇ ਅਟਕੀ ਹੋਈ ਆ। ਤੇ ਬਾਕੀ ਕਲਾਸ ਸਾਈਜ਼ ਇਹ ਬਹੁਤ ਵੱਡੀ ਚੀਜ਼ ਆ ਵੀ ਕਲਾਸ ਸਾਈਜ਼ ਘੱਟ ਹੋਣੇ ਚਾਹੀਦੇ ਆ ਐਂਡ ਮੋਰ ਟੀਚਰਸ ਇਨ ਟੂ ਦ ਪ੍ਰੋਫੈਸ਼ਨ, ਐਂਡ ਕਲਾਸ ਸਾਈਜ਼ ਘੱਟ ਕਰਾਂਗੇ ਤੇ ਸਾਨੂੰ ਹੋਰ ਟੀਚਰਸ ਦੀ ਲੋੜ ਪਊਗੀ। ਐਂਡ ਹਾਊ ਡੂ ਯੂ ਅਟਰੈਕਟ ਨਿਊ ਪੀਪਲ ਟੂ ਕਮ ਇਨ ਟੂ ਦ ਪ੍ਰੋਫੈਸ਼ਨ ਬਾਈ ਪੇਇੰਗ ਦੈਮ ਵੈਲ। ਬਿਲਕੁਲ। ਤੇ ਸੀ ਬਿਗਿਨਿੰਗ ਟੀਚਰਸ ਆਰ ਪੇਡ 48,000, ਮੈਨੂੰ ਦੱਸੋ 48,000 ਪਰ ਐਨਮ ਚ ਤੁਸੀਂ ਆਕਲੈਂਡ ਚ ਕਿਵੇਂ ਸਰਵਾਈਵ ਕਰ ਸਕਦੇ? ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਹਾਂ 48,000 ਇਨ ਟੂਡੇਜ਼ ਵਰਲਡ ਕੁਛ ਵੀ ਨਹੀਂ ਹੈ, ਕਿਉਂਕਿ ਲਿਵਿੰਗ ਵੇਜ ਵੀ ਨਹੀਂ ਹੈ। ਤਾਂ ਬਿਲਕੁਲ, ਸੋ ਦੈਟ ਇਜ਼ ਵੇਅਰ ਦ ਨੈਗੋਸੀਏਸ਼ਨ ਹੈਜ਼ ਕਮ ਟੂ, ਐਂਡ ਉੱਥੇ ਜਾ ਕੇ ਗੱਲ ਫਸੀ ਹੋਈ ਹੈ। ਠੀਕ। ਤੇ ਬਾਕੀ ਪੇ ਰਾਈਜ਼ ਆਫ ਕੋਰਸ ਸਾਡੀ ਯੂਨੀਅਨ ਦੇ ਹੈਗੇ ਐਗਜ਼ੀਕਿਊਟਿਵ ਉਹ ਇਹ ਕਹਿ ਰਹੇ ਆ ਬਈ ਐਟਲੀਸਟ 2% ਹੋਰ ਇਨਕਰੀਜ਼ ਹੋਣੀ ਚਾਹੀਦੀ ਹੈ, 10-11% ਮਿਲਣੀ ਚਾਹੀਦੀ ਹੈ ਟੀਚਰਸ ਨੂੰ। ਬਿਲਕੁਲ। ਸੋ ਇੱਥੇ ਕਾ ਕੇ ਪੁਆਇੰਟ ਫਸਿਆ ਹੋਇਆ ਹੈ। ਸਟ੍ਰਾਈਕ ਹੈਜ਼ ਬੀਨ as thought of, you know, it the end ch ja ke aaye hain is point pe, haan ji, ki bhai you know that is the only option ki assi hun is pe aa gaye. We don't like, no teachers I'm sure are happy to do this or take this action ki jithe sade bacche bechare ignore ho rahe ha. Bilkul. ਬਟ ਅਸੀਂ ਬੱਚਿਆਂ ਲਈ ਕਰ ਰਹੇ ਹਾਂ ਜੀ ਕਿ ਵੀ ਸਾਡੀ ਕਮਿੰਗ ਜਨਰੇਸ਼ਨ ਜਿਹੜੀਆਂ ਉਹਨਾਂ ਨੂੰ ਇੱਕ ਕੁਆਲਿਟੀ ਪਬਲਿਕ ਐਜੂਕੇਸ਼ਨ ਮਿਲੇ। ਜੀ ਜੀ ਬਿਲਕੁਲ ਬਿਲਕੁਲ, ਹਾਂਜੀ। ਹਮੇਸ਼ਾ ਸਟ੍ਰਾਈਕ ਐਕਸ਼ਨ ਜਾਂ ਪ੍ਰੋਟੈਸਟ ਉਹ ਇੱਕ ਲਾਸਟ ਰਿਜ਼ੋਰਟ ਹੀ ਹੁੰਦਾ ਹੈ ਇਹੋ ਜੀ ਸਿਚੁਏਸ਼ਨ ਚ, ਸੋ ਅਸੀਂ ਸਮਝ ਸਕਦੇ ਹਾਂ। ਤੋ ਵੈਂਸਡੇ ਨੂੰ ਮੇਰਾ ਖਿਆਲ ਹੈ ਪਹਿਲੇ ਅਰਲੀ ਮਾਰਨਿੰਗ ਵੀ ਸ਼ਾਇਦ ਸਕੂਲਸ ਜਿਹੜੇ ਆਪਣੇ ਆਪਣੇ ਏਰੀਆਜ਼ ਚ ਕੁਛ ਨਾ ਕੁਛ ਕਰ ਰਹੇ ਆ। ਹਾਂਜੀ ਹਾਂਜੀ। ਤੇ ਵੱਡਾ ਇਵੈਂਟ ਇਹ ਹੈ ਜੀ ਦੈਟ ਕੁਈਨ ਸਟਰੀਟ ਤੇ ਮਾਰਚ ਹੈਗੀ ਆ 12:30 ਕੀ 1 ਵਜੇ ਸ਼ੁਰੂ ਹੋ ਰਹੀ ਹੈ। ਹਾਂਜੀ, ਆਕਲੈਂਡ ਸਿਟੀ ਵਿੱਚ। ਮੈਂ ਤਾਂ 11 ਵਜੇ ਉੱਥੇ ਚਲੇ ਜਾਣਾ ਹੈ, ਇਸ ਕਰਕੇ ਮੈਨੂੰ 11 ਪਤਾ ਹੈ, ਪਰ ਆਈ ਥਿੰਕ ਮਾਰਚ ਇਜ਼ ਐਸ ਸੱਚ ਬਿਗਨਿੰਗ ਐਟ 1 PM। ਠੀਕ। ਤੇ ਪ੍ਰਾਇਮਰੀ ਟੀਚਰਸ ਐਂਡ ਸੈਕੰਡਰੀ ਟੀਚਰਸ ਮਾਰਚ ਇਕੱਠੇ ਕਰ ਰਹੇ ਨੇ ਜੀ। ਠੀਕ, ਹਾਂਜੀ, ਕਿਉਂਕਿ ਮੇਰਾ ਖਿਆਲ ਹੈ ਪਿਛਲੀ ਵਾਰੀ ਸ਼ਾਇਦ ਸਿਰਫ ਪ੍ਰਾਇਮਰੀ ਟੀਚਰਸ ਸੀਗੇ। ਹਾਂਜੀ ਹਾਂਜੀ। ਤੇ ਜੀ CPT ਹੈ ਜਿਹੜਾ ਕਿ ਸੈਕੰਡਰੀ ਟੀਚਰਸ ਦੀ ਯੂਨੀਅਨ ਹੈ, ਉਹ ਸਾਨੂੰ ਜੁਆਇਨ ਕਰ ਰਹੇ ਆ ਜੀ। ਤੇ ਮਾਰਚ ਹੋਣ ਤੋਂ ਬਾਅਦ ਰੈਲੀ ਹੋਊਗੀ ਜੀ ਆਊਟ ਆਫ ਸਕੂਲ। ਠੀਕ ਠੀਕ ਠੀਕ, ਹਾਂਜੀ ਹਾਂਜੀ ਠੀਕ। ਸੋ ਦੈਟ ਇਜ਼ ਔਨ ਦਾ, ਹਾਂਜੀ ਹਾਂਜੀ ਬਿਲਕੁਲ ਜੀ। ਅਸੀਂ ਵੀ ਰੇਡੀਓ ਇਨਕਲਾਬ ਵੱਲੋਂ ਡੈਫੀਨਿਟਲੀ ਉੱਥੇ ਤੁਹਾਨੂੰ ਜੁਆਇਨ ਕਰਾਂਗੇ। ਆਪਣੇ ਰੇਡੀਓ ਦੇ ਥਰੂ ਤੁਸੀਂ ਇੱਕ ਟੀਚਰ ਦੀ ਵੋਇਸ ਪਹੁੰਚਾ ਰਹੇ ਹੈਗੇ ਹੋ,
More people, if they know about in the community about teaching and teachers as a job, unna hi sanu, it's not about sympathy, but it's about actually understanding. Bilkul. ਬਿਲਕੁਲ ਕਿਉਂਕਿ ਅਗਰ ਅਸੀਂ ਜਿਹੜੇ ਇਸ ਵਕਤ ਸਾਡੇ ਟੀਚਰਸ ਨੇ ਔਰ ਜਿਹੜੇ ਸਟੂਡੈਂਟਸ ਨੇ ਸਕੂਲਸ ਵਿੱਚ ਉਹਨਾਂ ਦੇ ਕੰਡੀਸ਼ਨਸ ਜਾਂ ਉਹਨਾਂ ਦੀ ਦੇਖਭਾਲ ਚੰਗੀ ਤਰ੍ਹਾਂ ਨਹੀਂ ਕਰਾਂਗੇ ਸੋ ਜਿਹੜੇ ਆਉਣ ਵਾਲੀਆਂ ਜਨਰੇਸ਼ਨਸ ਨੇ ਉਹਨਾਂ ਤੇ ਇਹਦਾ ਕਾਫੀ ਇੰਪੈਕਟ ਨੈਗੇਟਿਵ ਪਏਗਾ ਅਗਰ ਸਾਡੇ ਕੋਲ ਫਿਊਚਰ ਹੈ ਜੀ ਐਂਡ ਦੈਟ ਇਜ਼ ਵਾਟ ਵੀ ਆਰ ਟ੍ਰਾਈਂਗ ਟੂ ਟੈਲ ਦ ਗਵਰਨਮੈਂਟ ਦੈਟ ਸਾਡਾ ਬੜਾ ਇੰਪੋਰਟੈਂਟ ਜੌਬ ਹੈ ਸਾਨੂੰ ਅਹੁਦਾ ਮਿਲਣਾ ਚਾਹੀਦਾ ਸਾਡੇ ਪ੍ਰੋਫੈਸ਼ਨ ਨੂੰ ਬੜਾ ਲੌਂਗ ਟਾਈਮ ਹੋ ਗਿਆ ਕਿ ਸਾਡੇ ਪ੍ਰੋਫੈਸ਼ਨ ਨੂੰ ਥੱਲੇ ਥੱਲੇ ਰੱਖਿਆ ਗਿਆ ਜੀ ਜੀ ਬਿਲਕੁਲ ਸੋ ਦੈਟ ਪੈਰਿਟੀ ਹੈਜ਼ ਟੂ ਕਮ ਵਾਈ ਇਜ਼ ਅ ਟੀਚਰ ਕੰਸੀਡਰਡ ਲੈਸ ਦੈਨ ਅ ਲਾਇਰ ਔਰ ਅ ਡਾਕਟਰ ਐਬਸੋਲੂਟਲੀ ਸੋ ਇਸ ਚੀਜ਼ ਨੂੰ ਅਸੀਂ ਮਿਨਿਸਟਰੀ ਨੂੰ ਕਹਿਣਾ ਚਾਹੁੰਦੇ ਹਾਂ ਦੈਟ ਆਵਰ ਜੌਬ ਇਜ਼ ਨੋ ਲੈਸ ਬਿਲਕੁਲ ਜੀ ਅਗਰ ਅਸੀਂ ਆਪਣੇ ਭਾਰਤ ਦੇਸ਼ ਦੀ ਗੱਲ ਦੇਖੀਏ ਟੀਚਰ ਦਾ ਤੇ ਮੁਕਾਮ ਬਹੁਤ ਉੱਚਾ ਹੈ ਕਿ ਜਿਹੜਾ ਇੱਕ ਗੁਰੂ ਹੈ ਇੱਕ ਸਿਖਾਉਣ ਵਾਲਾ ਹੈ ਬਹੁਤ ਬਿਲਕੁਲ ਉੱਚਾ ਉੱਚੀ ਪੋਜੀਸ਼ਨ ਹੈ ਬਹੁਤ ਜ਼ਿਆਦਾ ਫਰੋਮ ਦੈਟ ਫਿਲੋਸੋਫੀਕਲ ਐਂਗਲ ਤੇ ਔਰ ਹੋਣੀ ਵੀ ਚਾਹੀਦੀ ਹੈ ਜਿਹੜਾ ਇੱਕ ਵਿਅਕਤੀ ਸਾਡੇ ਬੱਚਿਆਂ ਨੂੰ ਕੁਝ ਸਿਖਾ ਰਿਹਾ ਚੰਗੀਆਂ ਵੈਲਿਊਜ਼ ਦੇ ਰਿਹਾ ਚੰਗੇ ਸੰਸਕਾਰ ਦੇ ਰਿਹਾ ਉਹਨਾਂ ਦੀ ਬਕਾਇਦਾ ਪੂਰੀ ਵੈਲਿਊ ਪੈਣੀ ਚਾਹੀਦੀ ਹੈ ਹਰ ਤਰੀਕੇ ਨਾਲ ਹਾਂਜੀ ਤੋ ਇਹੀ ਹੈ ਮੈਸੇਜ ਗਵਰਨਮੈਂਟ ਨੂੰ ਜੀ ਕਿ ਬਈ ਐਟ ਲੀਸਟ ਸਾਨੂੰ ਸੈਕੰਡਰੀ ਟੀਚਰਸ ਦੇ ਬਰਾਬਰ ਪੇ ਮਿਲਣੀ ਚਾਹੀਦੀ ਆ ਜੀ ਨੂੰ ਕਲਾਸ ਸਾਈਜ਼ਸ ਘੱਟ ਕਰੋ ਤਾਂ ਕਿ ਅਸੀਂ ਕੁਆਲਿਟੀ ਟੀਚਿੰਗ ਕਰ ਸਕੀਏ ਇਹ ਸਭ ਮੁੱਦੇ ਆ ਜੀ ਮੇਨ ਬਹੁਤ ਅੱਛਾ ਬਹੁਤ ਵਧੀਆ ਡਿਮਾਂਡਸ ਨੇ ਔਰ ਕੋਈ ਕਾਰਨ ਹੋਣਾ ਨਹੀਂ ਚਾਹੀਦਾ ਗਵਰਨਮੈਂਟ ਨੂੰ ਇਹਨਾਂ ਨੂੰ ਨਾ ਮੰਨਣ ਦਾ ਤੋ ਹਾਂਜੀ 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 ਬਿਲਕੁਲ ਜੀ ਅਸੀਂ ਹੁਣ ਵੀ ਸਾਰੇ ਆਪਣੇ ਲਿਸਨਰਸ ਨੂੰ ਦੱਸ ਦਿੰਦੇ ਹਾਂ ਕਿ ਵੈਨਸਡੇ ਨੂੰ ਅਰਾਊਂਡ 12 ਕੁ ਵਜੇ ਦੇ ਕਰੀਬ ਆਊਟੀਆ ਸਕੁਅਰ ਔਕਲੈਂਡ ਸਿਟੀ ਵਿੱਚ ਉਸ ਤੋਂ ਪਹਿਲਾਂ ਮਾਰਨਿੰਗ ਮੇਰਾ ਖਿਆਲ ਜਿਹੜੇ ਜਿਹੜੇ ਸਾਡੇ ਲਿਸਨਰਸ ਦੇ ਬੱਚੇ ਪ੍ਰਾਇਮਰੀ ਸਕੂਲ ਜਾਂ ਹਾਈ ਸਕੂਲ ਨੇ ਉਹਨਾਂ ਨੂੰ ਉਹ ਸਕੂਲਸ ਦੇ ਥਰੂ ਇਨਫੋਰਮੇਸ਼ਨ ਮਿਲ ਜਾਏਗੀ ਕਿ ਬਿਲਕੁਲ ਅਰਲੀ ਮਾਰਨਿੰਗ ਅਰਲੀ ਮਾਰਨਿੰਗ ਕਿਹੜੀ ਕਿਹੜੀ ਜਗ੍ਹਾ ਤੇ ਲੋਕਲ ਏਰੀਆ 'ਚ ਇਕੱਤਰ ਹੋ ਸਕਦੇ ਨੇ ਪੇਰੈਂਟਸ ਸਾਰੇ ਸਕੂਲ ਜਿਹੜੇ ਸੈਕੰਡਰੀ ਸਕੂਲਸ ਨੇ ਆਪਣੇ ਸਕੂਲ ਦੇ ਸਾਹਮਣੇ ਕਰ ਰਹੇ ਆ ਜੀ ਪ੍ਰੋਟੈਸਟ ਵਗੈਰਾ ਹਾਂਜੀ ਜੀ ਬਿਲਕੁਲ ਬਿਲਕੁਲ ਤੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਟਾਈਮ ਕੱਢਣ ਵਾਸਤੇ ਸਾਡੇ ਲਈ ਥੈਂਕ ਯੂ ਸੋ ਮੱਚ ਸਾਡੀ ਆਵਾਜ਼ ਪਹੁੰਚਾਉਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਵੈਰੀ ਮੱਚ ਤੋ ਤੁਹਾਨੂੰ ਪੂਰੀ ਕੋਸ਼ਿਸ਼ ਕਰਾਂਗੇ ਬੁੱਧਵਾਰ ਨੂੰ ਇਨ ਪਰਸਨ ਮਿਲਣ ਦੀ ਠੀਕ ਹੈ ਜੀ ਆਈ ਵਿਲ ਬੀ ਲੁਕਿੰਗ ਫਾਰਵਰਡ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਤੋ ਦੋਸਤੋ ਇਹ ਸਨ ਮਨਪ੍ਰੀਤ ਕੌਰ ਧਾਲੀਵਾਲ ਜਿਹੜੇ ਕਿ ਪ੍ਰਾਇਮਰੀ ਸਕੂਲ ਟੀਚਰ ਨੇ ਇੱਥੇ ਨਿਊਜ਼ੀਲੈਂਡ ਵਿੱਚ ਉਹਨਾਂ ਨੇ ਦੱਸਿਆ ਕਿ ਪਿਛਲੇ 15 ਸਾਲ ਤੋਂ ਉਹ ਟੀਚਿੰਗ ਦੀ ਜੋਬ ਕਰ ਰਹੇ ਨੇ ਤੋ ਵੈਸੇ ਹੀ ਇੰਨਾ ਜਦੋਂ ਐਕਸਪੀਰੀਅੰਸ ਹੋ ਜਾਂਦਾ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਔਰ ਜਿਸ ਤਰ੍ਹਾਂ ਉਹਨਾਂ ਨੂੰ ਸਮਝ ਹੈ ਕਿ ਡਿਮਾਂਡਸ ਕੀ ਨੇ ਇੱਕ ਸਿੰਪਲ ਤਨਖਾਹ ਵਧਾਉਣ ਦੀ ਗੱਲ ਨਹੀਂ ਹੈ ਇਹਦੇ 'ਚ ਉਹਨਾਂ ਦੀ ਬਹੁਤ ਅੱਛੀ ਪਕੜ ਹੈ ਤੋ ਮੈਂ 100% ਦਾਅਵੇ ਨਾਲ ਕਹਿ ਸਕਦੀ ਹਾਂ ਕਿ ਬਹੁਤ ਵਧੀਆ ਟੀਚਰ ਨੇ ਹਾਲਾਂਕਿ ਮੇਰਾ ਕੋਈ ਬੱਚਾ ਇਹਨਾਂ ਕੋਲੋਂ ਪੜ੍ਹਿਆ ਨਹੀਂ ਹੈ ਮੈਂ ਇਹਨਾਂ ਨੂੰ ਪੜ੍ਹਾਉਂਦਿਆਂ ਦੇਖਿਆ ਨਹੀਂ ਪਰ ਉਹਨਾਂ ਦੀ ਗੱਲਬਾਤ ਤੋਂ ਹਾਂ ਟੀਚਰ ਸਾਰੇ ਚੰਗੇ ਨੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਖੁਦ ਕਿਹਾ ਕਿ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਵੀ ਪੜ੍ਹਾਉਂਦੇ ਨੇ ਉਹ ਵੀ ਉਹੀ ਦਿਮਾਗ ਹੈ ਉਹੀ ਟ੍ਰੇਨਿੰਗ ਹੈ ਉਹੀ ਟੀਚਰਸ ਨੇ ਸੋ ਇਹਦੇ 'ਚੋਂ ਸਾਡੇ ਜਿਹੜਾ ਇੱਥੇ ਭਾਈਚਾਰਾ ਜਿਹੜੇ ਥੋੜ੍ਹੇ ਪੁਰਾਣੇ ਆਏ ਨੇ ਸਟੈਬਲਿਸ਼ਡ ਨੇ ਸਰਮਾਇਆ ਥੋੜ੍ਹਾ ਪੂੰਜੀ ਥੋੜ੍ਹੀ ਜ਼ਿਆਦਾ ਇਕੱਠੀ ਕਰ ਲਈ ਹੈ ਉਹਨਾਂ ਦੇ ਵਿੱਚ ਇੱਕ ਟ੍ਰੈਂਡ ਹੈ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣ ਦਾ ਸੋ ਉਹਨਾਂ ਨੂੰ ਅਸੀਂ ਦਰਖਾਸਤ ਕਰਦੇ ਹਾਂ ਕਿ ਇਹ
ਕੰਮ ਛੱਡਣਾ ਚਾਹੀਦਾ ਕਿਉਂਕਿ ਜਿੰਨਾ ਤੁਸੀਂ ਜ਼ਿਆਦਾ ਪ੍ਰਾਈਵੇਟ ਸਕੂਲਾਂ ਨੂੰ ਆਪਣਾ ਬਿਜ਼ਨਸ ਦਿਓਗੇ ਉਨਾ ਇਹ ਜਿਹੜੇ ਸਾਡੇ ਪਬਲਿਕ ਸਕੂਲਸ ਦੇ ਟੀਚਰ ਨੇ ਉਹਨਾਂ ਦੀ ਹਾਲਤ ਜਿਹੜੀ ਆ ਤੁਸੀਂ ਉਹ ਵੱਧ ਤੋਂ ਬਦਤਰ ਕਰ ਰਹੇ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਪੇਰੈਂਟਸ ਨੇ ਉਸ ਪੋਜੀਸ਼ਨ 'ਚ ਹੈਗੇ ਨੇ ਉਹਨਾਂ ਨੂੰ ਇਹ ਐਕਸ਼ਨ ਲੈਣਾ ਚਾਹੀਦਾ ਕਿ ਪ੍ਰਾਈਵੇਟ ਸਕੂਲਾਂ 'ਚੋਂ ਕੱਢ ਕੇ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਭੇਜੋ ਤਾਂ ਕਿ ਸਪੋਰਟ ਇਸ ਤਰੀਕੇ ਨਾਲ ਵੀ ਹੋ ਸਕੇ ਬਿਲਕੁਲ ਮੈਂ ਦੋ ਤਿੰਨ ਗੱਲਾਂ ਨੋਟ ਕੀਤੀਆਂ ਸੀਗੀਆਂ ਇੱਕ ਤਾਂ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਸੀ ਅਤੇ ਸਰੋਤਿਆਂ ਨੂੰ ਸ਼ਾਇਦ ਵਿੱਚ ਇਹ ਵੀ ਲੱਗਦਾ ਹੋਵੇ ਕਿ ਇਹ ਗੱਲ ਪੰਜਾਬ ਦੀ ਹੋਣ ਡੀ ਆ ਕਿਉਂਕਿ ਅਸੀਂ ਬਹੁਤ ਲੰਬੇ ਸਮੇਂ ਜਿਹੜਾ ਪੰਜਾਬ ਅਧਿਆਪਕਾਂ ਦਾ ਸੰਘਰਸ਼ ਚੱਲਿਆ ਔਰ ਕਮਾਲ ਦੀ ਗੱਲ ਹੈ ਕਿ ਲਗਭਗ ਜਿਹੜੀਆਂ ਡਿਮਾਂਡ ਨੇ ਉਹੀ ਨੇ ਔਰ ਦੂਸਰੀ ਗੱਲ ਤੇ ਡਿਮਾਂਡ ਉਹ ਹੀ ਇਸ ਲਈ ਨੇ ਕਿਉਂਕਿ ਉੱਥੇ ਵੀ ਉਹ ਜਿਹੜਾ ਵਿਦਿਆ ਦਾ ਨਿੱਜੀਕਰਨ ਬਾਜ਼ਾਰੀਕਰਨ ਵਾਲੀ ਗੱਲ ਹੈ ਇੱਥੇ ਵੀ ਉਹੀ ਹੈ ਉਹਨਾਂ ਦਾ ਅਲਟੀਮੇਟ ਏਮ ਇੱਥੇ ਵੀ ਉਹੀ ਹੈ ਮੇਟ ਗੇਮ ਸਾਰਾ ਇਹ ਨਵਦਾਰਵਾਦ ਦਾ ਉਹੀ ਹੈ ਜੀ ਦੂਸਰਾ ਅਨੂ ਜੀ ਮੈਂ ਨੋਟ ਕੀਤਾ ਅਸੀਂ ਜਿਹੜੀ ਬਾਰ ਬਾਰ ਇਸ ਰੇਡੀਓ ਮਾਧਿਅਮ ਤੋਂ ਗੱਲ ਕਰਦੇ ਰਹਿੰਦੇ ਹਾਂ ਕਿ ਖਾਸ ਕਰਕੇ ਜਿਹੜੇ ਪ੍ਰਵਾਸੀ ਨੇ ਜਿਹੜੇ ਇੱਥੇ ਆਪਣਾ ਮੁਲਕ ਛੱਡ ਕੇ ਆਏ ਨੇ ਚੰਗੀ ਜ਼ਿੰਦਗੀ ਵਾਸਤੇ ਉਹਦੇ ਵਿੱਚ ਇਹ ਇੱਕ ਮੇਰਾ ਖਿਆਲ ਆ ਵੀ ਟੌਪ ਮੋਸਟ ਪ੍ਰਾਇਓਰਟੀ ਹੋ ਗਈ ਪੇਰੈਂਟਸ ਦੀ ਬੱਚਿਆਂ ਦੀ ਐਜੂਕੇਸ਼ਨ ਬਿਲਕੁਲ ਚੰਗੀ ਐਜੂਕੇਸ਼ਨ ਅਤੇ ਉਹ ਉਹਦਾ ਜਿਹੜਾ ਖਰਚਾ ਵੀ ਘੱਟ ਹੋਵੇ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਜਿਹੜੇ ਪ੍ਰਾਈਵੇਟ ਸਕੂਲ ਨੇ ਕੀ ਪੈਸੇ ਨਾਲ ਇਕੁਇਟ ਕੀਤੀ ਜਾਂਦੀ ਹੈ ਕੁਆਲਿਟੀ ਹੈ ਸਿੱਖਿਆ ਦੀ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੀਆਂ ਕਦਰਾਂ ਕੀਮਤਾਂ ਇੱਥੇ ਨਿਊਜ਼ੀਲੈਂਡ ਨੇ ਤੁਸੀਂ ਪਸੰਦ ਕਰਕੇ ਇੱਥੇ ਆਏ ਹੋ ਉਹਦੇ ਵਿੱਚ ਇੱਕ ਇਹ ਸਭ ਤੋਂ ਵੱਡੀ ਹੈ ਅਤੇ ਉਹ ਜਿਹੜਾ ਉਹ ਸਿਸਟਮ ਆ ਜਿਹੜਾ ਚੱਲ ਰਿਹਾ ਹੈ ਜਿਹੜਾ ਸਰਕਾਰੀ ਸਕੂਲਾਂ ਦਾ ਜਿਹੜਾ ਸਿਸਟਮ ਚੱਲ ਰਿਹਾ ਹੈ ਉਹਨੂੰ ਬਚਾਉਣ ਵਾਸਤੇ ਸਭ ਤੋਂ ਜਿਹੜੀ ਵੱਡੀ ਸ਼ਮੂਲੀਅਤ ਹੈ ਉਹ ਪ੍ਰਵਾਸੀ ਉਹਨਾਂ ਦੀ ਹੋਣੀ ਪੇਰੈਂਟਸ ਜਿਹੜੇ ਨੇ ਉਹਨਾਂ ਦੀ ਹੋਣੀ ਚਾਹੀਦੀ ਕਿਉਂਕਿ ਉਹਨਾਂ ਦਾ ਮੇਨ ਕਾਰਨ ਆ ਇੱਕ ਇਹ ਆਪਣਾ ਮੁਲਕ ਛੱਡ ਕੇ ਆਉਣ ਵਾਸਤੇ ਸੋ ਸ਼ਮੂਲੀਅਤ ਕਰਨ ਦੇ ਤਰੀਕੇ ਜਿਹੜੇ ਇਹ ਜ਼ਿਆਦਾ ਜਿਹੜੀ ਗਿਣਤੀ ਆ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਹੀ ਪੜ੍ਹਦੇ ਨੇ ਇੱਥੇ ਚੰਗੀ ਗੱਲ ਹੈ ਤੋ ਬੁੱਧਵਾਰ ਸਵੇਰੇ ਮੇਰੇ ਖਿਆਲ 7:30 ਦੇ ਕਰੀਬ ਹੈ ਕਿ ਸਕੂਲਾਂ ਨੇ ਲੋਕ ਹਰ ਲੋਕਲ ਏਰੀਏ 'ਚ ਮਤਲਬ ਹਰ ਸਕੂਲ ਤਾਂ ਨਹੀਂ ਪਰ ਉਹ ਤੁਹਾਨੂੰ ਔਨਲਾਈਨ ਗੂਗਲ ਸਰਚ ਕਰੋਗੇ ਮਿਲ ਜਾਏਗੀ ਇਨਫੋਰਮੇਸ਼ਨ ਜਾਂ ਤੁਹਾਡੇ ਸਕੂਲ ਨੇ ਆਲਰੇਡੀ ਤੁਹਾਨੂੰ ਉਹ ਇਨਫੋਰਮੇਸ਼ਨ ਮੁਹੱਈਆ ਕਰਵਾ ਦਿੱਤੀ ਹੋਏਗੀ ਕਿ ਤੁਹਾਡੇ ਏਰੀਏ 'ਚ ਕਿੱਥੇ 4-5 ਸਕੂਲ ਇਕੱਠੇ ਹੋ ਕੇ ਸਵੇਰੇ ਸਵੇਰੇ 7:30-8 ਦਾ ਮੇਰਾ ਖਿਆਲ ਟਾਈਮ ਹੈ ਬੁੱਧਵਾਰ ਸਵੇਰੇ ਇੱਕ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਉਹਦੇ 'ਚ ਬੱਚੇ ਵੀ ਸ਼ਾਮਿਲ ਹੋਣਗੇ ਪੇਰੈਂਟਸ ਬੱਚੇ ਟੀਚਰਸ ਉੱਥੇ ਚਾਹੀਦੀ ਹਾਂ ਔਰ ਉਹ ਬਕਾਇਦਾ ਸਕੂਲਾਂ ਨੇ ਉਹ ਸਾਰਾ ਲੋਕਲ ਬੋਡੀਜ਼ ਕੋਲੋਂ ਪੁਲਿਸ ਕੋਲੋਂ ਇਜਾਜ਼ਤ ਲੈ ਕੇ ਉਹ ਸਾਰਾ ਕੁਛ ਔਰਗਨਾਈਜ਼ ਕੀਤਾ ਹੋਇਆ ਕਿਉਂਕਿ ਕਾਫੀ ਵਾਰੀ ਸਾਡੇ ਸਰੋਤੇ ਮੁਜ਼ਾਹਰਿਆਂ ਨੂੰ ਇਹ ਸਮਝ ਲੈਂਦੇ ਆ ਕਿ ਕੋਈ ਅਰਾਜਕਤਾ ਵਾਲਾ ਕੰਮ ਹੈ ਇਸ ਤਰ੍ਹਾਂ ਦਾ ਨਹੀਂ ਹੈ ਤੁਸੀਂ ਆਪਣੇ ਸਕੂਲ 'ਚ ਜਾ ਕੇ ਪ੍ਰਿੰਸੀਪਲ ਨਾਲ ਟੀਚਰਸ ਨਾਲ ਗੱਲ ਕਰ ਸਕਦੇ ਹੋ ਸੋ ਅਸੀਂ ਇਨਕਰੇਜ ਕਰਦੇ ਹਾਂ ਸਾਰੇ ਪੇਰੈਂਟਸ ਨੂੰ ਬੱਚਿਆਂ ਨੂੰ ਕਿ ਵੈਨਸਡੇ ਮੋਰਨਿੰਗ 29 ਮਈ ਬੁੱਧਵਾਰ ਸੁਬਹਾ ਪਹਿਲਾਂ ਤਾਂ ਉਸ ਜਿਹੜਾ ਇੱਕ ਹੋਣੇ ਆ ਇਵੈਂਟ ਜਗ੍ਹਾ ਜਗ੍ਹਾ ਉਹਦੇ 'ਚ ਤੁਸੀਂ ਸ਼ਾਮਿਲ ਹੋਵੋ ਉਸ ਤੋਂ ਬਾਅਦ ਕਿਉਂਕਿ ਸਕੂਲ ਸਾਰੇ ਬੰਦ ਰਹਿਣਗੇ ਜਿਹੜੇ ਕੋਈ ਨੋਨ ਯੂਨੀਅਨ ਸਟਾਫ ਹੈ ਜਿਹੜਾ ਸਕੂਲਾਂ 'ਚ ਉਹ ਸਕੂਲਾਂ 'ਚ ਰਹੇਗਾ ਮੌਜੂਦ ਜਿੰਨੇ ਵੀ ਯੂਨੀਅਨ ਮੈਂਬਰ ਟੀਚਰਸ ਨੇ ਜਿਹੜੀ ਕਿ ਭਾਰੀ ਗਿਣਤੀ ਹੈਗੇ ਨੇ ਉਹ ਉਸ ਦਿਨ ਨਹੀਂ ਸਕੂਲ ਵਿੱਚ ਹੋਣਗੇ ਸੋ ਸਕੂਲ ਸ਼ਾਇਦ ਕੋਈ ਕੋਈ ਖੁੱਲ੍ਹਾ ਹੋਏਗਾ ਕਿ ਅਗਰ ਮਾਪਿਆਂ ਨੂੰ ਦਿੱਕਤ ਆਉਂਦੀ ਹੈ ਜਿਹੜੇ ਵਰਕਿੰਗ ਪੇਰੈਂਟਸ ਨੇ ਤਾਂ ਉਹ ਬੱਚਿਆਂ ਦੀ ਸਾਂਭ ਸੰਭਾਲ ਲਈ ਸ਼ਾਇਦ ਕੁਝ ਸਕੂਲ ਖੁੱਲ੍ਹੇ ਹੋਣ ਪਰ ਟੀਚਿੰਗ ਦਾ ਕੋਈ ਕੰਮ ਨਹੀਂ ਹੋਏਗਾ ਤੋ ਅਸੀਂ ਇਹ ਵੀ ਰਿਕੁਐਸਟ ਕਰਦੇ ਹਾਂ
ਕਿ ਔਕਲੈਂਡ 'ਚ ਜਿੰਨੇ ਸਾਡੇ ਸਰੋਤੇ ਨੇ ਉਹ ਔਕਲੈਂਡ 'ਚ ਬੁੱਧਵਾਰ ਦੁਪਹਿਰ ਨੂੰ 12 ਵਜੇ ਆਊਟੀਆ ਸਕੁਏਅਰ ਜਿਹੜਾ ਕਿ ਕੁਈਨ ਸਟਰੀਟ 'ਚ ਹੈ ਉੱਥੇ ਤੁਸੀਂ ਆ ਕੇ ਇਹ ਟੀਚਰਸ ਦੀ ਸਪੋਰਟ ਕਰੋ ਔਰ ਬਾਕੀ ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਦੇ ਹੀ ਮਾਰਚ ਜਿਹੜੇ ਉਹਨਾਂ ਦਾ ਆਯੋਜਨ ਹੋਏਗਾ ਸੋ ਤੁਸੀਂ ਆਪਣੇ ਲੋਕਲ ਸਕੂਲਸ ਕੋਲੋਂ ਉਹ ਜਾਣਕਾਰੀ ਲੈ ਸਕਦੇ ਹੋ ਕਿ ਬਾਕੀ ਟਾਊਨਸ ਵਿੱਚ ਕੀ ਹੋ ਰਿਹਾ ਹੈ ਉਸ ਬਹੁਤ ਵੱਖਰੇ ਵੱਖਰੇ ਢੰਗ ਨੇ ਜੀ ਵੈਸੇ ਜਦੋਂ ਤੁਸੀਂ ਦੱਸਿਆ ਕਿ ਸਕੂਲ ਬੰਦ ਹੋਣੇ ਨੇ ਬੱਚਿਆਂ ਨੇ ਘਰੇ ਹੋਣਗੇ ਸੋ ਰਾਧਾ ਦਿਨ ਕਿ ਤੁਸੀਂ ਟੀਚਾਂ ਉਹਨਾਂ 'ਤੇ ਆਪਣਾ ਗੁੱਸਾ ਕੱਢੋ ਕਿ ਇਹ ਵਿਹਲੇ ਨੇ ਕੰਮ ਨਹੀਂ ਕਰਦੇ ਇਹਨਾਂ ਨੂੰ ਛੁੱਟੀਆਂ ਮਿਲਦੀਆਂ ਇਹੋ ਜਿਹੜੀਆਂ ਮਿੱਥ ਨੇ ਜਿਹੜੀਆਂ ਅਸੀਂ ਪੰਜਾਬ ਦੇ ਟੀਚਰਾਂ ਨਾਲ ਗੱਲ ਕਰਦੇ ਸੀਗੇ ਇਹਨਾਂ ਤੋਂ ਚੀਜ਼ਾਂ ਤੋਂ ਦੂਰ ਰਹੋ ਉਹ ਇੱਕ ਬੜੀਆਂ ਜੈਨੂਨ ਆਪਣੀਆਂ ਮੰਗਾਂ ਕਰ ਰਹੇ ਨੇ ਸੋ ਠੀਕ ਆ ਤੁਹਾਨੂੰ ਇਹਦੇ ਵਾਸਤੇ ਥੋੜ੍ਹਾ ਸੈਕਰੀਫਾਈਜ਼ ਕਰਨਾ ਪੈ ਰਿਹਾ ਕਿ ਸ਼ਾਇਦ ਬੱਚਿਆਂ ਦੀ ਦੇਖਭਾਲ ਕਰਨੀ ਪਵੇ ਪਰ ਇਹ ਵਰਥ ਵਾ ਇੱਕ ਦਿਨ ਵਾਸਤੇ ਸੋ ਇਹਨੂੰ ਇਹਨੂੰ ਤੁਹਾਨੂੰ ਖੇੜੇ ਮੱਥੇ ਤੁਹਾਨੂੰ ਸਾਨੂੰ ਪਤਾ ਹੈ ਕਿ ਕਾਮਿਆਂ ਦੀਆਂ ਆਪਣੀਆਂ ਮਜਬੂਰੀਆਂ ਨੇ ਪਰ ਫਿਰ ਵੀ ਦੂਜੇ ਕਾਮਿਆਂ ਦੇ ਵਾਸਤੇ ਇਹ ਸੈਕਰੀਫਾਈਸ ਕਰਨਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਆ ਬਿਲਕੁਲ ਜੀ ਇੱਕ ਦੂਜੇ ਦੀ ਤਕਲੀਫ ਨੂੰ ਸਾਨੂੰ ਵੰਡਣਾ ਪਏਗਾ ਸ਼ੇਅਰ ਕਰਨਾ ਪਏਗਾ ਸੋ ਭਾਰਤੀ ਜੀ ਸਾਡੇ ਜਿਹੜੇ ਅਗਲੇ ਬੁਲਾਰੇ ਨੇ ਅਸੀਂ ਉਹਨਾਂ ਨਾਲ ਹੁਣ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਜਿਹੜੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਰੇਡੀਓ ਇਨਕਲਾਬ ਪ੍ਰੋਗਰਾਮ ਵਿੱਚ ਉਹਨਾਂ ਨੂੰ ਦਰਖਾਸਤ ਹੈ ਕਿ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣ ਜਲਦੀ ਹੀ ਅਸੀਂ ਵਾਪਸ ਤੁਹਾਡੇ ਨਾਲ ਜੁੜ ਜਾਵਾਂਗੇ ਇਹ ਸੰਘਰਸ਼ ਇਹ ਸੰਗਰਾਮ ਦਬੇ ਕੁਚਲੇ ਲੋਕਾਂ ਲਈ ਮੁਕਤੀ ਦਾ ਰਾਹ ਹੈ ਜਸਵੰਤ ਖੜਕੜ ਇਸੇ ਹੋਕੇ ਨੂੰ ਉੱਚਾ ਕਰਦਾ ਹੈ ਤੇਜ਼ ਕਰ ਸੰਗਰਾਮ ਹਾਨੀਆਂ ਜ਼ਰਾ ਸੰਗ ਰਾਮ ਹਾਨੀਆਂ ਅੰਦਾ ਤੁੰਦੀ ਗੋ
ਸਾਥੀਓ ਇਸ ਵਕਤ ਸਾਡੇ ਨਾਲ ਪੰਜਾਬ ਤੋਂ ਹੋ ਗਏ ਨੇ ਸਾਥੀ ਰਣਵੀਰ ਸਿੰਘ ਜਿਹੜੇ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਨੇ ਤੋ ਸੰਗਰਾਮ ਜਿਸ ਤਰ੍ਹਾਂ ਕਿ ਅਸੀਂ ਦਰਸ਼ਨ ਜਸਵੰਤ ਖੜਕੜ ਦਾ ਖੀ ਸੁਣ ਰਹੇ ਸੀਗੇ ਤੇਜ਼ ਕਰ ਸਮੇਂ ਦਾ ਸੰਗਰਾਮ ਹਾਣੀਆਂ ਸੋ ਇਸ ਵਕਤ ਜਿਹੜਾ ਇੱਕ ਸੰਘਰਸ਼ ਬਹੁਤ ਹੀ ਜ਼ੋਰਾਂ 'ਤੇ ਹੈ ਫਰੀਦਕੋਟ ਵਿੱਚ ਜਵਾਨ ਲੜਕਾ ਜਸਪਾਲ ਸਿੰਘ ਨਾਮ ਦਾ ਜਿਹਨੂੰ ਪੁਲਿਸ ਨੇ ਅਗਵਾਹ ਕਰਕੇ ਕੁਛ ਪਤਾ ਨਹੀਂ ਹੈ ਕਿ ਕੀ ਕੁਛ ਕਰ ਦਿੱਤਾ ਸੋ ਉਹਦੇ 'ਤੇ ਸਾਥੀ ਰਣਵੀਰ ਸਿੰਘ ਸਾਡੇ ਨਾਲ ਗੱਲਬਾਤ ਕਰਨਗੇ ਕਿ ਅਸਲ ਹੋਇਆ ਕੀ ਹੈ ਔਰ ਜਿਹੜੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਇੱਕ ਐਕਸ਼ਨ ਕਮੇਟੀ ਬਣਾਈ ਹੈ ਉਹ ਕੀ ਕੁਛ ਕਰ ਰਹੀਆਂ ਨੇ ਔਰ ਆਉਂਦੇ ਬੁੱਧਵਾਰ ਮੇਰਾ ਖਿਆਲ ਇੱਕ ਕਾਫੀ ਵੱਡਾ ਐਕਸ਼ਨ ਜਿਹੜਾ ਉਹਦਾ ਆਯੋਜਨ ਹੈ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਹੁਣ ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ 'ਤੇ ਨਾਇਨਸਾਫੀ ਦੇ ਖਿਲਾਫ ਜਿਹੜੀਆਂ ਇਕੱਠੇ ਹੋ ਕੇ ਤੁਸੀਂ ਸੰਘਰਸ਼ ਕਰ ਰਹੇ ਹੋ ਤੁਸੀਂ ਸਾਥੀ ਜੀ ਬਹੁਤ ਬਹੁਤ ਵਧਾਈ ਦੇ ਪਾਤਰ ਹੋ ਤੋ ਸਰੋਤਿਆਂ ਨਾਲ ਸਾਥੀ ਜੀ ਸਾਂਝ ਪਾਓ ਕਿ ਅਸਲ ਦੇ ਮਸਲਾ ਹੈ ਕੀ ਹੈ ਕਿੱਥੋਂ ਸ਼ੁਰੂਆਤ ਕਿੱਥੋਂ ਹੋਈ ਹੈ ਮਸਲੇ ਦੀ ਦੇਖੋ ਜੀ ਉਹ ਇੱਕ ਲੜਕਾ ਸੀ ਜਸਪਾਲ ਸਿੰਘ ਇਹ ਇੱਕ ਟੋਲ ਪਲਾਜ਼ੇ ਦੇ ਉੱਤੇ ਕੰਮ ਕਰਦਾ ਸੀ ਜੀ ਤੇ ਉੱਥੇ ਇੱਕ ਲੜਕੀ ਦੇ ਨਾਲ ਇਸ ਦੀ ਦੋਸਤੀ ਹੋ ਗਈ ਹਾਂਜੀ ਤੇ ਇਹ ਲੜਕੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਤਾਂ ਜੋ ਲੜਕੀ ਦਾ ਪਰਿਵਾਰ ਸੀ ਲੜਕੀ ਦੀ ਮਾਤਾ ਤੇ ਲੜਕੀ ਦਾ ਫਾਦਰ ਉਹਨਾਂ ਨੇ ਪੁਲਿਸ ਨੂੰ ਇਹ ਝੂਠੀ ਰਿਪੋਰਟ ਦਿੱਤੀ ਕਿ ਤਿੰਨ ਲੜਕੇ ਨੇ ਜਿਹੜੇ ਉਹ 18 ਮਈ ਨੂੰ ਖਤਰਨਾਕ ਹਥਿਆਰਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਹੋਏ ਨੇ ਅੱਛਾ ਜੀ ਤੇ ਪੁਲਿਸ ਨੂੰ ਰਿਪੋਰਟ ਮਿਲਦੀ ਆ ਤੇ ਜਿਹੜਾ ਫਰੀਦਕੋਟ ਦਾ MLA ਕਿੱਕੀ ਢਿੱਲੋਂ ਤੇ ਪੁਲਿਸ ਵਾਲੇ ਉਹਦੇ ਨਾਲ ਗੱਲ ਕਰਦੇ ਆ ਤੇ ਕਿੱਕੀ ਢਿੱਲੋਂ ਇਹ ਕਹਿੰਦਾ ਵੀ ਤੁਸੀਂ ਮੁੰਡੇ ਨੂੰ ਖਪਾ ਦਿਓ ਹਨਾ ਕੁਛ ਵੀ ਲੱਭਣਾ ਨੀ ਚਾਹੀਦਾ ਤੇ ਤੁਸੀਂ ਦੇਖੋ ਵੀ ਹਥਿਆਰਾਂ ਬਾਰੇ ਇਹ ਕਿਹਾ ਗਿਆ ਵੀ ਮੁੰਡੇ ਕੋਲ ਹਥਿਆਰ ਨੇ ਤੇ ਤਿੰਨ ਜਾਣੇ ਪੁਲਿਸ ਵਾਲੇ ਨੂੰ ਫੜਨ ਚਲੇ ਜਾਂਦੇ ਆ ਜੀ ਤੁਸੀਂ ਜੇ ਤੁਹਾਨੂੰ ਇਹ ਸੀ ਬਈ ਜਿਹੜੀ ਜ਼ਿਆਦਾ ਖਤਰਨਾਕ ਹਥਿਆਰ ਨੇ ਤਾਂ ਤੁਸੀਂ ਪ੍ਰੋਪਰ ਆਪਣੀ ਤਿਆਰੀ ਨਾਲ ਕਿਉਂ ਨੀ ਗਏ ਬਿਲਕੁਲ ਹੋ ਸਕਦੇ ਅਟੈਕ ਵੀ ਕਰ ਸਕਦੇ ਸੀ ਲੜਕੇ ਉਹ ਤੁਸੀਂ ਤਿੰਨ ਜਾਣੇ ਜਾਂਦੇ ਹੋ ਤੇ ਉਹ ਲੜਕੇ ਨੂੰ ਫੜ ਕੇ ਤੁਸੀਂ ਤਿੰਨਾਂ ਲੜਕਿਆਂ ਨੂੰ ਆਪਣਾ ਸੀ ਇਸ ਸਟਾਫ ਦੇ ਵਿੱਚ ਲੈ ਆਉਣੇ ਉੱਥੇ ਆ ਕੇ ਲੜਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਲੜਕਾ ਉਹਨਾਂ ਦੀ ਕੁੱਟਮਾਰ ਨੂੰ ਸਹਿਣ ਨੀ ਕਰ ਸਕਦਾ ਤੇ ਉਹ ਉਸਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਦੂਸਰੇ ਦਿਨ ਜਿਹੜਾ CA ਸਟਾਫ ਦਾ ਇੰਚਾਰਜ ਸੀ ਇੰਸਪੈਕਟਰ ਨਰਿੰਦਰ ਸਿੰਘ ਉਹ ਆਪਣੇ ਰਿਵਾਲਵਰ ਨਾਲ ਨੀ ਜਿਹੜਾ ਦੂਸਰੇ ਮੁਲਾਜ਼ਮ ਦੀ ਗੱਲ ਸੀ ਉਹ ਉਸ ਦੇ ਨਾਲ ਸੁਸਾਈਡ ਕਰਦਾ ਹੁਣ ਇਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਬਿਲਕੁਲ 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 ਉਹਦੇ ਕੋਲ ਆਪਣਾ ਰਿਵਾਲਵਰ ਸੀ ਉਹਦੇ ਕੋਲ ਪਿਆ ਸੀ ਉਹਨੇ ਉਸ ਨਾਲ ਸੁਸਾਈਡ ਕਰਨ ਦੀ ਬਜਾਏ ਉਹ ਦੂਸਰੇ ਨਾਲ ਕਿਉਂ ਕੀਤਾ ਜਿਹੜਾ ਮੀਡੀਆ ਦੇ ਵਿੱਚ ਫੈਲਾਇਆ ਗਿਆ ਉਹ ਇਹ ਫੈਲਾਇਆ ਗਿਆ ਵੀ ਉਹਨੇ ਖੁਦਕੁਸ਼ੀ ਕੀਤੀ ਹੈ ਔਰ ਜਦਕਿ ਜਿੱਦਾਂ ਤੁਸੀਂ ਦੱਸ ਰਹੇ ਨੇ ਉਹਦੇ ਢਿੱਡ ਦੇ ਵਿੱਚ ਗੋਲੀ ਲੱਗੀ ਆਪਣੇ ਰਿਵਾਲਵਰ ਦੇ ਨਾਲ ਨਹੀਂ ਲੱਗੀ ਹੋਈ ਉਹਦੇ ਜਿਹੜੇ ਕਾਂਸਟੇਬਲ ਜਿਹੜਾ ਨਾਲ ਆ ਉਹਦੇ ਰਿਵਾਲਵਰ ਨਾਲ ਲੱਗੀ ਆ ਇਹ ਬਹੁਤ ਇੰਪੋਰਟੈਂਟ ਪੁਆਇੰਟ ਆ ਕਿ ਉਹਦੀ ਖੁਦਕੁਸ਼ੀ ਨਹੀਂ ਹੋਈ ਸਾਨੂੰ ਇਹਦਾ ਲੱਗ ਰਿਹਾ ਵੀ ਸ਼ਾਇਦ ਉਹਦਾ ਮਰਡਰ ਹੀ ਹੋਇਆ ਆ ਮਰਡਰ ਹੀ ਹੋਇਆ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਤਾਰਾਂ ਜੁੜੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਇਸ ਕੇਸ ਦੇ ਵਿੱਚ ਇਨਵੋਲਵ ਨੇ ਹੋ ਸਕਦਾ ਕਿ ਨਰਿੰਦਰ ਸਿੰਘ ਉਹ ਚੀਜ਼ਾਂ ਨੂੰ ਬਾਹਰ ਲੈ ਕੇ ਆਉਣਾ ਚਾਹੁੰਦਾ ਹੋਵੇ ਤੇ ਉਹਨਾਂ ਨੇ ਉਸ ਨੂੰ ਖਤਮ ਦੇਖੋ ਤੁਸੀਂ ਇੱਕ ਹੋਰ ਦੇਖੋ ਕਿ ਜਦੋਂ ਨਰਿੰਦਰ ਸਿੰਘ ਦੀ ਡੈਥ ਹੁੰਦੀ ਆ ਨਰਿੰਦਰ ਸਿੰਘ ਦੀ ਡੈਥ ਹੋਣ ਤੋਂ ਬਾਅਦ ਪੁਲਿਸ ਵਾਲੇ ਇਹ ਕਹਿੰਦੇ ਆ ਕਿ ਤੁਹਾਡੇ ਲੜਕੇ ਨੇ ਸੁਸਾਈਡ ਕੀਤਾ ਤੇ ਉਸ ਨੇ ਸੁਸਾਈਡ ਤੋਂ ਬਾਅਦ ਜਿਹੜਾ ਇੱਕ ਲੈਟਰ ਲਿਖਿਆ ਹੈਗਾ ਜਦਕਿ
ਨਰਿੰਦਰ ਸਿੰਘ ਦੇ ਡੈਥ ਤੋਂ ਪਹਿਲਾਂ ਪੁਲਿਸ ਵਾਲੇ ਇਹ ਕਹਿੰਦੇ ਰਹੇ ਨੇ ਕਿ ਤੁਹਾਡੇ ਲੜਕੇ ਨੂੰ ਕੋਈ ਸਿੱਖ ਸਰਦਾਰ ਬੰਦੇ ਆਏ ਸੀ ਅੰਮ੍ਰਿਤਧਾਰੀ, ਉਹ ਇਹ ਵੀ ਗੱਲ ਆਈ ਬਿਲਕੁਲ ਬਿਲਕੁਲ, ਉਹਨਾਂ ਨੇ ਹਾਂ ਉਹਨਾਂ ਸਮਾਂ ਉਹਨਾਂ ਨੇ ਦੱਸਿਆ ਨੀ ਹੈ ਕਿ ਲੜਕਾ ਖੁਦਕੁਸ਼ੀ ਕਰ ਚੁੱਕਿਆ, ਲੜਕਾ ਤਾਂ ਪਹਿਲਾਂ ਹੀ ਮਰ ਚੁੱਕਿਆ ਸੀ ਨਰਿੰਦਰ ਸਿੰਘ ਤੋਂ। ਇਸ ਕਰਕੇ ਅਸੀਂ ਇਹ ਇਨਕੁਆਇਰੀ ਮੰਗ ਕਰ ਰਹੇ ਹਾਂ ਕਿ ਇਸ ਦੀ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਕੇਸ ਦੇ ਤਾਰ ਕਈ ਸੱਤ ਲੋਕਾਂ ਦੇ ਨਾਲ ਜੁੜਦੇ ਨੇ। ਦੂਸਰਾ ਜਿਹੜਾ ਉਹ ਇਹ ਕਹਿ ਰਹੇ ਨੇ ਕਿ ਲੜਕੇ ਨੇ ਖੁਦਕੁਸ਼ੀ ਕੀਤੀ ਆ, ਹਨਾ ਇੱਕ ਵੀਡੀਓ ਦੀ ਗੱਲ ਕਰ ਰਹੇ ਵੀਡੀਓ ਹੈ ਪੁਲਿਸ ਵਾਲੇ, ਅਸੀਂ ਵੀ ਪੁਲਿਸ ਨੂੰ ਇਹ ਦਾਅਵਾ ਕਰਦੇ ਹਾਂ ਕਿ ਤੁਸੀਂ ਵੀਡੀਓ ਆਮ ਲੋਕਾਂ ਦੇ ਵਿੱਚ ਆ ਕੇ ਇੱਕ ਧਰਨੇ ਦੇ ਵਿੱਚ ਕਿਉਂ ਨੀ ਦਿਖਾਉਂਦੇ। ਉਹ ਕਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਬੁਲਾ ਲੈਂਦੇ ਨੇ, ਕਦੇ ਮਾਂ ਨੂੰ ਬੁਲਾ ਲੈਂਦੇ ਨੇ ਕਿ ਆਹ ਦੇਖੋ ਜਿਹੜੀ ਤੁਹਾਡੇ ਲੜਕੇ ਦੀ ਵੀਡੀਓ ਆ, ਅਸੀਂ ਕਹਿੰਦੇ ਕਿ ਵੀਡੀਓ ਸਾਨੂੰ ਦੇ ਦਿਓ, ਅਸੀਂ ਚੈੱਕ ਕਰਵਾ ਲੈਂਦੇ ਹਾਂ ਕਿ ਉਹ ਸਹੀ ਆ ਕਿ ਗਲਤ ਆ। ਪਹਿਲੀ ਗੱਲ ਤਾਂ ਇਹ ਆ ਜੀ, ਮੰਨ ਵੀ ਲਈਏ ਕਿ ਲੜਕੇ ਨੇ ਖੁਦਕੁਸ਼ੀ ਕੀਤੀ ਆ, ਤਾਂ ਹਿੰਦੁਸਤਾਨ ਦੇ ਸੰਵਿਧਾਨ ਦੇ ਅਨੁਸਾਰ ਆ ਵੀ ਜੋ ਲੜਕੇ ਨੂੰ ਖੁਦਕੁਸ਼ੀ ਲਈ ਮਜਬੂਰ ਕਰਦੇ ਨੇ ਜਾਂ ਕੀਤਾ ਜਿਨ੍ਹਾਂ ਨੇ, ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ। ਆਪਣੇ ਜੇ ਪਰਿਵਾਰ ਚ ਵੀ ਖੁਦਕੁਸ਼ੀ ਕਰਦੇ, ਜੇ ਕੋਈ ਪਰੇਸ਼ਾਨ ਕਰ ਰਿਹਾ ਹੋਵੇ ਆਪਾਂ ਉਹਦਾ ਨਾਮ ਲਿਖਵਾ ਕੇ ਉਹਦੇ ਪਰਚਾ ਦਰਜ ਕਰਵਾਉਣੇ ਆ ਜੀ, ਬਿਲਕੁਲ, ਤਾਂ ਉਹਨਾਂ ਦੇ ਉੱਤੇ ਪਰਚਾ ਇਸ ਕਰੇ ਵੀ ਬਣਦਾ ਜੇ ਪੁਲਿਸ ਦੀ ਥਿਊਰੀ ਦੇ ਅਨੁਸਾਰ ਚੱਲੀ ਵੀ ਖੁਦਕੁਸ਼ੀ ਕੀਤੀ ਆ। ਦੂਸਰੀ ਗੱਲ, ਪੁਲਿਸ ਨੇ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟਿਆ, ਪੁਲਿਸ ਨੇ ਪੈਰ ਪੈਰ ਦੇ ਆਪਣੀ ਥਿਊਰੀ ਬਦਲੀ, ਪਹਿਲਾਂ ਉਹਨਾਂ ਨੇ ਕਿਹਾ ਕਿ ਲੜਕੇ ਨੂੰ ਕੋਈ ਲੈ ਗਿਆ, ਦੂਸਰੇ ਨੰਬਰ ਤੇ ਕਿਹਾ ਲੜਕੇ ਨੇ ਖੁਦਕੁਸ਼ੀ ਕੀਤੀ ਆ, ਤੀਜੇ ਨੰਬਰ ਤੇ ਲਾਸ਼ ਲੈਣ ਤੋਂ ਇਨਕਾਰੀ ਕਰਦੇ ਰਹੇ, ਤੀਜੇ ਨੰਬਰ ਤੇ ਦੱਸਿਆ ਵੀ ਲਾਸ਼ ਜਿਹੜੀ ਅਸੀਂ ਨਹਿਰ ਦੇ ਵਿੱਚ ਸੁੱਟ ਚੁੱਕੇ ਹਾਂ। ਹੁਣ ਪੁਲਿਸ ਆ ਜਿਹੜੀ ਉਹ ਲਾਸ਼ ਨੂੰ ਨਹਿਰ ਦੇ ਵਿੱਚ ਲੱਭ ਨਹੀਂ ਰਹੀ ਜਾਣ ਬੁੱਝ ਕੇ, ਉਹਦਾ ਕਾਰਨ ਕਿਉਂਕਿ ਲਾਅ ਦੇ ਅਨੁਸਾਰ ਕਾਨੂੰਨ ਦੇ ਅਨੁਸਾਰ ਇਹ ਆ ਵੀ ਜੇਕਰ ਲਾਸ਼ ਨਹੀਂ ਮਿਲਦੀ ਤਾਂ 7 ਸਾਲ ਤੱਕ ਤੁਸੀਂ ਬੰਦੇ ਨੂੰ ਗੁੰਮਸ਼ੁਦਾ ਲਿਖਾ ਸਕਦੇ ਹੋ। ਜੇ ਉਹ ਬੱਚਾ ਗੁੰਮਸ਼ੁਦਾ ਲਿਖਾਇਆ ਜਾਂਦਾ ਤਾਂ ਜਿਹੜਾ ਪੁਲਿਸ ਵਾਲਿਆਂ ਤੇ ਪਰਚਾ ਹੋਇਆ ਉਹ ਬਰੀ ਹੋ ਜਾਣਗੇ, ਬਰੀ ਹੋ ਜਾਣਗੇ। ਇਸ ਕਰਕੇ ਪੁਲਿਸ ਉਹ ਲਾਸ਼ ਨੂੰ ਲੱਭਣਾ ਨਹੀਂ ਚਾਹੁੰਦੀ, ਉਹਨੂੰ ਗੁੰਮਸ਼ੁਦਗੀ ਦੇ ਖਾਨੇ ਦੇ ਵਿੱਚ ਪਾ ਕੇ ਆਪਣੇ ਮੁਲਾਜ਼ਮਾਂ ਨੂੰ ਬਚਾਉਣਗੇ। ਬਿਲਕੁਲ ਬਿਲਕੁਲ। ਦੂਸਰਾ ਜਿਹੜਾ ਇਹਦੇ ਵਿੱਚ ਕਾਰਨ ਹੈਗਾ, ਇੱਕ ASI ਬਲਾਲ ਸਿੰਘ, ਪੁਲਿਸ ਉਸ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਗੁਰਲਾਲ ਸਿੰਘ ਉਹ ਬੰਦਾ ਜਿਹੜਾ ਟੋਰਚਰ ਕਰਨ ਦੇ ਵਿੱਚ ਉੱਥੇ ਪੂਰਾ ਫੇਮਸ ਆ ਉਸ ਇਲਾਕੇ ਦੇ ਵਿੱਚ, ਕਿਸੇ ਨੂੰ ਪੁੱਠਾ ਲਟਕਾਉਣਾ, ਕਿਸੇ ਨੂੰ ਕੁੱਟਣਾ, ਉਸਨੇ ਪਹਿਲਾਂ ਵੀ ਜਿਹੜੇ 8-9 ਲੜਕੇ ਉਹਨਾਂ ਨੇ ਇਸ ਕਰਕੇ ਮਾਰੇ ਨੇ। ਹੁਣ ਉਹਨਾਂ ਨੂੰ ਇਹ ਹੈ ਕਿ ਉਹ ਗੁਰਲਾਲ ਸਿੰਘ ਨੂੰ ਅਸੀਂ ਬਚਾਉਣਾ ਕਿਉਂਕਿ ਉਹ ਟੋਰਚਰ ਕਰਨ ਦੇ ਵਿੱਚ ਮਾਹਰ ਆ, ਜੇ ਉਹ ਚਲਾ ਗਿਆ ਤਾਂ ਪੁਲਿਸ ਕੀ ਰਹਿਣਾ। ਗੁਰਲਾਲ ਸਿੰਘ ਹੁਣ ਉਹਦੇ ਵਿੱਚ ਇਨਵੋਲਵ ਹੈ, ਇਹਨੂੰ ਬਚਾਉਣ ਦੇ ਲਈ ਪੁਲਿਸ ਜਿਹੜੀ ਉਹ ਲੱਗੀ ਹੋਈ ਹੈ। ਇਸ ਦੇ ਵਿੱਚ ਅਕਾਲੀ ਸੋਰੀ ਕਾਂਗਰਸੀ ਲੀਡਰ ਆ ਜਿਹੜਾ ਕਿੱਕੇ ਢਿੱਲੋਂ, ਉਹ ਪੁਲਿਸ ਦੀ ਪੈਕ ਤੇ ਖੜਾ, ਕੱਲ ਉਸਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਮੇਰੇ ਉੱਤੇ ਸਿਆਸੀ ਜਿਹੜੇ ਮੇਰੇ ਵਿਰੋਧੀ ਨੇ ਉਹ ਮੇਰੇ ਉੱਤੇ ਇਲਜ਼ਾਮ ਲਾ ਰਹੇ ਨੇ, ਜਦਕਿ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਲੜਕੇ ਦਾ ਨਾਨਾ ਪਰਿਵਾਰ ਆ ਜਸਪਾਲ ਦਾ, ਉਹ ਕਿੱਕੇ ਢਿੱਲੋਂ ਦਾ ਪੱਕਾ ਹਮਾਇਤੀ ਆ ਤੇ ਵੋਟਾਂ ਦੇ ਵਿੱਚ ਕਿੱਕੇ ਢਿੱਲੋਂ ਦੀ ਉਹਨਾਂ ਨੇ ਡੱਟ ਕੇ ਹਮਾਇਤ ਕੀਤੀ ਆ, ਤੇ ਕਿੱਕੇ ਢਿੱਲੋਂ ਦੇ ਘਰ ਉਹ ਗਏ ਇਨਸਾਫ਼ ਲੈਣ ਦੇ ਲਈ, ਸਾਡਾ ਬੱਚਾ ਪੁਲਿਸ ਨੇ ਫੜ ਲਿਆ ਤੇ ਤੁਸੀਂ ਸਾਡੀ ਮਦਦ ਕਰੋ, ਤੇ ਉਹਨਾਂ ਦੀ ਮਦਦ ਕਰਨ ਦੀ ਬਜਾਏ ਕਿੱਕੇ ਢਿੱਲੋਂ ਉਹਨਾਂ ਨੂੰ ਇਹ ਕਹਿ ਰਿਹਾ ਕਿ ਤੁਹਾਡਾ ਮੁੰਡਾ ਉੱਥੇ ਲੈਣ ਕੀ ਗਿਆ ਸੀ। ਮਤਲਬ ਉਹ ਜਿਹੜੀ ਇਹ ਗੱਲ ਕਹਿ ਰਹੇ ਮੇਰੇ ਸਿਆਸੀ ਵਿਰੋਧੀ ਕਹਿ ਰਹੇ ਨੇ, ਜਦਕਿ ਉਹ ਤਾਂ ਉਹਦੀ ਪਾਰਟੀ ਦੇ ਬੰਦੇ ਨੇ। ਇਸ ਕਰਕੇ ਇਹ ਸਾਰੇ ਕੇਸ ਦੇ ਵਿੱਚ ਬਹੁਤ ਸਾਰੇ ਜਿਹੜੇ ਤਾਰਾਂ ਜੁੜੀਆਂ ਹੋਈਆਂ ਨੇ, ਅਸੀਂ ਇਸ ਕਰਕੇ ਕਹਿਣਾ ਵੀ ਇਹਦੀ ਇਨਕੁਆਇਰੀ ਜਿਹੜੀ ਸਿਟਿੰਗ ਜੱਜ ਤੋਂ ਹੋਣੀ ਚਾਹੀਦੀ ਆ, ਫਿਰ ਹੀ ਜਿਹੜਾ ਮਸਲਾ ਕਲੀਅਰ ਹੋ ਸਕਦਾ ਵੀ ਉਹਦੇ ਵਿੱਚ ਅਸਲ ਦੇ ਵਿੱਚ ਕੀ ਆ, ਕਿ SSP ਡਾਇਰੈਕਟ ਜਿਹੜਾ ਹੈਗਾ ਉਹ ਪਹਿਲਾਂ ਆਪਣੇ ਪਰਿਵਾਰ ਨੂੰ ਧਮਕੀਆਂ ਦਿੰਦੇ ਰਹੇ, ਫਿਰ ਪਰਿਵਾਰ ਦੇ ਬੰਦੇ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਪਰਿਵਾਰ ਵਾਲੇ ਡਟੇ ਹੋਏ ਕਿ ਸਾਡੇ ਲੜਕੇ ਨੂੰ ਇਨਸਾਫ਼ ਮਿਲਣਾ ਚਾਹੀਦਾ, ਲਾਸ਼ ਨਹੀਂ ਲੱਭ ਸਕੇ। ਬਿਲਕੁਲ ਬਿਲਕੁਲ। ਸਾਥੀ ਜੀ, ਇੱਕ ਜਿਹੜਾ ਇੱਕ ਗੱਲ ਵਿੱਚ ਹੋਰ ਜ਼ਰੂਰੀ ਆਈ ਸੀਗੀ ਕਿ ਉਹ ਜਿਹੜੇ ਦੋ ਜਿਹੜੇ ਨੌਜਵਾਨ ਅੰਮ੍ਰਿਤਧਾਰੀ ਨੌਜਵਾਨ ਜਿਨ੍ਹਾਂ 'ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਬਾਅਦ 'ਚ ਬਰੀ ਵੀ ਕੀਤਾ ਗਿਆ, ਉਹ ਥੋੜ੍ਹੇ ਉਹ 'ਤੇ ਚਾਨਣਾ ਪਾਓ ਕਿ
ਕਿੱਡਾ ਵੱਡਾ ਝੂਠ ਬੋਲਿਆ ਜਾ ਰਿਹਾ ਸੀ। ਤੁਸੀਂ ਇਹ ਦੇਖੋ ਵੀ ਕਿ ਜਿਹੜੇ ਜਸਪਾਲ ਸਿੰਘ ਨੂੰ ਫੜਨ ਗਏ ਸੀ ਉਹਦੇ ਨਾਲ ਦੋ ਲੜਕੇ ਹੋਰ ਸੀ, ਉਹ ਜਦੋਂ ਦੋ ਲੜਕਿਆਂ ਨੂੰ ਪੁਲਿਸ ਨੇ ਫੜਿਆ ਤੇ ਉਸ ਤੋਂ ਬਾਅਦ ਸੰਘਰਸ਼ ਹੋਇਆ, ਮਸਲਾ ਹਾਈਲਾਈਟ ਹੋ ਗਿਆ, ਤਾਂ ਉਹਨਾਂ ਦੋ ਲੜਕਿਆਂ ਨੂੰ ਪੁਲਿਸ ਨੇ ਛੱਡਿਆ ਤੇ ਇਹ ਕਹਿ ਕੇ ਛੱਡਿਆ ਵੀ ਇਹਨਾਂ ਦਾ ਕੋਈ ਕਸੂਰ ਨਹੀਂ, ਤਾਂ ਇਹਦਾ ਮਤਲਬ ਜਸਪਾਲ ਸਿੰਘ ਵੀ ਬਰੀ ਆ, ਜਸਪਾਲ ਦਾ ਕੋਈ ਕਸੂਰ ਨਹੀਂ। ਬਿਲਕੁਲ, ਤਾਂ ਤਿੰਨੋਂ ਲੜਕੇ ਬੇਕਸੂਰ ਸੀ, ਪੁਲਿਸ ਨੇ ਜਾਣ ਬੁੱਝ ਕੇ ਜਿਹੜਾ ਉਹਨਾਂ ਨੂੰ ਉੱਥੋਂ ਅਰੈਸਟ ਕੀਤਾ ਗਾ ਤੇ ਕਿੱਕੀ ਢਿੱਲੋਂ ਦੇ ਕਹਿਣ ਤੇ ਕੀਤਾ ਗਾ। ਤੇ ਜੇ ਹੁਣ ਇੱਕ ਬੇਕਸੂਰ ਬੰਦੇ ਨੂੰ ਤੁਸੀਂ ਨਜਾਇਜ਼ ਹਿਰਾਸਤ ਦੇ ਵਿੱਚ ਰੱਖਦੇ ਹੋ, ਕੋਈ ਅਰੈਸਟ ਨਹੀਂ ਪਾਈ ਜਾਂਦੀ, ਕੋਈ FIR ਨਹੀਂ ਹੁੰਦੀ ਹੈਗੀ, ਤਾਂ ਪੁਲਿਸ ਸਿੱਧੀ ਸਿੱਧੀ ਇਹਦੇ ਵਿੱਚ ਦੋਸ਼ੀ ਹੈ ਜੀ। ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ ਸਾਥੀ ਜੀ, ਕੋਈ ਸ਼ੱਕ ਨਹੀਂ। ਔਰ ਬਿਲਕੁਲ ਅਸਲ ਦੇ ਵਿੱਚ ਜਿਹੜਾ ਇਹਨੂੰ ਆਪਾਂ ਜੇ ਥੋੜ੍ਹਾ ਜਿਹਾ ਵੱਡੇ ਲੈਵਲ 'ਚ ਦੇਖਣਾ ਹੋਵੇ ਵੀ ਜਿਸ ਤਰੀਕੇ ਦੇ ਨਾਲ ਫਾਸ਼ੀਵਾਦੀ ਤਾਕਤਾਂ ਮੁੜ ਕੇ ਪਾਵਰ ਦੇ ਵਿੱਚ ਆਈਆਂ ਆ, ਤੇ ਇਹ ਜਿਹੜਾ ਟ੍ਰੈਂਡ ਇੱਕ ਨਹੀਂ ਬਣਨਾ ਚਾਹੀਦਾ। ਔਰ ਇਸੇ ਕਰਕੇ ਹੀ ਜਿਹੜਾ ਤੋ ਸਾਥੀ ਜੀ ਇਹਦੇ ਨਾਲ ਨਾਲ ਆਪਾਂ ਗੱਲਬਾਤ ਕਰੀਏ ਕਿ ਇਹ ਜਿਹੜੀਆਂ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਇਹ ਸੰਘਰਸ਼ ਦੇ ਵਿੱਚ ਜੁੜੀਆਂ, ਔਰ ਇਸ ਟਾਈਮ ਪੂਰਾ ਦਿਨ ਰਾਤ ਜਿਹੜਾ ਉੱਥੇ ਜਿਹੜਾ ਥਾਣੇ ਦੇ ਸਾਹਮਣੇ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਔਰ ਆਉਣੇ ਵਾਲੇ ਸਮੇਂ ਦੇ ਵਿੱਚ ਸੰਘਰਸ਼ ਕਿਹੜੇ ਪਾਸੇ ਜਾ ਰਿਹਾ ਹੈ? ਦੇਖੋ ਜੀ, ਇਸ ਦੇ ਵਿੱਚ ਆਪਾਂ 29 ਮਈ ਨੂੰ ਇੱਕ ਬਹੁਤ ਵੱਡਾ ਜਿਹੜਾ ਧਰਨਾ ਹੈਗਾ ਉਹ ਫਰੀਦਕੋਟ SSP ਦਫ਼ਤਰ ਬਾਹਰ ਲਾ ਰਹੇ ਹਾਂ ਜੀ। ਜੀ, ਉਸ ਦੇ ਵਿੱਚ ਜਿਹੜੀਆਂ ਸੰਘਰਸ਼ ਕਮੇਟੀ ਬਣੀ ਆ ਤੇ ਉਹਦੇ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ, ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਮੈਡੀਕਲ ਪ੍ਰੈਕਟੀਸ਼ਨਰ ਜਥੇਬੰਦੀ ਆ ਤੇ ਹੋਰ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ, ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਵਕੀਲਾਂ ਦੀਆਂ, ਹੋਰ ਉਸ ਮੁਲਾਜ਼ਮਾਂ ਦੀਆਂ ਉਸ ਦੇ ਵਿੱਚ ਸ਼ਾਮਲ ਨੇ। ਤੇ 29 ਮਈ ਨੂੰ ਜਿਹੜਾ ਹੁਣ ਧਰਨਾ ਲਾ ਰਹੇ ਹਾਂ ਉਸ ਦੇ ਵਿੱਚ ਕਿੱਕੀ ਢਿੱਲੋਂ ਪਿੰਡ ਪਿੰਡ ਜਾ ਕੇ ਸਰਪੰਚਾਂ ਨੂੰ ਫੋਨ ਕਰ ਰਿਹਾ ਤੇ ਕਹਿ ਰਿਹਾ ਕਿ ਪਿੰਡਾਂ ਦੇ ਵਿੱਚੋਂ ਬੰਦੇ ਉਸ ਧਰਨੇ ਦੇ ਵਿੱਚ ਨਹੀਂ ਜਾਣੇ ਚਾਹੀਦੇ। ਤੇ ਸਾਦਕ ਤਹਿਸੀਲ ਆ ਉੱਥੇ ਫਰੀਦਕੋਟ ਦੇ ਵਿੱਚ, ਉੱਥੋਂ ਦੇ ਦੁਕਾਨਦਾਰਾਂ ਨੇ ਆਪ ਸਾਨੂੰ ਫੋਨ ਕਰਕੇ ਫੈਸਲਾ ਕੀਤਾ ਸੀ ਕਿ ਅਸੀਂ 11 ਵਜੇ ਤੱਕ ਜਿਹੜੀਆਂ ਸਾਡੀਆਂ ਦੁਕਾਨਾਂ ਨੇ ਉਹ ਬੰਦ ਰੱਖਾਂਗੇ, ਬਈ ਜਸਪਾਲ ਨੂੰ ਇਨਸਾਫ਼ ਮਿਲਣਾ ਚਾਹੀਦਾ। ਕਿੱਕੀ ਢਿੱਲੋਂ ਨੇ ਉਹਨਾਂ ਦੁਕਾਨਦਾਰਾਂ ਨੂੰ ਧਮਕੀਆਂ ਦਿੱਤੀਆਂ ਕਿ ਤੁਹਾਡੀ ਸਟ੍ਰਾਈਕ ਨਹੀਂ ਹੋਣੀ ਚਾਹੀਦੀ, ਦੁਕਾਨਾਂ ਨਹੀਂ ਬੰਦ ਹੋਣੀਆਂ ਚਾਹੀਦੀਆਂ। ਤੇ ਉਹਨਾਂ ਨੇ ਫਿਰ ਸਾਨੂੰ ਸਵੇਰੇ ਫੋਨ ਕੀਤਾ ਵੀ ਕਿੱਕੀ ਢਿੱਲੋਂ ਸਾਨੂੰ ਦੁਕਾਨਾਂ ਬੰਦ ਨਹੀਂ ਕਰਨ ਦੇ ਰਿਹਾ। ਇਹ ਗੱਲ ਸਿੱਧੀ ਸਿੱਧੀ ਸਾਬਤ ਆ ਕਿ ਇਹ ਮਸਲਾ ਕਿੰਨਾ ਗੰਭੀਰ ਆ ਜੀ, ਕਿਸ ਤਰੀਕੇ ਨਾਲ ਇਹਦੇ ਵਿੱਚ ਸਿਆਸੀ ਤੇ ਪੁਲਿਸ ਮਿਲ ਕੇ ਜਿਹੜਾ ਇੱਕ ਕਾਲਾ ਦੌਰ ਸੀ ਪੰਜਾਬ ਦੇ ਵਿੱਚ ਇੱਕ 10 ਸਾਲਾਂ ਦਾ 83-94 ਤੱਕ ਉਹਦੀ ਯਾਦ ਦਵਾਲ ਰਹੇ ਦੁਬਾਰੇ ਪੱਤਨ ਦੇ ਵਿੱਚ ਹਜ਼ਾਰਾਂ ਮੁੰਡਿਆਂ ਨੂੰ ਇਹਨਾਂ ਨੇ ਲਾਸ਼ਾਂ ਨੂੰ ਮੱਛੀਆਂ ਨੇ ਜਿਹੜਾ ਖਾਧਾ, ਇੰਨੇ ਮੁੰਡੇ ਇਹਨਾਂ ਨੇ ਮਾਰੇ ਤੇ ਉਹੀ ਕੁਝ ਅੱਜ ਪੰਜਾਬ ਦੇ ਵਿੱਚ ਦੁਬਾਰਾ ਹੋਏ। ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਫਾਸ਼ੀਵਾਦੀ ਤਾਕਤਾਂ ਅੱਜ ਦੁਬਾਰਾ ਜਿੱਤੀਆਂ ਨੇ, ਤੇ ਹੁਣ ਫਾਸ਼ੀਵਾਦੀ ਤਾਕਤਾਂ ਨੇ ਜਬਰ ਦੇ ਨਾਲ ਤੇ ਦਰਾਵੇ ਦੇ ਨਾਲ ਲੋਕਾਂ ਦੇ ਉੱਤੇ ਰਾਜ ਕਰਨਾ, ਤੇ ਉਹਦੇ ਲਈ ਪੁਲਿਸ ਦੀ ਬੈਠ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਕੱਲ ਨੂੰ ਕਿਸੇ ਵੀ ਜਿਹੜੇ ਸਾਥੀ ਲੜ ਰਹੇ ਨੇ ਅੱਜ ਸੰਘਰਸ਼ ਕਮੇਟੀ ਦੇ, ਕੱਲ ਨੂੰ ਕਿਸੇ ਨੇ ਵੀ ਚੱਕ ਕੇ ਕੋਈ ਵੀ ਮਾਰ ਸਕਦਾ ਹੈਗਾ ਇੱਥੇ ਦੀ ਬਹੁਤ ਵੱਡਾ ਪੁਆਇੰਟ, ਕੋਈ ਇਨਕੁਆਇਰੀ ਨਹੀਂ ਕੋਈ। ਹਾਂਜੀ, ਇਸ ਕਰਕੇ ਜਿਹੜੀ ਉਹ ਕਾਲੇ ਦੌਰ ਵਾਲੀ ਦਹਿਸ਼ਤ ਹੈਗੀ ਸੀ ਪੁਲਿਸ ਦੀ, ਉਹ ਅੱਜ ਬਰਕਰਾਰ ਕਰਨ ਦੇ ਲਈ ਇਸ ਕਰਕੇ ਮੁੰਡਿਆਂ ਨੂੰ ਮਾਰਿਆ ਜਾ ਰਿਹਾ। ਮੁੰਡਿਆਂ ਨੂੰ ਪਹਿਲਾਂ ਨਸ਼ਿਆਂ ਦੇ ਵਿੱਚ ਲਾਇਆ ਇਹਨਾਂ ਨੇ ਪੰਜਾਬਦਿਆਂ ਨੂੰ ਜੀ, ਫਿਰ ਗੈਂਗਸਟਰ ਬਣਾਇਆ, ਹੁਣ ਜਦੋਂ ਪੰਜਾਬ ਦੀ ਜਵਾਨੀ ਬਦਨਾਮ ਕਰਤੀ ਹੈ ਤੇ ਹੁਣ ਕਿਸੇ ਨੂੰ ਵੀ ਗੈਂਗਸਟਰ ਤੇ ਨਸ਼ੇੜੀ ਕਹਿ ਕੇ ਇਨਕਾਊਂਟਰ ਕਰਕੇ ਮਾਰ ਦਿੰਦੇ ਆ ਜੀ। ਬਿਲਕੁਲ ਬਿਲਕੁਲ ਬਿਲਕੁਲ, ਪੰਜਾਬ ਬਹੁਤ ਬਹੁਤ ਵੱਡੇ ਸੰਕਟ ਦੇ ਵਿੱਚ ਆ, ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈ ਤੇ
ਇਹ ਪੁਲਿਸ ਉਸਦਾ ਫਾਇਦਾ ਲੈ ਕੇ ਹੁਣ ਉਸ ਪਾਸੇ ਨੂੰ ਤੁਰੀ ਹੋਈ ਹੈ ਜੀ। ਬਿਲਕੁਲ ਬਿਲਕੁਲ, ਇੱਕ ਢਿੱਲੋਂ ਵਰਗੇ ਲੀਡਰ ਨੌਜਵਾਨਾਂ ਨੂੰ ਵਰਗਲਾ ਕੇ ਵੋਟਾਂ ਦੇ ਵਿੱਚ ਵਰਤਦੇ ਨੇ, ਉਸ ਤੋਂ ਬਾਅਦ ਚਲੇ ਜਾਂਦੇ ਨੇ ਜੀ। ਅੱਜ ਉੱਥੇ ਬਾਕੀ ਪਾਰਟੀਆਂ ਵੀ ਸ਼ਾਮਿਲ ਹੋਈਆਂ, ਸੁਖਪਾਲ ਖਹਿਰੇ ਹੁਣੀ ਪਹਿਲੇ ਦਿਨ ਆਏ, ਉਸ ਤੋਂ ਬਾਅਦ ਕੋਈ ਦਿਸੇ ਨੀ ਹੈ। ਬੀਬੀ ਖਾਲੜਾ ਜੀ ਆਏ ਹੈ ਨਾ, ਬੀਬੀ ਖਾਲੜਾ ਜੀ ਖੜੇ, ਉਹਨਾਂ ਨੇ ਇਹ ਦੁਹਾਈ ਦਿੱਤੀ ਕਿ ਮੇਰੇ ਪਤੀ ਨੇ ਕਾਲੇ ਦੌਰ ਦੇ ਨੌਜਵਾਨਾਂ ਬਾਰੇ ਲਿਖਿਆ, ਅਸੀਂ ਕਹਿੰਦੇ ਹਾਂ ਚੰਗੀ ਗੱਲ ਲਿਖਿਆ ਕਿ ਹੁਣ ਵੀ ਤਾਂ ਉਹੀ ਜਸਪਾਲ ਆ ਨਾ ਜੋ ਪੁਲਿਸ ਨੇ ਮਾਰਿਆ। ਬਿਲਕੁਲ ਬਿਲਕੁਲ, ਹੁਣ ਸਾਨੂੰ ਕਿਉਂ ਨੀ ਦਿਸ ਰਿਹਾ ਹੈਗਾ? ਬਿਲਕੁਲ, ਉਹ ਖਾਲਾ ਸਾਹਿਬ ਦੀ ਰੈਲੇਵੈਂਸੀ ਤਾਂ ਇਹੀ ਆ ਕਿ ਜੋ ਅੱਜ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਨੌਜਵਾਨਾਂ ਨੂੰ ਖਪਾਇਆ ਜਾ ਰਿਹਾ, ਉਹਦੇ ਉੱਤੇ ਵੀ ਆਪਾਂ ਬੋਲੀਏ। ਬਿਲਕੁਲ ਬਿਲਕੁਲ ਜੀ, ਜਸਵੰਤ ਸਿੰਘ ਹੁਣਾਂ ਦੀ ਸੀ ਕੁਰਬਾਨੀ ਕਰਨੀ ਤੋਂ ਚਲੇ ਗਏ ਨੇ ਤੇ ਪਿਛਲੇ 22 ਤਰੀਕ ਤੋਂ SSP ਦਫ਼ਤਰ ਦੇ ਬਾਹਰ ਧਰਨੇ ਦੇ ਉੱਤੇ ਬੈਠੇ ਹੋਏ ਆ ਲੋਕ ਦਿਨ ਰਾਤ। ਉੱਥੇ ਮੀਂਹ ਹਨੇਰੀ ਆ, ਚ ਮੱਛਰ ਇੰਨਾ ਜ਼ਿਆਦਾ ਕਿ ਉੱਥੇ ਡਟੇ ਹੋਏ ਨੇ ਵਿਦਿਆਰਥੀ, ਨੌਜਵਾਨ, ਕਿਸਾਨ, ਮਜ਼ਦੂਰ। ਤੇ ਅੱਜ ਤੱਕ ਪੁਲਿਸ ਨੇ ਸੰਘਰਸ਼ ਕਮੇਟੀ ਨੂੰ ਬੁਲਾ ਕੇ ਗੱਲ ਨੀ ਕੀਤੀ ਜੀ। ਤੁਸੀਂ ਦੇਖੋ ਬਈ ਧਰਨਾ ਹਰ ਰੋਜ਼ ਚੱਲ ਰਿਹਾ, ਦਿਨ ਰਾਤ ਦੇ ਬੈਠੇ ਕਿ SSP ਨੇ ਅੱਜ ਤੱਕ ਬੁਲਾਇਆ ਨੀ ਉਹਨਾਂ ਨੂੰ ਕਿ ਦੱਸੋ ਤੁਹਾਡਾ ਮਸਲਾ ਕੀ, ਅਸੀਂ ਮਸਲਾ ਹੱਲ ਕਰਦੇ ਹਾਂ। ਬਹੁਤ ਗੁੰਡਾਗਰਦੀ ਹੈ, ਪਰਿਵਾਰ ਦੇ ਉੱਤੇ ਪ੍ਰੈਸ਼ਰ ਪਾ ਰਹੀ ਹੈ। ਹਾਂ, ਪਰਿਵਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਉਹ ਧਰਨਾ ਚੁਕਾਉਣਾ ਚਾਹੁੰਦੇ ਆ। ਇਹੀ ਪੰਜਾਬ ਦੇ ਵਿੱਚ ਜਲੂਰ ਕਾਂਡ ਦੇ ਵਿੱਚ ਆਪਾਂ ਦੇਖਿਆ, ਉੱਥੇ ਵੀ ਪੁਲਿਸ ਜਿਹੜੀ ਦੋਸ਼ੀਆਂ ਦੇ ਨਾਲ ਖੜੀ ਖੜੀ ਸੀ ਹਨਾ। ਤੇ ਕੁਝ ਦਿਨ ਪਹਿਲਾਂ ਤਰਨ ਤਾਰਨ ਦੇ ਵਿੱਚ 3 ਜੀਆਂ ਨੂੰ ਕਤਲ ਕੀਤਾ ਗਿਆ ਤੇ 1 14 ਸਾਲ ਦੀ ਬੱਚੀ ਸੀ, ਮਾਂ ਪਿਓ ਸੀ। ਤੇ ਪਿੰਡ ਵਾਲੇ ਜ਼ੋਰ ਲਾੜੇ ਹੋਏ ਆ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੋ, ਤੇ ਪੁਲਿਸ ਇਹ ਜ਼ੋਰ ਲਾ ਰਹੀ ਹੈ ਕਿ ਨਹੀਂ ਤੁਸੀਂ ਸੰਸਕਾਰ ਕਰ ਦਿਓ, ਸੰਸਕਾਰ ਕਰਨ ਤੋਂ ਬਾਅਦ ਅਸੀਂ ਦੋਸ਼ੀਆਂ ਨੂੰ ਫੜਾਂਗੇ। ਮਤਲਬ ਪੰਜਾਬ ਇੱਕ ਜੰਗਲ ਰਾਜ ਬਣਿਆ ਹੋਇਆ ਇਸ ਸਮੇਂ ਜੀ। ਕੱਲ 4 ਸਾਲ ਦੀ ਬੱਚੀ ਨਾਲ ਧੂਰੀ ਦੇ ਵਿੱਚ ਰੇਪ ਹੋਇਆ। ਬਿਲਕੁਲ, ਪੰਜਾਬ ਦਾ ਮੁੱਖ ਮੰਤਰੀ ਅਰੂਸਾ ਆਲਮ ਨੂੰ ਮਿਲਣ ਦੇ ਲਈ ਆਪਣੇ ਮਹਿਲ ਚੋਂ ਨਿਕਲਦਾ, ਹੋਰ ਉਹ ਕਦੇ ਮਹਿਲ ਚੋਂ ਨੀ ਨਿਕਲਦਾ ਜੀ। ਤੇ ਚੰਡੀਗੜ੍ਹ ਉਹ ਜਨਮ ਦਿਨ ਮਨਾ ਰਿਹਾ ਅਰੂਸਾ ਆਲਮ ਦਾ, ਜਿੱਦਾਂ ਇਹ ਸੀ ਵੀ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ, ਉਹ ਕੰਮ ਕੈਪਟਨ ਦਾ ਰਾਜਾ ਉਹ ਕਰ ਰਿਹਾ ਇਸ ਸਮੇਂ ਜੀ। ਤੇ ਬਿਲਕੁਲ ਸੁੱਤੇ ਹੋਏ ਨੇ, ਕਿਸੇ ਅੱਜ ਤੱਕ ਸਿੰਗਲ ਇੱਕ ਸਰਕਾਰ ਦਾ ਕਮੈਂਟ ਨਹੀਂ ਆਇਆ ਇਸ ਘਟਨਾ ਦੇ ਉੱਤੇ, ਜਦਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਚਰਚਿਤ ਇਸ਼ੂ ਜਿਹੜਾ ਹੈਗਾ ਉਹ ਜਸਪਾਲ ਵਾਲਾ ਇਸ਼ੂ ਹੈ ਜੀ। ਬਿਲਕੁਲ ਬਿਲਕੁਲ, ਔਰ ਸਾਥੀ ਜੀ ਬੜੀ ਅਫਸੋਸ ਦੀ ਗੱਲ ਹੈ ਕਿ ਮੁੜ ਕੇ ਭਗਵੰਤ ਮਾਨ ਵੀ ਜਿੱਤਿਆ ਸੰਗਰੂਰ ਤੋਂ, ਉਹਨੇ ਵੀ ਆ ਵੋਟਾਂ ਦੇ ਦਿਨ ਜਾ ਕੇ ਮਾਤਾ ਗੁਰਦੇਵ ਕੌਰ ਦੇ ਜਲੂਰ ਦੇ ਵਿੱਚ ਜਾ ਕੇ ਉਹਨੇ ਗੇੜੀ ਮਾਰੀ ਹੈ, ਉਹਨੇ ਵੀ ਹੁਣ ਤੱਕ ਫਿਰ ਮੁੜ ਕੇ ਉਹ ਚੁਣਿਆ ਗਿਆ ਆ। ਪਰ ਇਹ ਸਾਥੀ ਜੀ ਕੋਈ ਲੋਕਾਂ ਦੇ ਇਹ ਨੁਮਾਇੰਦੇ ਨਹੀਂ ਹੈਗੇ, ਸਭ ਉਹੀ ਬੁਰਜਵਾ ਕਲਾਸ ਦੇ ਵਿੱਚੋਂ ਹੈਗੇ ਨੇ ਜੀ। ਬਿਲਕੁਲ ਬਿਲਕੁਲ ਜੀ, ਤੁਸੀਂ ਇਹ ਦੇਖੋ ਵੀ ਭਗਵੰਤ ਮਾਨ ਉੱਥੇ ਦਲਿਤਾਂ ਵਾਲੇ ਪਾਸੇ ਜਾਣ ਤੋਂ ਪਹਿਲਾਂ ਜੋ ਜਿਹੜੇ ਚੌਧਰੀਆਂ ਨੇ ਮਾਤਾ ਨੂੰ ਸ਼ਹੀਦ ਕੀਤਾ, ਪਹਿਲਾਂ ਉਹਨਾਂ ਨੂੰ ਮਿਲ ਕੇ ਆਇਆ, ਉਹਨਾਂ ਦੀ ਰੈਲੀ ਕਰਵਾਉਣ ਤੋਂ ਬਾਅਦ ਉਹਨਾਂ ਨਾਲ ਗੱਲ ਕਰਕੇ ਇਸ ਪਾਸੇ ਆਇਆ, ਸਿੱਧਾ ਇਸ ਪਾਸੇ ਨਹੀਂ ਆਇਆ ਹੈਗਾ। ਤੇ ਹੈਲੋ, ਹਾਂਜੀ, ਸਾਥੀ ਤੁਹਾਡੀ ਨਾ ਵਿੱਚ ਆਵਾਜ਼ ਕੱਟੀ ਗਈ ਸੀ ਥੋੜੀ ਦੇਰ, ਹਾਂਜੀ ਤੁਸੀਂ ਰਿਪੀਟ ਕਰੋ ਮਾੜਾ ਜਿਹਾ। ਭਗਵੰਤ ਮਾਨ ਭਗਵੰਤ ਮਾਨ ਦੀ ਗੱਲ ਕਰ ਰਹੇ ਸੀ। ਹਾਂਜੀ, ਮੈਂ ਇਹ ਗੱਲ ਕਰ ਰਿਹਾ ਸੀ ਕਿ ਭਗਵੰਤ ਮਾਨ ਨੇ ਚੌਧਰੀਆਂ ਨੇ ਜਿਨ੍ਹਾਂ ਨੇ ਮਾਤਾ ਗੁਰਦੇਵ ਕੌਰ ਨੂੰ ਸ਼ਹੀਦ ਕੀਤਾ ਸੀ ਜੀ, ਉਹਨਾਂ ਦੇ ਚੌਧਰੀਆਂ ਦੀ ਮੀਟਿੰਗ ਔਰ ਰੈਲੀ ਕਰਨ ਤੋਂ ਬਾਅਦ ਉਹਨਾਂ ਨਾਲ ਗੱਲ ਕਰਕੇ ਮਾਤਾ ਗੁਰਦੇਵ ਵਾਲੇ ਪਾਸੇ ਆਇਆ ਹੈਗਾ। ਪਰ ਉਹ ਉੱਥੇ ਆ ਕੇ ਮਾਤਾ ਗੁਰਦੇਵ ਕੌਰ ਦੇ ਕਾਤਲਾਂ ਬਾਰੇ ਜਾਂ ਜ਼ਮੀਨ ਸਟਰਗਲ ਬਾਰੇ ਕੁਝ ਨੀ ਬੋਲਿਆ, ਸਿਰਫ ਇੱਕ ਕਵਿਤਾ ਸੁਣਾ ਕੇ ਸੰਤ ਰਾਮ ਦਾਸ ਜੀ ਦੀ, ਉਹ ਉੱਥੋਂ ਚਲਾ ਗਿਆ ਹੈਗਾ। ਉਹ ਕਿਉਂਕਿ ਜੋ ਉਹਨੂੰ ਕਮੇਟੀ ਕਰਨੀ ਆਉਂਦੀ ਆ ਉਹਨੇ ਉਹ ਕਰਕੇ ਉੱਥੋਂ ਚਲੇ ਜਾਣਾ, ਤੇ ਜੋ ਜ਼ਮੀਨ ਦਾ ਘੋਲ ਆ ਉਹ ਤਾਂ ਅੱਜ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਹੈਗਾ ਜੀ। ਬਿਲਕੁਲ, ਕੋਈ ਅੱਜ ਵੀ
ਲੋਕ ਲੜ ਰਹੇ ਨੇ ਕੋਈ ਸ਼ੱਕ ਨੀ ਸਾਥੀ ਜੀ ਹਾਂ ਇਸ ਲਈ ਇਹ ਜਸਪਾਲ ਵਾਲੇ ਕੇਸ ਦੇ ਵਿੱਚ 29 ਤਰੀਕ ਨੂੰ ਬਹੁਤ ਵੱਡਾ ਜਿਹੜਾ ਇਕੱਠਾ ਫਰੀਦਕੋਟ ਦੀ ਧਰਤੀ ਤੇ ਐਕਸ਼ਨ ਕਮੇਟੀ ਦੀ ਅਗਵਾਈ ਚ ਹੋਣਾ ਗਾ ਜੀ ਤੇ ਬਹੁਤ ਵੱਡੀ ਪੱਧਰ ਤੇ ਹੋਣਾ ਤੇ ਲੋਕ ਇਸ ਮਾਮਲੇ ਦੇ ਉੱਤੇ ਪੰਜਾਬ ਦੇ ਵਿੱਚ ਬੋਲ ਰਹੇ ਨੇ ਅਸੀਂ 28 ਤਰੀਕ ਤੱਕ ਐਕਸ਼ਨ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਪੋਸੀਬਲ ਹੁੰਦਾ ਐਕਸ਼ਨ ਕਰ ਸਕਦੇ ਹਾਂ ਸਾਰੇ ਪੰਜਾਬ ਦੇ ਵਿੱਚ ਸੱਦਾ ਦਿੱਤਾ ਰੋਸ ਪ੍ਰਦਰਸ਼ਨਾਂ ਦਾ ਕਿਤੇ ਜਾਮ ਲੱਗ ਰਹੇ ਨੇ ਕਿਤੇ ਕੈਂਡਲ ਮਾਰਚ ਹੋ ਰਹੇ ਨੇ ਜੀ ਤੇ ਕਿਤੇ ਧਰਨੇ ਲਾਏ ਜਾ ਰਹੇ ਨੇ ਤੇ ਮਤਲਬ ਲੋਕ ਆਪ ਮੁਹਾਰੇ ਨਿਕਲ ਕੇ ਆ ਰਹੇ ਨੇ ਘਰਾਂ ਦੇ ਵਿੱਚ ਇਸ ਕਰਕੇ ਅਸੀਂ ਹਾਂ ਇਹ ਚਾਹੁੰਦੇ ਹਾਂ ਕਿ ਇਸ ਮਾਮਲੇ ਨੂੰ ਕਿਉਂਕਿ ਇਹ ਇੱਕ ਜਸਪਾਲ ਦਾ ਮਾਮਲਾ ਨੀ ਜੇ ਅਸੀਂ ਪੁਲਿਸ ਦੇ ਖਿਲਾਫ਼ ਨਾ ਲੜੇ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਤਾ ਨੀ ਕਿੰਨੇ ਜਸਪਾਲ ਪੁਲਿਸ ਨੇ ਖਪਾ ਦੇਣੇ ਆ ਬਿਲਕੁਲ ਕਿਉਂਕਿ ਜਿੱਦਾਂ ਦਾ ਸੰਕਟ ਪੰਜਾਬ ਦੀ ਜਵਾਨੀ ਦੇ ਸਾਹਮਣੇ ਹੈਗਾ ਕਿ ਕੋਈ ਰੁਜ਼ਗਾਰ ਨੀ ਦਿਸ ਰਿਹਾ ਜੋ ਰੁਜ਼ਗਾਰ ਸੀ ਉਹ ਖਤਮ ਹੋ ਚੁੱਕਿਆ ਤੇ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਨੇ ਤੇ ਵਿਦੇਸ਼ਾਂ ਦਾ ਸੰਕਟ ਆ ਜਿਹੜਾ ਉਹ ਵੀ ਹੁਣ ਇੰਨਾ ਚਰਮ ਸੀਮਾ ਤੇ ਪਹੁੰਚ ਗਿਆ ਕਿ ਉੱਥੇ ਦੇ ਵੀਜ਼ੇ ਵੀ ਬੰਦ ਹੋ ਰਹੇ ਨੇ ਬਿਲਕੁਲ ਪਰ ਨੌਜਵਾਨਾਂ ਦੇ ਸਾਹਮਣੇ ਇੱਕੋ ਰਸਤਾ ਕਿ ਇੱਥੇ ਸੰਘਰਸ਼ ਆ ਤੇ ਸੰਘਰਸ਼ ਨੂੰ ਫਿਰ ਖਤਮ ਕਰਨ ਦੇ ਲਈ ਪੁਲਿਸ ਨੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਕਰਨਾ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਅੱਤਵਾਦੀ ਜਾਂ ਹੋਰ ਕਹਿ ਕੇ ਉਹਨਾਂ ਨੇ ਮਾਰਨਾ ਗਾ ਉਹਦੇ ਲਈ ਜ਼ਰੂਰੀ ਹੈ ਕਿ ਪੰਜਾਬ ਦੇ ਜ਼ਮੀਰ ਵਾਲੇ ਜਾਗਦੀ ਲੋਕ ਜਾਗਦੀ ਜ਼ਮੀਰ ਵਾਲੇ ਲੋਕ ਨੇ ਜਿਹੜੇ ਉਹ ਘੱਟੋ ਘੱਟ ਇਹ ਸਮਝਣ ਕਿ ਇਹ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਕੋਈ ਸ਼ੱਕ ਨੀ ਸਾਥੀ ਜੀ ਇਸ ਕਰਕੇ ਅਸੀਂ ਹਾਂਜੀ ਕੋਈ ਸਾਥੀ ਜੀ ਕੋਈ ਗੱਲ ਕੋਈ ਰਹਿ ਗਈ ਹੋਵੇ ਜਾਣ ਤੋਂ ਪਹਿਲਾਂ ਤੁਸੀਂ ਕਰ ਸਕਦੇ ਹੋ ਅਦਰਵਾਈਜ਼ ਹਾਂਜੀ ਹਾਂਜੀ ਅਸੀਂ ਬਸ ਇਹੀ ਆ ਕਿ ਜੋ ਸਾਡੇ ਸਾਥੀ ਜਿਨ੍ਹਾਂ ਤੱਕ ਸਾਡੀ ਗੱਲ ਪਹੁੰਚਦੀ ਆ ਕਿ ਜੋ ਬਾਹਰ ਨੇ ਉਹ ਸਾਡੀ ਜ਼ਰੂਰ ਇਸ ਮਾਮਲੇ 'ਤੇ ਜਿੰਨੀ ਵੀ ਜੋ ਮਦਦ ਕਰ ਸਕਦੇ ਆ ਉਹ ਕਰਨੀ ਚਾਹੀਦੀ ਆ ਤੁਹਾਡਾ ਤਾਂ ਬਹੁਤ ਸ਼ੁਕਰੀਆ ਕਿ ਤੁਸੀਂ ਹਰ ਪੰਜਾਬ ਦੇ ਮਸਲੇ ਦੇ ਉੱਤੇ ਤੁਸੀਂ ਸਾਡੀ ਗੱਲ ਆ ਜਿਹੜੀ ਪੂਰੇ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਤੁਸੀਂ ਸਾਡੀ ਪਹੁੰਚਾਉਂਦੇ ਹੋ ਮਾਤਾ ਗੁਰਦੇਵ ਕੌਰ ਵੇਲੇ ਵੀ ਤੇ ਨਿਹੰਗ ਖਾਂ ਕੋਟਲਾ ਦੇ ਬਰਾਸ ਵਾਲੇ ਲੜਾਈ ਦੇ ਉੱਤੇ ਵੀ ਤੇ ਜਸਪਾਲ ਵਾਲੇ ਉੱਤੇ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਾਥੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਲਾਮ ਆ ਜੀ ਹਾਂਜੀ ਸ਼ੁਕਰੀਆ ਜੀ ਧੰਨਵਾਦ ਜੀ ਇਹ ਸਨ ਸਾਥੀ ਰਣਵੀਰ ਸਿੰਘ ਜਿਹੜੇ ਕਿ ਪੰਜਾਬ ਸਟੂਡੈਂਟ ਯੂਨੀਅਨ ਦੇ ਮੌਜੂਦਾ ਪ੍ਰਧਾਨ ਨੇ ਤੋ ਬੜੀ ਦਹਿਲਾਉਣ ਵਾਲੀ ਗੱਲ ਹੈ ਕਿ ਅਗਰ ਅਸੀਂ ਦੁਬਾਰਾ ਉਸ ਦੌਰ ਵੱਲ ਨੂੰ ਧੱਕੇ ਜਾ ਰਹੇ ਹਾਂ ਅਨੂ ਜੀ ਮੈਂ ਨਾ ਐਕਚੁਅਲੀ ਇਹਦੇ ਨਾਲ ਰਿਲੇਟਡ ਹੀ ਕਿਉਂਕਿ ਜੋ ਬੱਖੜਵਾ ਸੁਣਨ ਨੂੰ ਮੈਂ ਸ਼ਬਦ ਸਟਰੋਂਗ ਵਰਤਦਾ ਜੋ ਮੀਡੀਆ ਦੇ ਵਿੱਚ ਸੁਣਨ ਨੂੰ ਆਹ ਇਲੈਕਸ਼ਨ ਦੇ ਮਾਮਲੇ 'ਚ ਜਾਂ ਪਹਿਲਾਂ ਜਾਂ ਪੋਸਟ ਅਨੈਲਿਸਿਸ ਉਹਦਾ ਕਰ ਰਹੇ ਨੇ ਉਹ ਕਿਸੇ ਵੀ ਮੈਨੂੰ ਕੰਮ ਦਾ ਨਹੀਂ ਲੱਗ ਰਿਹਾ ਹੈਗਾ ਪਰ ਮੈਂ ਇੱਕ ਸਾਥੀ ਸੁਖਵਿੰਦਰ ਨੇ ਆਪਣੇ ਹਾਂਜੀ ਕਿੰਨੀ ਲੰਬੀ ਹੈ ਆਡੀਓ ਮੇਰੇ ਖਿਆਲ 5 ਮਿੰਟ ਦੀ ਹੈ ਠੀਕ ਹੈ ਠੀਕ ਹਾਂਜੀ ਠੀਕ ਹੈ ਨਹੀਂ ਜ਼ਿਆਦਾ ਲੰਬੀ ਹੈ ਮੇਰੇ ਖਿਆਲ ਜ਼ਿਆਦਾ ਲੰਬੀ ਹੈ ਓਕੇ ਸੋ ਜਾਂ ਆਪਾਂ ਹੋਰ ਜਿਹੜੀਆਂ ਗੱਲਾਂ ਆਪਾਂ ਕਰਨੀਆਂ ਹਾਂਜੀ ਹਾਂ ਮੈਂ ਬ੍ਰੇਕ ਦੇ ਰੂਪ 'ਚ ਇੱਕ ਗੀਤ ਚਲਾ ਕੇ ਉਸ ਤੋਂ ਬਾਅਦ ਠੀਕ ਹੈ ਠੀਕ ਆਪਾਂ ਦੁਬਾਰਾ ਵਾਪਸ ਆਉਂਦੇ ਹਾਂ ਆਪਣੇ ਸਰੋਤਿਆਂ ਦੇ ਨਾਲ ਮੈਨੇ ਉਸਸੇ ਯੇ ਕਹਾ ਜੋ 10 ਕਰੋੜ ਹੈ ਜਹਿਲ ਕਾ ਨਿਚੋੜ ਹੈ ਇਨਕੀ ਫਿਕਰ ਸੋ ਗਈ ਹਰ ਉਮੀਦ ਕੀ ਕਿਰਨ ਜ਼ੁਲਮਤੋਂ ਮੇਂ ਖੋ ਗਈ ਯੇ ਖਬਰ ਦਰੁਸਤ ਹੈ ਯੇ ਖਬਰ ਦਰੁਸਤ ਹੈ ਮੌਤ ਹੋ ਗਈ ਬੇਸ਼ਊਰ ਲੋਕ ਹੈ ਜ਼ਿੰਦਗੀ ਕਾ ਰੋਗ ਹੈ ਔਰ ਤੇਰੇ ਪਾਸ ਹੈ ਇਨਕੇ ਦਰਦ ਕੀ ਦਵਾ ਮੈਨੇ ਉਸਸੇ ਯੇ ਕਹਾ
मैंने उससे ये कहा, मैंने उससे ये कहा। तू खुदा का नूर है, अकल है शऊर है, तू खुदा का नूर है, अकल है शऊर है, कौम तेरे साथ है, तेरे ही वजूद से मुल्क के निजात है। तू है मेहर सुबह नौ, तेरे बाद रात है, बोलते जो चंद है सब ये शर पसंद है, इनकी खींच ले। जड़ा गीत दोस्तों सुन रहे से ਇਨਕਲਾਬੀ ਸ਼ਾਇਰ ਲਾਹੌਰ ਪਾਕਿਸਤਾਨ ਤੋਂ ਹੋਏ ਨੇ ਹਬੀਬ ਜਲਬ, ਉਹਨਾਂ ਦਾ ਲਿਖਿਆ ਹੋਇਆ ਸੀਗਾ। ਸ਼ਾਇਦ ਉਰਦੂ ਥੋੜ੍ਹੀ ਗੂੜੀ ਹੋਵੇ ਤਾਂ ਬੇਸਿਕਲੀ ਜਿਹੜਾ ਹੁਣ ਚੁਣ ਕੇ ਜਿਹੋ ਜਿਹੇ ਮਦਾਰੀ ਜਮੂਰੇ ਟਾਈਪ ਲੋਕ ਆਏ ਨੇ ਉਹਨਾਂ 'ਤੇ ਹੀ ਸੱਟ ਚੋਟ ਮਾਰਦਾ। ਪੁਰਾਣੇ ਟਾਈਮ 'ਤੇ ਜਦੋਂ ਜ਼ੀਆ ਉਲ ਹੱਕ ਨੂੰ ਅਗਵਾਈ ਦੇ ਦਿੱਤੀ ਗਈ ਸੀਗੀ ਪਾਕਿਸਤਾਨ ਦੀ, ਉਸ ਵਕਤ ਦੀ ਇਹ ਕਲਾਮ ਹੈ ਉਹਨਾਂ ਦਾ, ਹਬੀਬ ਜਾਲਬ ਹੋਰਾਂ ਦਾ। ਤੋ ਹਾਂਜੀ ਅਨੂ ਜੀ, ਇਹ ਵੀਡੀਓ ਚਲਾਉਣ ਤੋਂ ਪਹਿਲਾਂ ਇੱਕ ਮੈਂ ਕਮੈਂਟਰੀ ਕਰਨਾ ਚਾਹੁੰਦਾ ਕਿਉਂਕਿ ਬਹੁਤ ਜ਼ਰੂਰੀ ਹੈ ਜੀ। ਉਹ ਹੈ ਆ ਆਪਣੇ ਸਾਥੀ ਸ਼ੇਰ ਸਿੰਘ ਹੁਣਾਂ ਤੇ ਜੀ। ਤੋ ਸਾਥੀ ਸ਼ੇਰ ਸਿੰਘ ਜਿਹੜੇ ਕਿ A2 ਚ ਆਰਗੇਨਾਈਜ਼ਰ ਦੇ ਤੌਰ ਤੇ ਕੰਮ ਕਰਦੇ ਨੇ, ਔਰ ਸਾਡੇ ਨਾਲ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਔਰ ਫਸਟ ਯੂਨੀਅਨ ਦੀ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਵਾਲੰਟਰੀ ਬੇਸਿਸ ਤੇ ਕੰਮ ਕਰਦੇ, ਬਹੁਤ ਹੀ ਪੈਸ਼ਨੇਟ ਧੱਕੇ ਦੇ ਖਿਲਾਫ ਲੜਨ ਵਾਲੇ ਨੇ, ਕਿਉਂਕਿ ਸਾਡੇ ਸਾਥੀ ਦੇ ਨਾਲ ਜਦੋਂ ਕੋਈ ਧੱਕਾ ਕਰਦਾ ਫਿਰ ਅਸੀਂ ਆਵਾਜ਼ ਤੇ ਉਠਾਵਾਂਗੇ ਨਾ ਜੀ। ਸੋ ਉਹਨਾਂ ਨੇ ਆਪਣੀ, ਅਸੀਂ ਆਪਣੇ ਕੋਲੋਂ ਨਹੀਂ ਬਣਾ ਰਹੇ, ਉਹਨਾਂ ਨੇ ਆਪਣੀ ਲਾਈਵ ਵੀਡੀਓ ਵੀ ਕੀਤੀ ਹੋਈ ਹੈ, ਤੁਸੀਂ ਖੁਦ ਜਾ ਕੇ ਸੁਣ ਸਕਦੇ ਹੋ ਅਸਲ ਦੇ ਵਿੱਚ ਜਿਹੜੇ ਸਮੇਂ ਦੇ ਵਿੱਚ ਉਹ ਅਸੀਂ ਲੰਘ ਕੇ ਆਏ ਹਾਂ, ਉਸ ਸਮੇਂ ਦੇ ਵਿੱਚੋਂ ਸਾਥੀ ਸ਼ੇਰ ਸਿੰਘ ਹੁਣੀ ਲੰਘ ਰਹੇ ਨੇ, ਕਿਉਂਕਿ ਜਦੋਂ ਤੁਸੀਂ ਲੋਕਾਂ ਦੇ ਵਾਸਤੇ ਜਿਹੜੇ ਉਹਨਾਂ ਦੇ ਰਾਈਟਸ ਵਾਸਤੇ ਲੜਨਾ ਹੁੰਦਾ ਤਾਂ ਫਿਰ ਆਲਾ ਦੁਆਲਾ ਤੁਹਾਨੂੰ ਤੰਗ ਕਰਦਾ ਹੀ ਕਰਦਾ, ਚਾਹੇ ਤੁਹਾਡੇ ਦੋਸਤ ਹੋਣ, ਚਾਹੇ ਰਿਸ਼ਤੇਦਾਰ ਹੋਣ, ਚਾਹੇ ਕਮਿਊਨਿਟੀ ਸੂ ਕੋਲਡ ਹੋਵੇ। ਸੋ ਉਹਨਾਂ ਨੇ ਆਪਣੇ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਇੱਥੇ ਸਾਡੇ ਇੱਕ ਰੈਲੀ ਦੇ ਵਿੱਚ ਉਹ ਸ਼ਾਮਿਲ ਹੋਏ ਸੀ, ਬੋਟਲੋ ਦੇ ਅਸੀਂ ਰੈਲੀ ਕੀਤੀ ਸੀ, ਉਹਦੇ ਸ਼ਾਮਿਲ ਹੋਏ ਸੀ ਉਹ ਇੱਕ ਉੱਥੇ ਵਰਕਰਾਂ ਨਾਲ, ਬਹੁਤ ਵੱਡਾ ਧੱਕਾ ਹੋਇਆ, ਇੱਕ ਵਾਰੀ ਨਹੀਂ ਕਈ ਵਾਰੀ ਹੋ ਚੁੱਕਿਆ। ਤੋਂ ਉਹ ਇੱਕ ਬਹੁਤ ਹੀ ਡੈਡੀਕੇਟਡ ਇੱਕ ਸਿੱਖ ਨੌਜਵਾਨ ਹੈ ਔਰ ਸਿੱਖ ਧਰਮ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਆਪਣਾ ਅਕੀਦਾ, ਅਸਲ ਦੇ ਵਿੱਚ ਜਿਹੜਾ ਸਿੱਖ ਸਿਧਾਂਤ ਅਕੀਦਾ ਕਰਨ ਵਾਲਾ ਇੱਕ ਨੌਜਵਾਨ ਹੈ ਔਰ ਉਹ ਇੱਕ ਗੁਰਦੁਆਰੇ ਦੇ ਨਾਲ ਵੀ ਉਹ ਕਨੈਕਟਡ ਹੈ, ਕਮੇਟੀ ਦੇ ਨਾਲ, ਔਰ ਉੱਥੋਂ ਕਿਉਂਕਿ ਉਹ ਜਿਹੜਾ ਬੰਦਾ ਜਿਹਦੇ ਖਿਲਾਫ਼ ਸੀਗਾ ਇਹ ਗੱਲਬਾਤ ਪ੍ਰੋਟੈਸਟ ਸੀਗਾ, ਉਹ ਉਹਨਾਂ ਦਾ ਗੁਰਦੁਆਰੇ ਦਾ ਡੋਨਰ ਹੈ ਠੀਕ, ਔਰ ਉਹਦੇ ਉੱਪਰ ਕੌਨਸੀਕੁਐਂਸ ਇਹ ਆਏ ਹੈ ਕਿ ਉਹਨੂੰ ਕਹਿੰਦੇ ਵੀ ਗੁਰਦੁਆਰੇ ਦੀ ਕਮੇਟੀ ਦੇ ਵਿੱਚੋਂ ਕੱਢ ਦਿੱਤਾ ਗਿਆ, ਕੱਢਿਆ ਨਹੀਂ ਗਿਆ। ਫੇਸਬੁੱਕ ਤੇ ਉਹਦੀਆਂ ਪੋਸਟਾਂ ਵੀ ਹੁਣ ਸ਼ੇਅਰ ਕੀਤੀਆਂ ਗਈਆਂ ਵੀ ਉਹ ਜਿਸ ਤਰੀਕੇ ਨਾਲ ਉਹਨੂੰ ਡੀਮੋਨਾਈਜ਼ ਕਰਨ ਕੀਤਾ ਜਾ ਰਿਹਾ, ਜਿਹੜਾ ਸਾਨੂੰ ਵੀ ਕਰ ਚੁੱਕਿਆ ਵਿਰੋਧੀ ਪਾਰਟੀਆਂ, ਉਹਨੂੰ ਇੱਕ ਐਜ਼ ਏ ਕ੍ਰਿਮੀਨਲ ਤੌਰ ਦੇ ਉੱਪਰ, ਇੱਕ ਨੌਜਵਾਨ ਜਿਹੜਾ ਉੱਠ ਰਿਹਾ ਲੋਕਾਂ ਦੇ ਵਾਸਤੇ ਉਹਨੂੰ ਇੱਕ ਕ੍ਰਿਮੀਨਲ ਤੌਰ ਦੇ ਉੱਪਰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ। ਸੋ ਮੈਂ ਸਿਰਫ ਸਰੋਤਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਦਾਂ ਜਿਹੜੇ ਜੁਝਾਰੂ ਲੋਕ ਹੁੰਦੇ ਨਾ ਕਦੀ ਮਰਦੇ ਨਹੀਂ ਹੁੰਦੇ, ਉਹ ਸਗੋਂ ਤੇ ਤੁਸੀਂ ਉਹਨੂੰ ਹੋਰ ਤੱਕ ਉਹ ਹੋਰ ਇੱਕ ਇੱਕ ਜੋਸ਼ ਦੇ ਵਿੱਚ ਉਹ ਸੰਘਰਸ਼ ਕਰੂਗਾ। ਬਾਕੀ ਇਹ ਤੇ ਅਨੂ ਜੀ ਹੈਗਾ ਹੀ ਆ, ਕੁਛ ਨਾ ਕੁਛ ਪਾਉਣ ਵਾਸਤੇ ਛੱਡਣਾ ਤੇ ਕੁਛ ਪੈਣਾ ਹੀ ਹੈ। ਸੋ ਇਹ ਸੈਕਰੀਫਾਈਸ ਜਿਹੜਾ ਉਹ ਕਰ ਰਹੇ ਨੇ ਉਹ ਉਹਨਾਂ ਨੂੰ ਕਰਨਾ ਪੈਣਾ ਹੀ ਸੀਗਾ, ਕਿਉਂਕਿ ਜਿਹੜੀ ਸੋ ਕਾਲਡ
ਕਮਿਊਨਿਟੀ ਹੈ ਜਾਂ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਕਮਿਊਨਿਟੀ ਹੈੱਡ ਨੇ ਜਿਹੜੀ ਲੁੱਟੂ ਜਿਹੜੀ ਸਮਾਜ ਆ ਉਹਦਾ ਹਿੱਸਾ ਨੇ, ਉਹ ਖੁਦ ਉਹ ਲੁੱਟ ਕਰਦੇ ਨੇ ਜਾਂ ਐਕਸਪਲੋਇਟੇਸ਼ਨ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਇਹ ਜਦੋਂ ਅਸੀਂ ਜਾਂ ਸਾਡੇ ਸਾਥੀ ਇਹੋ ਜਿਹੀ ਆਵਾਜ਼ ਉਠਾਉਂਦੇ ਹਾਂ, ਹੱਕਾਂ ਲਈ ਲੜਦੇ ਹਾਂ, ਇਸ ਕਰਕੇ ਉਹਨਾਂ ਨੂੰ ਤਕਲੀਫ ਹੁੰਦੀ ਹੈ ਕਿਉਂਕਿ ਉਹ ਲੁੱਟ ਦਾ ਹਿੱਸਾ ਨੇ ਉਹ। ਸੋ ਸ਼ੇਰ ਸਿੰਘ ਜ਼ਿੰਦਾਬਾਦ, ਅਸੀਂ ਵੀਰੇ ਤੇਰੇ ਨਾਲ ਹਾਂ। ਇਹ ਇਹੋ ਜਿਹੇ ਜਦੋਂ ਇਹੋ ਜਿਹੇ ਰਸਤੇ ਹੋਣ ਤਾਂ ਫਿਰ ਇਹੋ ਜਿਹੇ ਜਿਹੜੇ ਬਲਿਦਾਨ ਉਹ ਦੇਣੇ ਹੀ ਪੈਂਦੇ ਆ। ਸੋ ਅਸੀਂ ਆਪਣੇ ਕੰਮ ਦੇ ਵਿੱਚ ਕਿਉਂਕਿ ਅਨੂ ਜੀ ਔਰ ਤਕਲੀਫ ਇਹਨਾਂ ਨੂੰ ਇਹ ਹੈ ਕਿ ਸਾਡਾ ਜਿਹੜਾ ਕਾਫਲਾ ਉਹ ਵੱਧ ਰਿਹਾ ਹੈ, ਨਵੇਂ ਸਾਥੀ ਆਪਣੇ ਨਾਲ ਜੁੜੇ ਨੇ ਖਾਸ ਕਰਕੇ ਇੰਡੀਅਨ ਡਿਸੈਂਟ ਦੇ ਵਿੱਚੋਂ। ਸੋ ਉਹ ਬਹੁਤ ਵੱਡੀ ਤਕਲੀਫ ਹੋ ਰਹੀ ਹੈ ਕਿ ਪਹਿਲਾਂ ਜੋ ਚੱਲਦਾ ਸੀਗਾ ਗੋਰਖ ਧੰਦਾ ਉਹ ਬੰਦ ਕਿਉਂ ਹੁਣ ਹੋ ਰਿਹਾ ਹੈ ਨਾ। ਸੋ ਇਸ ਕਰਕੇ ਸੋ ਬੰਦ ਤੇ ਹੋਊਗਾ ਹੀ ਜੇ ਸੂਨਰ ਔਰ ਲੇਟਰ ਹੋਊਗਾ ਬੰਦ, ਪਲੱਸ ਜੇ ਦੋ ਚਾਰ ਜਣਿਆਂ ਨੂੰ ਇਹ ਦਬਾਲਣਗੇ ਲੋਕੀ ਹੋਰ ਤਿਆਰ ਖੜੇ ਆ ਉੱਠਣ ਵਾਸਤੇ, ਕਿੰਨਿਆਂ ਕੁ ਨੂੰ ਦਬਾਈ ਜਾਣਗੇ, ਕਿੰਨਿਆਂ ਕੁ ਨੂੰ ਦਬਾਉਣਗੇ। ਹਾਂਜੀ ਜ਼ਰੂਰ ਦੱਬੇ ਵੀ ਨੇ ਲੋਕ, ਕੁਛ ਸਾਡੇ ਬਹੁਤ ਖਾਸ ਨੇੜਲੇ ਸੀਗੇ ਜਿਹੜੇ ਦੂਸਰੀ ਸਾਈਡ ਤੇ ਜਾ ਕੇ ਖੜੇ ਹੋ ਗਏ ਨੇ, ਨਾ ਨੀ ਮੈਂ ਕਿਸੇ ਦਾ ਲੈਣਾ, ਪਰ ਉਹ ਸਾਰੇ ਅਸੀਂ ਲਾਤੇ ਨਾ ਨਾਲੋਂ। ਹਾਂਜੀ ਹਾਂ ਹਾਂ। ਸੋ ਮੇਰਾ ਪੁਆਇੰਟ ਇਹ ਹੈ ਕਿ ਹਰ ਇੱਕ ਵਿਅਕਤੀ ਵਿਕਾਊ ਨਹੀਂ ਹੁੰਦਾ, ਬਿਲਕੁਲ ਬਿਲਕੁਲ ਨਹੀਂ ਖਰੀਦਿਆ ਜਾ ਸਕਦਾ ਹਰ ਵਿਅਕਤੀ। ਹਰ ਮਿੱਟੀ ਸਾਥੀ ਸੁਖਵਿੰਦਰ ਨੇ ਪ੍ਰਤੀਬੱਧ ਤੋਂ ਲਲਕਾਰ ਜਿਹੜੀ ਲਲਕਾਰ ਆਰਗੇਨਾਈਜੇਸ਼ਨ ਔਰ ਬਹੁਤ ਹੀ ਆਪਣੇ ਡੈਡੀਕੇਟਡ ਕਾਮਰੇਡ ਨੇ, ਫਿਲਸੋਫੀਕਲੀ ਸਾਰਾ ਕੁਝ ਸਮਝਦੇ ਨੇ, ਔਰ ਜਿਹੜਾ ਨੈਲਸਨ ਇਹਨਾਂ ਨੂੰ ਜੀ ਇਹਨਾਂ ਦਾ ਵੋਟਾਂ ਦੇ ਉੱਪਰ ਮੇਰੇ ਖਿਆਲ ਬੈਸਟ ਹੈ ਇਹਨਾਂ ਦਾ, ਤੇ ਮੇਰੇ ਖਿਆਲ ਆਪਣਾ ਉਹ ਪੂਰਾ ਅੱਜ ਹੋ ਜਾਣਾ ਹੈ। ਤੇ ਬਹੁਤ ਧਿਆਨ ਦੇ ਨਾਲ ਸਰੋਤਿਓ ਸੁਣਿਓ, ਬਾਕੀ ਸਭ ਜਿਹੜੀਆਂ ਬੱਕੜ ਨੇ ਕੋਈ ਕੋਈ ਉਹਦੇ ਵਿੱਚ ਰਿਐਲਿਟੀ ਨਹੀਂ ਹੈ। ਅਸਲ ਦੇ ਵਿੱਚ ਜਿਹੜਾ ਅਨੈਲਿਸਿਸ ਆ ਉਹ ਇਹੀ ਹੀ ਹੈ ਆ, ਔਰ ਇੱਦਾਂ ਹੀ ਜਿਹੜੀ ਉਹਨਾਂ ਦੀ ਪ੍ਰੈਡਿਕਸ਼ਨ ਆ ਮੈਨੂੰ ਜਾਪਦਾ ਵੀ ਉਹ ਸਹੀ ਹੋਣ ਜਾਊਗੀ ਜਿਸ ਤਰੀਕੇ ਦੇ ਨਾਲ ਇਹ ਫਾਸੀਵਾਦੀ ਜਿਹੜੀਆਂ ਤਾਕਤਾਂ ਉੱਠ ਰਹੀਆਂ ਨੇ। ਸੋ ਮੇਰੇ ਖਿਆਲ ਸ਼ਾਇਦ ਆਪਾਂ ਨੂੰ ਸਲਾਮ ਕਹਿਣ ਦਾ ਨਾ ਮੌਕਾ ਮਿਲੇ, ਅਗਰ ਨਹੀਂ ਸਮਾਂ ਬਚਿਆ ਤਾਂ ਸਾਡੇ ਵੱਲੋਂ ਹੁਣੇ ਅਲਵਿਦਾ। ਤਾਂ ਅਗਰ ਰਿਕਾਰਡਿੰਗ ਪ੍ਰੋਗਰਾਮ ਦੇ ਸਮੇਂ ਤੋਂ ਪਹਿਲਾਂ ਖਤਮ ਹੋ ਗਈ ਤਾਂ ਆਖਿਰ 'ਚ ਫਿਰ ਅਸੀਂ ਦੋ ਸ਼ਬਦ ਜ਼ਰੂਰ ਸਾਂਝੇ ਕਰ ਲਵਾਂਗੇ ਆਪਣੇ ਸਰੋਤਿਆਂ ਨਾਲ। ਹਾਂਜੀ ਸਾਥੀ ਸੁਖਵਿੰਦਰ ਦੀ ਗੱਲ ਸੁਣਦੇ ਜੀ। ਦੋਸਤੋ 17ਵੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਨੇ ਤੇ ਭਾਜਪਾ ਨੂੰ ਦੂਸਰੀ ਵਾਰ ਪੂਰਨ ਬਹੁਮਤ ਮਿਲਿਆ ਆ, ਤੇ ਲਲਕਾਰ ਵੱਲੋਂ ਅਸੀਂ ਇੱਕ ਵਿਚਾਰ ਚਰਚਾ ਆਯੋਜਿਤ ਕੀਤੀ ਆ ਇਸ ਸੰਬੰਧ ਦੇ ਵਿੱਚ, ਜਿਹਦੇ ਲਈ ਸਾਡੇ ਵਿੱਚ ਪ੍ਰਤੀਬੱਧ ਮੈਗਜ਼ੀਨ ਪੰਜਾਬੀ ਮੈਗਜ਼ੀਨ ਪ੍ਰਤੀਬੱਧ ਦੇ ਸੰਪਾਦਕ ਸੁਖਵਿੰਦਰ ਆਏ ਨੇ। ਉਹ ਇੱਕ ਵਾਰੀ ਆਪਣੀ ਸੰਖੇਪ ਗੱਲਬਾਤ ਸਾਰੇ ਜਿਹੜੇ ਨਤੀਜਿਆਂ ਦੇ ਉੱਤੇ ਜਾਂ ਜਿਹੜੀ ਵਿਚਾਰ ਚਰਚਾ ਭਾਜਪਾ ਦੇ ਜਿੱਤਣ ਨੂੰ ਲੈ ਕੇ ਦੇਸ਼ ਵਿੱਚ ਚੱਲ ਰਹੀ ਆ ਉਹਦੇ ਸੰਬੰਧੀ ਆਪਣੀ ਗੱਲ ਰੱਖਣਗੇ, ਤੇ ਉਸ ਤੋਂ ਬਾਅਦ ਅਸੀਂ ਇੱਕ ਸਵਾਲਾਂ ਜਵਾਬਾਂ ਦਾ ਜਿਹੜਾ ਸਿਲਸਿਲਾ ਉਹ ਚਲਾਵਾਂਗੇ। ਸਾਥੀਓ 17ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਨੇ ਤੇ ਪੂਰੇ ਦੇਸ਼ 'ਚ ਇਹਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ, ਤਰ੍ਹਾਂ ਤਰ੍ਹਾਂ ਦੀਆਂ ਵਿਆਖਿਆਵਾਂ ਹੋ ਰਹੀਆਂ ਨੇ। ਬਹੁਤ ਸਾਰੇ ਲੋਕ ਤਾਂ ਲੋਕਾਂ ਨੂੰ ਗਾਲਾਂ ਕੱਢ ਰਹੇ ਵੀ ਲੋਕ ਕੰਬਲੇ ਹੁੰਦੇ, ਇਹਨਾਂ ਨੇ ਫਿਰ ਬੀਜੇਪੀ ਨੂੰ ਜਿਤਾ ਦਿੱਤਾ, ਮਤਲਬ ਉਹ ਇਹ ਸਾਰਾ ਜਿਹੜੀ ਹੈ ਮਤਲਬ ਇੱਦਾਂ ਦੀ ਚਰਚਾ, ਅਤੇ ਬਹੁਤ ਸਾਰੀ ਚਿੰਤਾ ਵੀ ਹੈ ਲੋਕਾਂ 'ਚ ਵੀ ਫਿਰ ਬੀਜੇਪੀ ਆਊਗੀ ਅੱਗੇ 5 ਸਾਲ 'ਚ ਕੀ ਬਣੂਗਾ। ਮਤਲਬ ਜਿਹੜੇ ਬੀਜੇਪੀ ਦਾ ਜਿੱਤਣਾ ਅਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਭਰਮਗਸ ਬੁੱਧੀਜੀਵੀ ਨੇ ਜਿਹੜੇ ਮਤਲਬ ਪਾਰਲੀਮੈਂਟ 'ਚੋਂ ਹੀ ਬਦਲ ਦੇਖਦੇ ਸੀ ਬੀਜੇਪੀ ਦਾ, ਉਹ ਜ਼ਿਆਦਾ ਭਰਮ 'ਚ ਫਸੇ ਨੇ, ਜਿਹੜੇ ਮਤਲਬ ਲੋਕਾਂ ਨੂੰ ਹੀ ਦੋਸ਼ ਦੇ ਰਹੇ ਨੇ ਸਾਰੀ ਚੀਜ਼ ਦੇ ਲਈ। ਅਸਲ ਜਿਹੜੀ ਇਹ ਮਤਲਬ ਸਰਮਾਏਦਾਰ ਜਮਹੂਰੀ ਦੀ ਕਾਰਜ ਪ੍ਰਣਾਲੀ ਨੂੰ ਜਿਹੜੀ ਮਤਲਬ ਨਾ ਸਮਝਣ 'ਚ ਬਹੁਤ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ। ਮਤਲਬ ਅਸਲ ਗੱਲ ਇਹ ਹੈ ਕਿ ਜਿਹੜੀ ਹਕੂਮਤ ਹੁੰਦੀ ਆ ਉਹ
ਅਸਲ ਤਾਂ ਜਿਹੜੀ ਰਿਆਸਤ ਆ ਉਹੀ ਹਕੂਮਤ ਉਹੀ ਹੁੰਦੀ ਆ, ਰਿਆਸਤ ਤਾਂ ਹੁੰਦੀ ਆ ਜਿਹੜੀ ਮਤਲਬ ਜਿਹਦੇ ਮਤਲਬ ਚਾਰ ਅੰਗ ਮੰਨੇ ਜਾਂਦੇ ਨੇ, ਹਥਿਆਰਬੰਦ ਸ਼ਕਤੀਆਂ ਹੁੰਦੀਆਂ ਨੇ, ਅਦਾਲਤਾਂ ਹੁੰਦੀਆਂ ਨੇ, ਜੇਲ੍ਹਾਂ ਹੁੰਦੀਆਂ ਨੇ, ਨੌਕਰਸ਼ਾਹੀ ਹੁੰਦੀ ਨੇ, ਅਸਲ ਹਕੂਮਤ ਇਹ ਹੁੰਦੀ ਹੈ ਅਤੇ ਜਿਹੜੀ ਕਦੇ ਨਹੀਂ ਬਦਲਦੀ, ਅਤੇ ਇਹਦਾ ਕੰਟਰੋਲ ਉਸ ਪਾਰਟੀ ਕੋਲ, ਉਸ ਜਮਾਤ ਕੋਲ ਹੁੰਦਾ ਜਿਹਦੇ ਕੋਲ ਪੈਦਾਵਾਰ ਦੇ ਸਾਧਨ ਹੁੰਦੇ ਆ, ਇਹ ਬਦਲ ਰਹਿੰਦੀ ਆ। ਅਤੇ ਇਸ ਪੂਰੇ ਢਾਂਚੇ ਨੂੰ ਚਲਾਉਣ ਲਈ ਮੈਨੇਜਿੰਗ ਜਿਹੜੀ ਕਮੇਟੀ ਹੁੰਦੀ ਆ ਕਦੇ ਕਿਸੇ ਪਾਰਟੀ ਦੀ ਉਹ ਹੱਥਾਂ ਦੀ, ਕਦੇ ਕਿਸੇ ਪਾਰਟੀ ਦੇ ਹੱਥਾਂ ਦੀ ਆ। ਇਸ ਲਈ ਨਾ ਇਹ ਜਿਹੜੀ ਚੋਣਾਂ ਦਾ ਜਿਹੜਾ ਢਕਵਾਂਜ ਇੱਕ ਤਰ੍ਹਾਂ ਦਾ, ਜਿਹੜੀ ਲੋਕਾਂ ਦੇ ਹੱਥ 'ਚ ਵੋਟ ਪਰਚੀ ਫੜਾ ਦਿੱਤੀ ਜਾਂਦੀ ਆ, ਉਹ ਕੋਈ ਪਾਵਰ ਅਜਿਹੀ ਹੁੰਦੀ ਨਹੀਂ, ਅਜਿਹੀ ਸ਼ਕਤੀ ਨਹੀਂ ਹੁੰਦੀ ਕਿ ਉਹ ਸਮਾਜ ਬੁਨਿਆਦੀ ਬਦਲਾਅ ਲਿਆ ਸਕੇ। ਪਰ ਇਹ ਭਰਮ ਬਹੁਤ ਵੱਡਾ ਸਿਰਜਦੀ ਆ। ਹੁਣ ਪਿਛਲੇ ਕੁਝ ਦਿਨਾਂ ਦੇਖੋ TV ਇੰਟਰਨੈਟ 'ਤੇ ਕਿੰਨੀ ਚਰਚਾ ਚੱਲ ਰਹੀ ਹੈ ਇਹ ਸਾਰੇ ਨੂੰ ਲੈ ਕੇ, ਕਿ ਲੋਕਾਂ ਨੇ ਫਤਵਾ ਦੇ ਦਿੱਤਾ, ਲੋਕਾਂ ਨੇ ਫਤਵਾ ਦੇ ਦਿੱਤਾ, ਅਤੇ ਲੋਕਾਂ 'ਚ ਵੀ ਭਰਮ ਹੁੰਦਾ ਕਿ ਅਸੀਂ ਇਹ ਸਾਡੇ ਫਤਵੇ ਕਰਕੇ ਸਾਰਾ ਕੁਝ ਬਦਲ ਗਿਆ। ਹੁਣ BJP ਦਾ ਆਪਾਂ ਪਿਛਲੇ 5 ਸਾਲ ਵੀ ਉਹਦੀ ਹਕੂਮਤ ਰਹੀ, ਉਹਦਾ ਪੂਰਾ ਰਿਕਾਰਡ ਦੇਖੀਏ ਤਾਂ ਉਹ ਕਾਫੀ ਲੋਕਾਂ ਦੀ ਨਜ਼ਰਾਂ 'ਚ ਗਿਰੀ ਹੋਈ ਹਕੂਮਤ ਸੀਗੀ, ਹਰ ਫਰੰਟ 'ਤੇ ਉਹ ਫੇਲ ਸੀਗੀ। ਮੋਟੇ ਮੋਟੇ ਤੌਰ 'ਤੇ ਦੇਖਿਆ ਜਿਵੇਂ ਹੁਣ ਮਤਲਬ ਇਹਨਾਂ ਨੇ ਨੋਟਬੰਦੀ ਕੀਤੀ, ਨੋਟਬੰਦੀ 'ਚ ਕਿੰਨੀ ਬਰਬਾਦੀ ਹੋਈ, ਕਿੰਨੀ ਤਬਾਹੀ ਹੋਈ, ਕਿੰਨਾ ਲੋਕਾਂ 'ਚ ਰੋਸ ਸੀ ਉਹਦੇ ਖਿਲਾਫ਼। ਫਿਰ GST ਲੈ ਕੇ ਆਉਂਦਾ, ਉਹਨਾਂ ਕਿੰਨੇ ਕਾਰੋਬਾਰ ਉਜੜੇ ਅਤੇ ਕਿੰਨੀ ਬੇਰੁਜ਼ਗਾਰੀ ਵਧੀ ਹੈ, ਅਤੇ ਬੇਰੁਜ਼ਗਾਰੀ ਜਿਹੜੇ ਅੰਕੜੇ ਉਹਨੇ ਵੀ ਨਵੇਂ ਰਿਕਾਰਡ ਹੀ ਤੋੜੇ ਆ ਪਿਛਲੇ 5 ਸਾਲਾਂ ਦੇ ਵਿੱਚ। ਤਾਂ ਲੋਕਾਂ ਦਾ ਇੱਕ ਰੋਸ ਸੀਗਾ, ਫਿਰ ਵੀ BJP ਜਿੱਤ ਗਈ, ਇਹ ਜਿਹੜੀ ਲੋਕਾਂ ਦੇ ਹੈਰਾਨੀ ਵਾਲੀ ਗੱਲ ਆ। ਬਿਰਨਾ ਉਹਦੇ ਖਿਲਾਫ਼ ਰੋਸ ਵੀ ਸੀਗਾ ਅਤੇ ਫਿਰ ਵੀ ਸਿਰਫ ਜਿੱਤੀ ਨਹੀਂ, ਉਹ ਪਹਿਲਾਂ ਨਾਲ ਵੱਧ ਸੀਟਾਂ ਲੈ ਕੇ ਜਿੱਤੀ ਹੈ, ਇਕੱਲੀ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ। ਇਹਦੀ ਵਜ੍ਹਾ ਕੀ ਹੋ ਸਕਦੀ ਹੈ? ਹੁਣ ਇਹਦੀ ਵਜ੍ਹਾ ਦੀ ਆਪਾਂ ਤਲਾਸ਼ ਕਰਨੀ ਹੋਵੇ ਤਾਂ ਨੰਬਰ 1 'ਤੇ ਤਾਂ ਇਹ ਚੀਜ਼ ਆਉਂਦੀ ਹੈ ਵੀ ਜਿਹੜੀ ਹਾਕਮ ਜਮਾਤ ਹੈ, ਜਿਹੜੀ ਚੋਣਾਂ ਕਰਵਾਉਂਦੀ ਹੈ, ਜਿਹੜੇ ਬਣਾਏ ਹੋਏ ਸੰਵਿਧਾਨ ਤਹਿਤ ਇਹ ਚੋਣਾਂ ਹੁੰਦੀਆਂ ਨੇ, ਉਹਦਾ ਜਿਹਨੂੰ ਥਾਪੜਾ ਹੋਵੇ ਉਹੀ ਪਾਰਟੀ ਜਿੱਤਦੀ ਆਮ ਤੌਰ 'ਤੇ। ਪਹਿਲਾਂ ਕਾਂਗਰਸ ਸੀ ਸਭ ਤੋਂ ਇਹਨਾਂ ਦੀ ਪੁਰਾਣੀ ਪਾਰਟੀ ਹੈ, ਕਾਂਗਰਸ 'ਤੇ ਬਹੁਤ ਭਰੋਸਾ ਕਰਦੇ ਸੀ, ਉਹ ਲੰਬਾ ਸਮਾਂ ਕਾਂਗਰਸ ਰਹੀ ਹੈ। ਹੁਣ ਅਗਲਾ ਜਿਹੜਾ ਦੌਰ ਹੈ ਭਾਰਤ ਵਿੱਚ ਸਰਮਾਏਦਾਰੀ ਵਿਕਾਸ ਦਾ, ਜਿਹੜਾ ਸੰਕਟ ਦਾ ਦੌਰ ਆ, ਸੰਕਟਗ੍ਰਸਤ ਸਰਮਾਏਦਾਰੀ ਦਾ ਦੌਰ ਆ, ਉਹਦੇ 'ਚ ਜਿਹੜਾ ਕਾਂਗਰਸ ਜਿਹਾ ਢਾਂਚਾ ਉਹ ਕੰਮ ਨਹੀਂ ਕਰ ਸਕਦਾ ਜੋ ਭਾਜਪਾ ਜਿਹਾ ਢਾਂਚਾ ਕਰ ਸਕਦਾ। ਮਤਲਬ ਆਪਣੇ ਸੰਕਟ 'ਚ ਉਹ ਫਾਸੀਵਾਦੀ ਪਾਰਟੀ ਨੂੰ ਅੱਗੇ ਲੈ ਕੇ ਆਏ ਨੇ, ਅਤੇ ਹਲੇ ਅੱਜ ਦੀ ਸਥਿਤੀ ਵਿੱਚ ਉਹਨਾਂ ਦਾ ਇਸੇ 'ਤੇ ਵੱਧ ਭਰੋਸਾ ਹੈ। ਕਿਉਂਕਿ ਹੁਣ ਮਤਲਬ ਜੋ ਮਤਲਬ ਅਖਬਾਰਾਂ ਵਿੱਚ ਆਪਾਂ ਸਾਰੇ ਪਾਸੇ ਆ ਰਹੇ ਨੇ ਅੰਕੜੇ ਆ ਰਹੇ ਨੇ, ਨਵੇਂ ਤੱਥ ਸਾਹਮਣੇ ਆ ਰਹੇ ਨੇ, ਇੱਕ ਤਾਂ ਸਾਰੇ ਸੰਸਾਰ ਦੇ ਵਿੱਚ ਹੀ ਜਿਹੜਾ ਮਤਲਬ ਆਰਥਿਕ ਸੰਕਟ ਵਧਣੇ ਹੀ ਆਉਣ ਵਾਲੇ ਦਿਨਾਂ 'ਚ, IMF ਕਹਿ ਰਹੀ ਆ, ਵਰਲਡ ਬੈਂਕ ਵੀ ਕਹਿ ਰਹੀ ਆ, ਅਤੇ ਉਹਦਾ ਅਸਰ ਭਾਰਤ 'ਤੇ ਪੈਣਾ। ਹੁਣ ਆਰਥਿਕ ਸੰਕਟ ਦੀ ਘੜੀ ਮਤਲਬ ਜਿਹੜੇ ਹਾਕਮ ਰੂਲਿੰਗ ਕਲਾਸ ਹੁੰਦੀ ਆ ਉਹ ਲੋਕਾਂ 'ਤੇ ਹੋਰ ਬੋਝ ਲੱਗਦੀ ਆ, ਉਹਨਾਂ ਨੂੰ ਹੋਰ ਲੁੱਟਣਾ। ਹੁਣ ਜੇ ਲੁੱਟਣਾ ਤਾਂ ਲੋਕਾਂ ਦਾ ਰੋਸ ਹੀ ਵਧਣਾ, ਅਤੇ ਉਸ ਰੋਸ ਨੂੰ ਕੁਚਲਣ ਲਈ ਇੱਕ ਅਜਿਹੀ ਪਾਰਟੀ ਚਾਹੀਦੀ ਹੈ ਜਿਹੜੀ ਵਧੇਰੇ ਜਬਰ ਢੰਗ ਨਾਲ ਉਹ ਸਾਰਾ ਕੰਮ ਕਰ ਸਕੇ। ਤਾਂ ਇੱਕ ਫਾਸਿਸਟ ਪਾਰਟੀ ਹੀ ਇਹਨਾਂ ਲਈ ਸਭ ਤੋਂ ਅਨੁਕੂਲ ਹੁੰਦੀ ਹੈ। ਇਸ ਲਈ 2014 ਦੀ ਚੋਣਾਂ 'ਚ ਵੀ ਵੱਡੇ ਜਿਹੜੇ ਸਰਮਾਏਦਾਰ ਘਰਾਣੇ ਨੇ ਮਤਲਬ ਧਨ ਵਹਾਇਆ ਪਾਣੀ ਦੀ ਤਰ੍ਹਾਂ BJP ਦੇ ਪਿੱਛੇ, ਅਤੇ ਐਤਕੀ ਵੀ। ਹੁਣ ਜਿਹੜਾ ਇਹ ਐਡਾ ਵੱਡਾ ਕਾਰੋਬਾਰ ਹੁੰਦਾ ਚੋਣਾਂ ਦਾ ਪੂਰੇ ਦੇਸ਼ ਵਿਆਪੀ, ਉਹ ਲਈ ਬਹੁਤ ਕੁਛ ਕਰਨਾ ਪੈਂਦਾ, ਪੈਸੇ ਦੀ ਬਹੁਤ ਲੋੜ ਹੁੰਦੀ ਆ, ਨਸ਼ੇ ਪੱਤੇ ਤੋਂ ਲੈ ਕੇ ਵੋਟਾਂ ਖਰੀਦਣ ਤੋਂ ਲੈ ਕੇ ਵੋਟ ਮਸ਼ੀਨਾਂ 'ਚ ਹੇਰਾਫੇਰੀ ਕਰਨ ਤੋਂ ਲੈ ਕੇ ਨਾ ਵੱਡੇ ਵੱਡੇ ਅਫਸਰਾਂ ਨੂੰ ਖਰੀਦਣ ਤੋਂ ਲੈ ਕੇ, ਉਹ ਧਨ ਬਹੁਤ ਜ਼ਿਆਦਾ ਚਾਹੀਦਾ। ਅਤੇ ਉਹ ਧਨ ਜਿਹਨੂੰ ਕਾਰਪੋਰੇਟ ਘਰਾਣੇ ਦਿੰਦੇ ਨੇ ਉਹ ਪਾਰਟੀ ਆਮ ਤੌਰ 'ਤੇ ਜਿੱਤ ਜਾਂਦੀ ਹੈ। ਹੁਣ ਜਿਹੜੇ ਭਾਰਤ ਦੀ ਵੱਡੀ ਜਿਹੜੀ ਸਰਮਾਏਦਾਰੀ ਉਹ BJP ਦੇ ਪਿੱਛੇ ਆ, ਰਿਲਾਇੰਸ ਜਿਹੜਾ ਮਤਲਬ ਮੁਕੇਸ਼ ਅੰਬਾਨੀ ਸਾਰੇ ਚੈਨਲ ਹੀ BJP ਦਾ ਗੁਣਗਾਨ ਕਰਦੇ ਨੇ, ਉਹ 'ਚ ਦੂਜੀਆਂ ਪਾਰਟੀਆਂ ਦੀ ਆਵਾਜ਼ ਦਬਜੇ ਜਾਂਦੀ ਹੈ, ਉਹਨੀ ਸੁਣਦੀ ਨਹੀਂ। ਮਤਲਬ ਸਭ ਤੋਂ ਜਿਹੜਾ ਕਹਿ ਜਾਵੇ ਪਹਿਲਾ ਕਾਰਕ ਇਹ ਹੈ BJP ਜਿੱਤ ਦੇ ਪਿੱਛੇ। ਦੂਜਾ ਕਾਰਕ ਇਹ ਹੈ ਕਿ ਜਿਹੜੀ RSS ਹੈ, ਕੌਮੀ ਸਵੈ ਸੇਵਕ ਸੰਘ ਆ, ਜਿਹਦਾ ਇਹ ਵਿੰਗ ਹੈ BJP, ਉਹ ਇੱਕ ਔਰਗਨਾਈਜ਼ਡ ਇੱਕ ਜਥੇਬੰਦ ਸ਼ਕਤੀ ਹੈ, ਉਹ ਕੋਲ ਲੱਖਾਂ ਹੀ ਕਾਡਰ ਨੇ ਜ਼ਮੀਨੀ ਪੱਧਰ 'ਤੇ। ਅਤੇ ਅਜਿਹੇ ਸਮੇਂ ਵਿੱਚ ਜੋ BJP ਕਰਨਾ ਚਾਹੁੰਦੀ ਹੈ, ਦੇਸ਼ ਨੂੰ ਜਿਸ ਪਾਸੇ ਲਿਜਾਣਾ ਚਾਹੁੰਦੀ ਆ, ਜੋ ਗੱਲ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਆ,
ਜਿਵੇਂ ਮਤਲਬ ਪੁਲਵਾਮਾ ਹਮਲਾ ਇੱਕਦਮ ਚੋਣਾਂ ਤੋਂ ਪਹਿਲਾਂ ਹੋਇਆ ਅਤੇ ਪਾਕਿਸਤਾਨ ਵਿਰੋਧੀ ਕਿਹਾ ਜਾਵੇ ਜਾਂ ਅੰਨੀਆਂ ਕੌਮ ਪ੍ਰਸਤ ਭਾਵਨਾ ਭੜਕਾਈਆਂ ਗਈਆਂ, ਦੂਜਾ ਮੁਸਲਮਾਨਾਂ ਨੂੰ ਦੱਸਣਾ ਸਾਡੇ ਦੇਸ਼ ਦੇ ਦੁਸ਼ਮਣ ਨੇ, ਇਹ ਸਾਰਾ ਵਿਚਾਰ ਲੋਕਾਂ ਤੱਕ ਲਿਜਾਣ ਦੇ ਲਈ ਜਿੱਡਾ ਵੱਡਾ ਤਾਣਾ ਬਾਣਾ ਚਾਹੀਦਾ ਉਹ ਸਿਰਫ ਬੀਜੇਪੀ ਕੋਲ ਹੀ ਹੈ ਅਜਿਹਾ ਤਾਣਾ ਬਾਣਾ, ਦੂਜੀਆਂ ਪਾਰਟੀਆਂ ਕੋਲ ਅਜਿਹਾ ਕਾਡਰ ਦਾ ਨੈਟਵਰਕ ਹੈ ਨਹੀਂ ਅਤੇ ਇਸ ਲਈ ਉਹ ਬੇਮਿਚੀ ਟੱਕਰੀ ਇੱਕ ਉਹਨਾਂ ਦੀ, ਉਹ ਇਹਦਾ ਮੁਕਾਬਲਾ ਨਹੀਂ ਕਰ ਸਕਦੀ ਇਸ ਦੇ ਵਿੱਚ। ਤੀਜਾ ਕਾਰਨ ਇਹ ਕਿ ਜਿਹੜੇ ਹੁਣ ਮਤਲਬ ਪਿਛਲੇ ਜਿਹੜੇ 5 ਸਾਲਾਂ 'ਚ ਰਹੀ ਹੈ ਬੀਜੇਪੀ ਦੀ ਹਕੂਮਤ, ਇਹਨੇ ਸਾਰੇ ਸਮਾਜਿਕ ਤਾਣੇ ਬਣ ਨੌਕਰਸ਼ਾਹੀ 'ਚ ਈਵਨ ਹਥਿਆਰਬੰਦ ਸ਼ਕਤੀਆਂ ਦੇ ਵਿੱਚ ਹਰ ਥਾਂ ਆਪਣੇ ਬੰਦੇ ਫਿੱਟ ਕਰ ਦਿੱਤੇ ਆ। ਹੁਣ ਸੁਪਰੀਮ ਕੋਰਟ ਵੀ ਇਦੋਂ ਬਾਹਰ ਨਹੀਂ ਗਈ, ਬਹੁਤ ਸਾਰਾ ਪਿਛਲੇ ਸਮੇਂ 'ਚ ਦੇਖ ਸਕਦੇ ਹਾਂ ਸੁਪਰੀਮ ਕੋਰਟ ਦੇ ਵੀ ਜਿਹੜੇ ਨਿਰਣੇ ਸੀਗੇ ਉਹ ਬੀਜੇਪੀ ਦੇ ਪੱਖ ਹੀ ਸੀਗੇ, ਇਲੈਕਸ਼ਨ ਕਮਿਸ਼ਨ ਇੱਕਦਮ ਹੱਥ ਟੋਕੇ ਦੀ ਭੂਮਿਕਾ 'ਚ ਹੀ ਸੀਗਾ। ਅਸਲ 'ਚ ਬੀਜੇਪੀ ਇਲੈਕਸ਼ਨ ਕਮਿਸ਼ਨ ਸੁਪਰੀਮ ਕੋਰਟ ਦਾ ਗੱਠਜੋੜ ਇਹ ਚੋਣਾਂ ਲੜ ਰਿਹਾ ਸੀਗਾ, ਇਹ ਇੱਕ ਵੱਡੀ ਹੈ। ਅਤੇ ਜਿਵੇਂ ਹੁਣ ਮਤਲਬ ਆਏ ਆ ਤੁਹਾਨੂੰ ਸਾਹਮਣੇ ਕਿ 20 ਲੱਖ ਤਾਂ ਮਸ਼ੀਨਾਂ ਗਾਇਬ ਕੀਤੀਆਂ ਇਹਨਾਂ ਨੇ, ਮਤਲਬ ਭਾਵੇਂ ਜਿਹੜੀ ਇਹ ਚੋਣ ਅੱਜ ਧਾਂਦਲੀ ਹੋਈ ਹੈ ਵੱਡੇ ਪੱਧਰ 'ਤੇ ਉਹਨਾਂ ਮਸ਼ੀਨਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਾਲਾ, ਅਤੇ ਫਿਰ ਚੋਣ ਕਮਿਸ਼ਨ ਨੇ ਜਿਹੜੀ ਪਰਚੀਆਂ ਸੀ VVPAT ਪਰਚੀਆਂ ਕਹਿੰਦੇ ਉਹ ਇਨਕਾਰੀ ਕਰਤਾ ਗਿਣਨ ਤੋਂ, ਇਹ ਸਾਰੀਆਂ ਚੀਜ਼ਾਂ ਨੇ ਵੀ ਇੱਕ ਰੋਲ ਨਿਭਾਇਆ। ਬੇਸ਼ੱਕ ਸੈਕੰਡਰੀ ਰੋਲ ਆ, ਮੂਲ ਨਹੀਂ ਹੈਗਾ ਇਹ ਚੀਜ਼, ਮੂਲ ਤਾਂ ਇਹ ਕਿ ਜਿਹੜੀ ਰੂਲਿੰਗ ਕਲਾਸ ਨੂੰ ਹਲੇ ਭਰੋਸਾ ਇਹ ਦਿੱਤੀ ਹੈ ਬੀਜੇਪੀ ਦੇ, ਇਹ ਮੂਲ ਚੀਜ਼ ਹੈ। ਹੋਰ ਜਿਹੜਾ ਇਹਨਾਂ ਚੋਣਾਂ ਵਿੱਚ ਇੱਕ ਨਵੀਂ ਇਹ ਚੀਜ਼ ਆਈ ਹੈ ਸਾਹਮਣੇ ਵੀ ਜਿਹੜੀ ਸਾਡੇ ਦੇਸ਼ 'ਚ ਇਹ ਪਾਰਟੀਆਂ ਨੇ ਜਿਹਨਾਂ ਨੂੰ ਕਾਮਰਸ ਪਾਰਟੀ ਕਿਹਾ ਜਾਂਦਾ ਜਾਂ ਅਖੌਤੀ ਕਾਮਰਸ ਪਾਰਟੀਆਂ ਨੇ, CPI ਬਹੁਤ ਪੁਰਾਣੀ ਪਾਰਟੀ ਆ, CPM ਆ ਇਹ ਵੀ ਵੱਡੀ ਪਾਰਟੀ ਆ ਪੁਰਾਣੀ ਪਾਰਟੀ ਆ, ਅਤੇ ਹੋਰ ਨਵੇਂ ਨਵੇਂ ਇਹਨਾਂ 'ਚ ਰਲੇ ਨੇ ਜਿਵੇਂ CPM ਲਿਬਰੇਸ਼ਨ ਵਗੈਰਾ ਇੱਦਾਂ ਦੀਆਂ ਜਿਹੜੀਆਂ ਪਾਰਟੀਆਂ, ਇਹ ਹੋਰ ਥੱਲੇ ਗਿਆ ਇਹਨਾਂ ਦਾ ਗ੍ਰਾਫ। ਮਤਲਬ ਹੁਣ CPM ਦੀ ਮਿਲਾ ਕੇ ਸ਼ਾਇਦ 5 ਸੀਟਾਂ ਇਹਨਾਂ ਨੂੰ ਮਿਲੀਆਂ ਪੂਰੇ ਦੇਸ਼ 'ਚ। ਬੰਗਾਲ ਇਹਨਾਂ ਗੜ੍ਹ ਸੀਗਾ, ਉੱਥੇ ਪਹਿਲਾਂ ਇਹਨਾਂ ਦੇ 14 'ਚ 33% ਵੋਟ ਸ਼ੇਅਰ ਇਹਨਾਂ ਦਾ ਵੋਟਾਂ ਜਿਸ ਤਰ੍ਹਾਂ, ਹੁਣ ਮਤਲਬ ਸਿਰਫ 17% ਰਹਿ ਗਿਆ, ਉਹ ਥੱਲੇ ਆਇਆ ਇਹ ਚੀਜ਼ਾਂ। ਹੁਣ ਇਹਦੀ ਵਜ੍ਹਾ ਇਹ ਨਾ ਕਿ ਜਿਹੜਾ ਇਹ ਪਾਰਟੀਆਂ ਵੀ ਹੁਣ ਰੂਲਿੰਗ ਕਲਾਸ ਦੇ ਅੱਜ ਦੀ ਘੜੀ 'ਚ ਉਹਨਾਂ ਦੇ ਕੰਮ ਦੀਆਂ ਨੇਗੀਆਂ, ਅੱਜ ਉਹਨਾਂ ਨੂੰ ਲੱਗਦਾ ਨਹੀਂ ਇਹ ਕੁਛ ਕਰ ਸਕਦੇ ਉਹਦਾ ਕੋਈ ਭਲਾ, ਮਤਲਬ ਖਤਮ ਹੋ ਜਾਣਗੀਆਂ ਪਾਰਟੀਆਂ ਇਹ ਤਾਂ ਨਹੀਂ ਕੋਈ ਸੰਭਾਵਨਾ ਲੱਗਦੀ, ਕਿਉਂਕਿ ਕਿਸੇ ਵੇਲੇ ਮੋੜਾ ਪੈ ਸਕਦਾ ਉਹਨਾਂ ਦੀ ਨੀਤੀਆਂ 'ਚ, ਹੈ ਨਾ। ਜਿਵੇਂ ਰੂਲਿੰਗ ਕਲਾਸ ਇੱਕ ਤਾਂ ਹੁੰਦੀ ਵੀ ਜਬਰ ਰਾਹੀਂ ਲੋਕਾਂ ਨੂੰ ਦਬਾਓ, ਕਈ ਵਾਰ ਫਿਰ ਦੂਜੇ ਪਾਸੇ ਨਹੀਂ ਆਉਂਦਾ ਵੀ ਕੁਝ ਰਿਆਇਤਾਂ ਦਿਓ ਲੋਕਾਂ ਨੂੰ, ਮਤਲਬ ਸਿਹਤ ਸੇਵਾਵਾਂ 'ਚ ਜਾਂ ਉਹਨਾਂ 'ਚ ਇਨਵੈਸਟ ਕਰੋ ਐਜੂਕੇਸ਼ਨ, ਉਦੋਂ ਇੱਦਾਂ ਦੀ ਜਿਹੜੀ ਸੋਧਵਾਦੀ ਪਾਰਟੀਆਂ ਹੁੰਦੀਆਂ ਜਾਂ ਸੋਸ਼ਲ ਡੈਮੋਕਰੇਟ ਪਾਰਟੀਆਂ ਨੇ, ਫਿਰ ਇਹਨਾਂ 'ਤੇ ਉਹ ਭਰੋਸਾ ਜਿਤਾਉਂਦੇ ਨੇ, ਮਤਲਬ ਇੱਕਦਮ ਖਤਮ ਹੋ ਜਾਣਗੀਆਂ, ਇਹਦੀ ਸੰਭਾਵਨਾ ਤਾਂ ਘੱਟ ਲੱਗਦੀ ਹੈ। ਪਰ ਅੱਜ ਇਹਨਾਂ ਦਾ ਜਿਹੜਾ ਨਿਗਾਰ ਹੈ ਥੱਲੇ ਨੂੰ ਜਾ ਰਹੀਆਂ ਉਹਦੀ ਵਜ੍ਹਾ ਹੈ ਕਿ ਅੱਜ ਦੀ ਘੜੀ ਰੂਲਿੰਗ ਕਲਾਸ ਨੂੰ ਇਹਨਾਂ ਲੋੜ ਨੀਗੀ, ਹਾਕਮ ਜਮਾਤ ਨੂੰ ਹੁਣ ਨਹੀਂ ਲੋੜ ਹੈਗੀ, ਫਿਲਹਾਲ ਲੋੜ ਨੀਗੀ ਇਹਨਾਂ ਦੀ, ਇਸ ਲਈ ਇਹ ਥੱਲੇ ਜਾ ਰਹੀਆਂ ਨੇ। ਹੁਣ ਇਹਨਾਂ ਦੇ ਨਿਗਾਰ ਨੂੰ ਆਮ ਤੌਰ 'ਤੇ ਨਾ ਖੱਬੇ ਪੱਖ ਦਾ ਨਿਗਾਰ, ਖੱਬੇ ਪੱਖ ਤਾਂ ਗਿਆ, ਹੈ ਨਾ, ਇਸ ਰੂਪ 'ਚ ਪੇਸ਼ ਕੀਤਾ ਜਾਂਦਾ। ਅਸਲ 'ਚ ਖੱਬਾ ਪੱਖ ਹੀ ਨੀਗਾ, ਇਹ ਰੂਲਿੰਗ ਕਲਾਸ ਦਾ ਹੀ ਇੱਕ ਧੜਾ ਆ, ਅਤੇ ਇਹਨੇ ਲਾਲ ਝੰਡਾ ਚੱਕਿਆ ਹੋਇਆ ਅਤੇ ਉਹ ਲਾਲ ਝੰਡੇ ਦੇ ਨਾਂ 'ਤੇ ਉਹੀ ਕੁਛ ਕਰਦੀਆਂ ਜਿਵੇਂ ਦੂਜੀਆਂ ਪਾਰਟੀਆਂ ਜੋ ਕਰਦੀਆਂ ਨੇ, ਮਤਲਬ ਅਸਲ 'ਚ ਲਾਲ ਝੰਡੇ ਨੂੰ ਬਦਨਾਮ ਕਰਨ ਲਈ ਇਹ ਪਾਰਟੀਆਂ ਬਣੀਆਂ ਹੋਈਆਂ ਨੇ। ਇਸ ਲਈ ਇਹਨਾਂ ਦਾ ਨਿਗਾਰ ਕੋਈ ਖੱਬੇ ਪੱਖ ਦਾ ਨਿਗਾਰ ਨਹੀਂ ਮੰਨਿਆ ਜਾਣਾ ਚਾਹੀਦਾ। ਬਾਕੀ ਆਮ ਆਦਮੀ ਪਾਰਟੀ ਸੀਗੀ ਅਜਿਹੀਆਂ ਜਿਹੜੀਆਂ ਮਤਲਬ ਬੁਲਬਲੇ ਨੇ ਸਰਮਾਏਦਾਰੀ ਜਦੋਂ ਦੇ ਸੰਕਟ ਗ੍ਰਸਤ ਸਰਮਾਏਦਾਰੀ ਚੱਕਰ 'ਚ ਅਜਿਹੇ ਬੁਲਬਲੇ ਸਮੇਂ ਸਮੇਂ 'ਤੇ ਉੱਠਦੇ ਰਹਿੰਦੇ ਆ। ਹੁਣ 47 ਤੋਂ ਬਾਅਦ ਤੁਸੀਂ ਦੇਖੋ ਤਾਂ ਕਾਂਗਰਸ ਦਾ ਸਾਰੇ ਦੇਸ਼ 'ਚ ਰਾਜ ਸੀਗਾ, ਕਾਂਗਰਸ ਦਾ ਜਦੋਂ ਰਾਜ ਸੰਕਟ 'ਚ ਮਤਲਬ ਦੇਸ਼ ਦਾ ਆਰਚਾਰਾ ਸੰਕਟ 'ਚ ਫਸਿਆ 70ਵਿਆਂ 'ਚ, ਤਾਂ ਉਦੋਂ ਉਹ ਸੰਕਟ ਦੀ ਕੜੀ ਮਤਲਬ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ 'ਚ ਇੱਕ ਬੁਰਜਵਾ ਧੜਕ ਗਿਆ, ਤਾਂ ਕਿ ਉਹ ਜਿਹੜੇ ਸੰਕਟ ਦੇ ਸਮੇਂ ਕੋਈ ਇਨਕਲਾਬੀ ਬਦਲ ਨਾ ਉੱਭਰ ਸਕੇ, ਜਾਣੀ ਹਾਕਮ ਜਮਾਤ ਦਾ ਹੀ ਧੜਾ ਉਸ ਲੋਕਾਂ ਦੇ ਗੁੱਸੇ ਨੂੰ ਖਾਰਜ ਕਰ ਦਿੰਦਾ, ਇੱਕ ਉਹ ਉੱਭਰਿਆ। ਦੂਸਰਾ BSP ਦੀ ਇੱਕ ਲਹਿਰ ਉੱਭਰੀ ਸੀ 90ਵਿਆਂ ਦੇ ਵਿੱਚ, ਤੀਜੀ ਫਿਰ ਆਪ ਵਾਲੀ ਉੱਭਰੀ ਆ। ਇਹ ਪਿਛਲੇ 70 ਸਾਲਾਂ 'ਚ 3 ਬੁਲਬਲੇ ਉੱਠੇ ਨੇ, ਅਤੇ ਉਹ ਥੋੜ੍ਹਾ ਸਮਾਂ ਹੁੰਦਾ, ਥੋੜ੍ਹਾ ਸਮਾਂ ਇਹ ਚੱਲਦੇ ਨੇ ਫਿਰ ਉਹ ਫਟ ਜਾਂਦੇ ਨੇ।
ਕਿਵੇਂ ਆਪ ਵਾਲਾ ਸੀ, ਇਹ ਤੋਂ ਬਹੁਤ ਉਮੀਦਾਂ ਸੀਗੀਆਂ ਲੋਕਾਂ ਨੂੰ ਅਤੇ ਬਹੁਤ ਸਾਰੀਆਂ ਉਮੀਦਾਂ ਜਾਇਜ਼ ਸੀਗੀਆਂ ਕਿਉਂਕਿ ਲੋਕ ਬਦਲ ਚਾਹੁੰਦੇ ਆ, ਲੋਕ ਅੱਕੇ ਹੋਏ ਸਿਸਟਮ ਤੋਂ, ਜਦੋਂ ਉਹਨਾਂ ਨੂੰ ਥੋੜ੍ਹਾ ਬਦਲ ਲਿਖਦਾ ਉਹਦੇ ਮਗਰ ਲੱਗ ਲੈਂਦੇ ਆ। ਇਸ ਲਈ ਆਮ ਆਦਮੀ ਪਾਰਟੀ ਵਰਗੇ ਬਹੁਤ ਸਾਰੇ ਨੌਜਵਾਨ ਗਏ ਸੀਗੇ, ਆਪਾਂ ਉਦੋਂ ਵੀ ਕਹਿੰਦੇ ਸੀਗੇ ਵੀ ਇਹ ਬਹੁਤਾ ਚੱਲਣਾ ਨਹੀਂ ਗਾ, ਇਹਦਾ ਮਤਲਬ ਜਲਦੀ ਪੜਾਕਾ ਪੈ ਜਾਣਾ ਆਪ ਦਾ, ਇਹ ਬਹੁਤਾ ਚੱਲਣ ਵਾਲੀ ਹੈ ਨੀਗੀ। ਅਤੇ ਵੀ ਰੂਲਿੰਗ ਕਲਾਸ ਦਾ ਹੀ ਇੱਕ, ਹਾਕਮ ਜਮਾਤ ਦਾ ਇੱਕ ਧੜਾ ਹੀ ਹੈ ਇਹ, ਇਹਨਾਂ 'ਚ ਕੋਈ ਫਰਕ ਨਹੀਂ ਗਾ, ਹੈ ਨਾ। ਜੇ ਬੀਜੇਪੀ ਅਤੇ ਹੋਰ ਪਾਰਟੀ ਇੱਕ ਬੁਨਿਆਦੀ ਫਰਕ ਆਪਾਂ ਮੰਨਦੇ ਹਾਂ, ਬੀਜੇਪੀ ਫਾਸਿਸਟ ਪਾਰਟੀ ਹੈ, ਬਾਕੀ ਜਿਹੜੀਆਂ ਸਰਮਾਏਦਾਰ ਪਾਰਟੀਆਂ ਫਾਸਿਸਟ ਨਹੀਂ, ਆਪ ਕਾਂਗਰਸ CPI CPM ਇਹਨਾਂ 'ਚ ਨਹੀਂ ਕੋਈ ਫਰਕ ਹੈ ਬੁਨਿਆਦੀ, ਇਹ ਇੱਕੋ ਜਿਹੀਆਂ ਪਾਰਟੀਆਂ ਨੇ। ਇਹਦਾ ਵੀ ਹੁਣ ਮਤਲਬ ਝਾੜੂ ਖਿੰਡ ਗਿਆ, ਪੂਰੀ ਤਰ੍ਹਾਂ ਖਿੰਡ ਗਿਆ, ਦਿੱਲੀ 'ਚ ਖੁੰਝੇ ਗਏ, ਪੰਜਾਬ 'ਚ ਇੱਕ ਮਾੜਾ ਮੋਟਾ ਇਹਨਾਂ ਦਾ ਇੱਕ ਬੰਦਾ ਜਿੱਤਿਆ, ਫਿਰ ਪੰਜਾਬ 'ਚ ਇੱਕ PDA ਬਣਿਆ ਸੀਗਾ, ਇਹ ਵੀ ਗੁਆਚ ਗਿਆ। ਘਨੱਈਆ ਕੁਮਾਰ ਉੱਤੇ ਵੀ ਬਹੁਤ ਲੋਕਾਂ ਨੂੰ ਉਮੀਦਾਂ ਸੀ, ਵੀ ਘਨੱਈਆ ਕੁਮਾਰ ਹੁਣ ਭਾਰਤੀ ਸੋਧਵਾਦ ਦਾ ਨਵਾਂ ਇੱਕ ਯੁਵਕ ਚਿਹਰੇ ਵਜੋਂ ਉੱਭਰਨ ਲਈ ਕਾਲਾ ਸੀਗਾ, ਉਹ ਵੀ ਗਿਆ, ਹੈ ਨਾ, ਉਹ ਵੀ ਨਹੀਂ ਚੱਲ ਸਕਿਆ। ਧਰਮਵੀਰ ਗਾਂਧੀ ਸੀਗਾ ਪਹਿਲਾਂ, ਕਾਂਵੜਾ ਹੁੰਦਾ ਸੀ ਇਹ, ਫਿਰ ਇਹ ਆਮ ਆਦਮੀ ਪਾਰਟੀ ਚਲਾ ਗਿਆ, ਹੈ ਨਾ, ਫਿਰ ਆਮ ਆਦਮੀ ਪਾਰਟੀ 'ਚ ਵੀ ਨਹੀਂ ਫਿੱਟਾ ਅਤੇ ਆਪਦੀ ਪਾਰਟੀ ਬਣਾ ਲਈ, ਇਹ ਵੀ ਗਿਆ। ਹੁਣ ਇਹਦੇ 'ਤੇ ਵੀ ਲੋਕ ਦੁਖੀ ਨੇ, ਕਈ ਤਾਂ ਬੰਦੇ ਕਹਿੰਦੇ ਘਨੱਈਆ ਕੁਮਾਰ ਦੀ ਹਾਰ ਦੇਸ਼ ਦੀ ਹਾਰ ਹੈ, ਇਸ ਤਰ੍ਹਾਂ ਦਾ ਵੀ ਇਹ 'ਤੇ ਪ੍ਰਚਾਰ ਕੀਤਾ ਜਾ ਰਿਹਾ। ਜਾਂ ਕਹਿੰਦੇ ਲੋਕ ਕਿੱਡੇ ਉਹ ਨੇ, ਮੂਰਖ ਨੇ, ਵੀ ਪੜ੍ਹੇ ਲਿਖੇ ਇਮਾਨਦਾਰ ਜਿਹੜੇ ਉਮੀਦਵਾਰ ਉਹਨੂੰ ਨਹੀਂ ਚੁਣਦੇ, ਸਾਧਵੀ ਪ੍ਰਗਿਆ ਨੂੰ ਚੁਣਦੇ ਨੇ, ਜਿਹੜੇ ਲੋਕਾਂ ਨੂੰ ਦੋਸ਼ ਦਿੰਦੇ ਆ ਹਰ ਗੱਲ ਦੇ ਲਈ। ਹੁਣ ਜਿਹੜੇ ਇਹ ਲੋਕ ਨੇ ਆਮ ਆਦਮੀ ਪਾਰਟੀ, PDA, ਇਹ ਗਾਂਧੀ, ਘਨੱਈਆ ਕੁਮਾਰ ਵਰਗੇ ਬੰਦੇ, ਹੁਣ ਜਿਹੜੇ ਦੋ ਵੱਡੀਆਂ ਪਾਰਟੀਆਂ ਕਾਂਗਰਸ ਪਲੱਸ ਜਿਹੜੀਆਂ ਹੋਰ ਵੱਡੀਆਂ ਪਾਰਟੀਆਂ ਨੇ ਜਾਂ BJP ਆ, ਇਹਨਾਂ ਤੋਂ ਜਿਹੜਾ ਕੇਮਾ ਹੁੰਦਾ ਲੋਕਾਂ ਦਾ, ਉਹਨੂੰ ਕੈਸ਼ ਕਰਨ ਲਈ ਇਹ ਨਾ ਇੱਕ ਨਕਲੀ ਉਮੀਦ ਪੈਦਾ ਕਰਦੇ ਆ ਲੋਕਾਂ 'ਚ। ਦੇਖੋ ਅਸੀਂ ਇਮਾਨਦਾਰ ਲੋਕ ਵੀ ਹੈਗੇ, ਅਸੀਂ ਕੁਛ ਭਲਾ ਕਰਾਂਗੇ, ਘਰ ਇਹ ਵੀ ਨਹੀਂ ਪਾਉਂਦੇ, ਕਰਨਾ ਇਹਨਾਂ ਦੀ ਵੀ ਉਹੀ ਖੁਸ਼ੀ ਹੁੰਦਾ, ਕੋਈ ਇਸ ਢਾਂਚੇ 'ਚ ਕੋਈ ਵੀ ਲੋਕਾਂ ਦਾ ਭਲਾ ਕਰ ਨਹੀਂ ਸਕਦਾ, ਮਾੜੇ ਮੋਟੇ ਸੁਧਾਰਾਂ ਤੋਂ ਬਿਨਾਂ, ਕੋਈ ਮਾਮੂਲੀ ਜਿਹੇ ਸੁਧਾਰਾਂ ਤੋਂ ਬਿਨਾਂ ਨਹੀਂ ਕੋਈ ਕੁਛ ਕਰ ਸਕਦਾ। ਇਹ ਸਗੋਂ ਲੋਕਾਂ ਦੇ ਜਿਹੜਾ ਕੋਈ ਜਜ਼ਬਾ ਹੁੰਦਾ ਕੁਛ ਬਦਲਣ ਦਾ, ਉਹਨੂੰ ਸਿਸਟਮ ਦੇ ਹੱਕ 'ਚ ਭੁਗਤਾ ਦਿੰਦੇ ਨੇ ਅਜਿਹੇ ਲੋਕ। ਇਸ ਲਈ ਇਹਨਾਂ ਦਾ ਵੀ ਹਾਰਨਾ, ਹੈ ਨਾ, ਇਨਕਲਾਬੀਆਂ ਲਈ ਤਾਂ ਕੋਈ ਦੁੱਖ ਦੀ ਨਹੀਂ ਗੱਲ ਹੋਣੀ ਚਾਹੀਦੀ, ਮਤਲਬ ਥੋੜ੍ਹੀ ਜਿਹੀ ਖੁਸ਼ੀ ਦੀ ਗੱਲ ਹੀ ਹੋਣੀ ਚਾਹੀਦੀ ਆ ਕਿ ਨਕਲੀ ਉਮੀਦਾਂ ਦੇ ਜਿਹੜੇ ਕਿਲੇ ਉਹ ਵੀ ਢਹਿ ਗਏ। ਬਾਕੀ ਜਿਹੜੇ BJP ਦਾ ਆਉਣਾ, ਇਹ ਲਈ ਇੱਕ ਦੇਸ਼ 'ਚ ਚਿੰਤਾ ਦਾ ਮਾਹੌਲ ਅਤੇ ਚਿੰਤਾ ਉਹ ਜਾਇਜ਼ ਹੀ ਹੈ ਸਾਰਾ, ਕਿਉਂਕਿ ਪਿਛਲਾ ਇਹਦਾ, ਕਿਉਂਕਿ ਆਰਐਸਐਸ ਇਹ ਫਾਸਿਸਟ ਪਾਰਟੀ, ਆਰਐਸਐਸ ਦਾ ਇੱਕ ਵਿੰਗ ਹੈ, ਇਹ ਸਭ ਤੋਂ ਜਾਵਰ ਢੰਗ ਨਾਲ ਹਾਕਮ ਜਮਾਤ ਦੀ ਸੇਵਾ ਕਰਦੀ ਹੈ। ਮਤਲਬ ਹੁਣ ਇਹ ਆਉਣ ਵਾਲਾ 5 ਸਾਲਾਂ ਦਾ ਜਿਹੜਾ ਸਮਾਂ ਹੈ, ਇਹ ਦੇਸ਼ ਦੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਲਈ ਬਹੁਤ ਖਤਰਨਾਕ ਸਮਾਂ ਆਊਗਾ। ਜਿਹੜੀ ਆਰਐਸਐਸ ਦੀਆਂ ਫਿਰਕੂ ਮੁਹਿੰਮਾਂ ਹੋਰ ਜ਼ੋਰ ਫੜਨਗੀਆਂ, ਕਸ਼ਮੀਰ ਦੇ ਲੋਕਾਂ 'ਤੇ ਜ਼ਬਰ ਤਿੱਖਾ ਹੋਊਗਾ, ਜਿਵੇਂ ਇਹ ਵਾਰ ਵਾਰ ਐਲਾਨ ਕਰੀਏ ਧਾਰਾ 370 ਆਪਾਂ ਹਟਾ ਦੇਣੀ ਹੈ, ਅਤੇ ਸ਼ਾਇਦ ਇਹ ਹਟਾ ਇਸ ਦਿਸ਼ਾ 'ਚ ਜਾਣਗੇ, ਮਤਲਬ ਕਸ਼ਮੀਰੀ ਜਾਂ ਹੋਰ ਜਿਹੜੀਆਂ ਮਤਲਬ ਮਜ਼ਦੂਰਾਂ 'ਤੇ ਹਮਲਾ ਤਿੱਖਾ ਹੋਊਗਾ, ਗਰੀਬ ਕਿਸਾਨਾਂ 'ਤੇ ਹੋਊਗਾ, ਦਲਿਤਾਂ 'ਤੇ ਪਿਛਲੇ 5 ਸਾਲਾਂ 'ਚ ਵੀ ਇਹਦਾ ਰਿਕਾਰਡ ਸੀਗਾ, ਵੀ ਪਹਿਲਾਂ ਕਦੇ ਵੀ ਦਲਿਤ ਅੱਤਿਆਚਾਰ ਨਹੀਂ ਹੋਏ, ਜਿਵੇਂ ਇਹਨਾਂ ਨੇ ਜਿਹੜੇ ਦਲਿਤਾਂ ਦੇ ਹੱਕ 'ਚ ਬਣੇ ਹੋਏ ਕਾਨੂੰਨ ਉਹ ਵੀ ਬਦਲਣ ਦੀ ਕੋਸ਼ਿਸ਼ ਕੀਤੀ, ਆਦਿਵਾਸੀਆਂ 'ਤੇ ਨਾਰੀ ਵਿਰੋਧੀ ਜਿਹੜੀ ਮਾਨਸਿਕਤਾ ਫਾਸਿਜ਼ਮ ਦੀ, ਉਹ ਹੋਰ ਮਤਲਬ ਖੁੱਲ੍ਹੇ ਪ੍ਰਗਟ ਹੋਊਗੀ ਇਹ ਚੀਜ਼ਾਂ। ਅਤੇ ਮਤਲਬ ਮੁਸਲਮਾਨਾਂ ਦਾ ਉਹਨੂੰ ਡਰਾ ਧਮਕਾ ਕੇ ਦੂਜੇ ਦਰਜੇ ਦੇ ਨਾਗਰਿਕਾਂ 'ਚ ਬਦਲਣਾ, ਇਹ ਕੁਛ ਹੋਊਗਾ। ਹੁਣ ਜਿਹੜਾ ਭਾਜਪਾ ਨੂੰ ਮਤਲਬ ਫਤਵਾ ਮਿਲਿਆ, ਹੈ ਨਾ, ਪੁੱਠੇ ਕੌਮਾਂ 'ਚ ਲੋਕਾਂ ਦਾ ਫਤਵਾ ਆਪਾਂ ਕਹਿ ਦਈਏ ਉਹਨੂੰ, ਇਹ ਮਿਲਿਆ ਹੀ ਦੋ ਚੀਜ਼ਾਂ 'ਤੇ ਆ, ਹੈ ਨਾ, ਮੁਸਲਮਾਨ ਵਿਰੋਧੀ ਏਜੰਡਾ ਅਤੇ ਪਾਕਿਸਤਾਨ ਵਿਰੋਧੀ ਏਜੰਡੇ 'ਤੇ, ਇਹ ਸਾਰਾ ਇਹ ਜਿੱਤ ਕੇ ਆਏ ਨੇ। ਅਤੇ ਹੁਣ ਇਹ ਜ਼ਿਆਦਾ ਖੁੱਲ੍ਹ ਕੇ ਉਹਨਾਂ ਚੀਜ਼ਾਂ ਨੂੰ ਲਾਗੂ ਕਰਨਗੇ, ਜਿੰਨਾ ਕਿ ਨਹੀਂ 5 ਸਾਲਾਂ 'ਚ ਕੀਤਾ, ਹੋਰ ਜ਼ਿਆਦਾ ਖੁੱਲ੍ਹ ਕੇ ਲਾਗੂ ਕਰਨਗੇ। ਦੂਜੇ ਜਿਹੜੇ ਸੰਕੇਤ ਮਿਲੇ ਵੀ ਅਰਥਚਾਰਾ ਨਿਗਰੂਗਾ, ਅਰਥਚਾਰਾ ਨਿਗਰਨ ਨਾਲ ਜਿਹੜਾ ਆਰਥਿਕ ਸੰਕਟ ਆ ਉਹਦਾ ਬੋਝ ਹਾਕਮ ਜਮਾਤਾਂ ਲੋਕਾਂ 'ਤੇ ਹੋਰ ਲੱਦਣਗੀਆਂ, ਉਹ ਕਿਵੇਂ ਲੱਦਣਗੀਆਂ ਕਿ ਲੋਕਾਂ ਨੂੰ ਜਿਹੜੇ ਮਾੜੇ ਮੋਟੇ ਸੁੱਖ ਸੁਵਿਧਾਵਾਂ ਹੈਗੀਆਂ ਨੇ, ਮਤਲਬ ਕਿਰਤ ਕਾਨੂੰਨ ਨੇ ਉਹ ਬਦਲੇ ਜਾਣਗੇ, ਜਿਹੜੇ ਬਚੇ ਹੋਏ ਨੇ ਉਜਰਤਾਂ ਥੱਲੇ ਆਉਣਗੀਆਂ ਮਜ਼ਦੂਰਾਂ ਦੀਆਂ,
ਜਿਹੜੇ ਵੀ ਸਰਕਾਰੀ ਅਦਾਰੇ ਜਿੱਥੋਂ ਹਲੇ ਵੀ ਮਾੜੀ ਮੋਟੀ ਕੁਛ ਸਹੂਲਤ ਮਿਲਦੀ ਆ ਉਹਨਾਂ ਦਾ ਤੇਜ਼ੀ ਨਾਲ ਨਿੱਜੀਕਰਨ ਕਰਨਗੇ। ਹੁਣ ਲੋਕਾਂ ਦਾ ਜੀਵਨ ਪੱਧਰ ਥੱਲੇ ਜਾਊਗਾ, ਜੋ ਉਹਦੇ ਖਿਲਾਫ਼ ਲੋਕ ਬੋਲਦੇ ਨੇ ਤਾਂ ਉਹਨਾਂ 'ਤੇ ਫਿਰ ਜ਼ਬਰ ਦਾ ਕੁਹਾੜਾ ਚੱਲੂਗਾ ਅਤੇ ਆਉਣ ਵਾਲੇ 5 ਸਾਲ ਇਹ ਵੱਧ ਭਿਅੰਕਰ ਜ਼ਬਰ ਦੇ ਹੀ 5 ਸਾਲ ਹੋਣਗੇ। ਇਹ ਸਾਰੇ ਜਿਹੜੇ ਮਿਹਨਤਕਸ਼ ਕਿਰਤੀ ਜਮਾਤਾਂ ਤਬਕੇ ਉਹਨਾਂ 'ਤੇ ਜ਼ਬਰ ਤਿੱਖਾ ਹੋਊਗਾ। ਹੁਣ ਇਹ ਸਾਰੀ ਸਥਿਤੀ ਦੇ ਵਿੱਚ ਬਦਲ ਕੀ ਹੈ? ਬਦਲ ਇੱਕ ਹੈ ਜਿਹੜਾ ਕਿ ਫੌਰੀ, ਮਤਲਬ ਜਿਵੇਂ ਬਦਲ ਦਾ ਹੋਣਾ ਮਤਲਬ ਉਹ ਹੈਗਾ ਦੇਸ਼ 'ਚ ਇਨਕਲਾਬ ਹੋਵੇ, ਇੱਕ ਸਮਾਜਵਾਦੀ ਇਨਕਲਾਬ ਹੋਵੇ। ਦੇਸ਼ ਵਿੱਚ ਜਿਹੜੀ ਕੌਮਿਸਟ ਇਨਕਲਾਬੀ ਸ਼ਕਤੀਆਂ ਨੇ ਉਹੀ ਸੱਚੇ ਰੂਪ 'ਚ ਲੋਕਾਂ ਲਈ ਲੜਦੀਆਂ ਨੇ, ਉਹੀ ਹਰ ਵੇਲੇ ਲੋਕਾਂ ਨਾਲ ਖੜਦੀਆਂ ਨੇ ਕਿਸੇ ਵੀ ਮੁਸੀਬਤ ਦੇ ਵਿੱਚ, ਪਰ ਉਹ ਕਮਜ਼ੋਰ ਸਥਿਤੀ 'ਚ ਨੇ। ਹੁਣ ਕੋਈ ਕਹੇ ਇਨਕਲਾਬ ਤਾਂ ਪਤਾ ਨਹੀਂ ਕਦੋਂ ਹੋਊਗਾ, ਹੈ ਨਾ। ਹੁਣ ਜਦੋਂ ਵੀ ਹੋਵੇ ਹੱਲ ਤਾਂ ਇਹੀ ਹੈ, ਇੱਦੋਂ ਬਿਨਾਂ ਹੱਲ ਤਾਂ ਕੋਈ ਨਹੀਂ ਗਾ। ਜਾਂ ਤਾਂ ਇਹ ਜਿਹੜਾ ਢਾਂਚਾ ਹੋਰ ਨਿਕਲਦਾ ਜਾਊਗਾ, ਹੋਰ ਜ਼ਬਰ ਤਿੱਖਾ ਹੁੰਦਾ ਜਾਊਗਾ। ਦੂਜਾ ਹੱਲ ਇਹ ਹੈ ਕਿ ਸਮਾਜਵਾਦ ਹੋਵੇ, ਜਿਵੇਂ ਜਰਮਨੀ ਦੇ ਇੱਕ ਲੇਖਕ ਸੀ ਉਹਨੇ ਕਿਹਾ ਸੀਗਾ ਸਮਾਜਵਾਦ ਜਾਂ ਬਰਬਰਤਾ, ਹੈ ਨਾ। ਹੁਣ ਸ਼ੋਰਟਕੱਟ ਕੋਈ ਹੈ ਨਹੀਂ ਗਾ। ਹੁਣ ਕੁਝ ਲੋਕ ਕਹਿੰਦੇ ਹੁਣੇ ਦੱਸੋ ਕੀ ਹੱਲ ਆ, ਹੁਣੇ ਹੱਲ ਐਵੇਂ। ਹੁਣ ਵੱਡੇ ਸਮਾਜਿਕ ਬਦਲਾਅ ਕੁਝ ਮਿੰਟਾਂ ਜਾਂ ਦਿਨਾਂ ਦੀ ਗੱਲ ਤਾਂ ਹੁੰਦੇ ਨਹੀਂ, ਇਹ ਯੁੱਗਾਂ ਦੀ ਗੱਲ ਹੁੰਦੇ ਨੇ। ਜੋ ਸੱਚ ਹੈ ਉਹ ਸੱਚ ਹੈ, ਸੱਚ ਇਹੀ ਹੈ ਕਿ ਕੌਮਿਸਟ ਇਨਕਲਾਬੀ ਸ਼ਕਤੀਆਂ ਹੀ ਲੋਕਾਂ ਦਾ ਸਾਥ ਦੇਣਗੀਆਂ ਇਹ ਸਾਰੇ ਜ਼ਬਰ ਜੁਲਮ ਜਿਹੜਾ ਝੱਖੜਾਂ ਨਾਲ ਦਿਨਾਂ 'ਚ ਲੂਗਾ ਉਹਨਾਂ ਨੂੰ, ਮਤਲਬ ਜਿਹੜੇ ਕੌਮਿਸਟ ਇਨਕਲਾਬੀ ਨੇ ਉਹਨਾਂ ਨੂੰ ਲੋਕਾਂ 'ਚ ਲੋਕਾਂ ਨੂੰ ਜਥੇਬੰਦ ਕਰਦੇ, ਲਾਮਬੰਦ ਕਰਦੇ ਆਪਣੇ ਯਤਨ ਤੇਜ਼ ਕਰਨੇ ਪੈਣਗੇ। ਮੇਰਾ ਇੱਕ ਸਵਾਲ ਸੀਗਾ ਤੁਹਾਨੂੰ, ਜਿਵੇਂ ਆਪਣੇ ਦੇਸ਼ ਵਿੱਚ ਅਲੱਗ ਅਲੱਗ ਚੋਣਾਂ ਹੁੰਦੀਆਂ ਨੇ, ਛੋਟੇ ਅਤੇ ਵੱਡੇ ਲੈਵਲ ਦੀਆਂ, ਮਤਲਬ ਜਿਵੇਂ ਮਿਊਂਸੀਪਲ ਚੋਣਾਂ, ਪੰਚਾਇਤੀ ਚੋਣਾਂ, ਲੋਕ ਸਭਾ ਚੋਣਾਂ ਹੁਣੇ ਹੋ ਕੇ ਹਟੀਆਂ ਨੇ, ਵਿਧਾਨ ਸਭਾ ਚੋਣਾਂ, ਅਤੇ ਇਹ ਸਾਰੀਆਂ ਚੋਣਾਂ ਦਾ ਕੀ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ? ਬੜਾ ਜ਼ਰੂਰੀ ਸਵਾਲ ਹੈ, ਮਹੱਤਵਪੂਰਨ ਸਵਾਲ ਵੀ ਹੈ। ਮਤਲਬ ਇਹਨੂੰ ਆਪਾਂ ਇਸ ਤਰ੍ਹਾਂ ਦੇਖ ਸਕਦੇ ਹਾਂ, ਜਿਵੇਂ ਜਦੋਂ ਦਾ ਇਹ ਚੋਣ ਪ੍ਰਬੰਧ ਆਇਆ ਦੁਨੀਆਂ ਦੇ ਵਿੱਚ, ਇਹ ਆਇਆ ਸਰਮਾਏਦਾਰੀ ਦੇ ਨਾਲ। ਇੱਦੋਂ ਪਹਿਲਾਂ ਜਗੀਰਦਾਰੀ ਸੀਗੀ ਅਤੇ ਉੱਥੇ ਕੋਈ ਚੋਣ ਪ੍ਰਬੰਧ ਨਹੀਂ ਸੀ ਹੁੰਦਾ, ਉਹ ਆਮ ਤੌਰ 'ਤੇ ਧਰਮ ਕੇਂਦਰਿਤ ਰਾਜ ਹੁੰਦੇ ਸੀਗੇ। ਉਹ ਕਹਿੰਦੇ ਸਨ ਰੱਬ ਨੇ ਭੇਜਿਆ, ਹਕੂਮਤ ਕਰਨ ਲਈ ਭੇਜਿਆ ਅਤੇ ਅਸੀਂ ਆਮ ਲੋਕਾਂ ਨੂੰ ਅਲੱਗ ਹਾਂ, ਇਸੇ ਲੋਕਾਂ ਨੂੰ ਆਪਣੇ ਨੁਮਾਇੰਦੇ ਚੋਣ ਦਾ ਕੋਈ ਹੱਕ ਨਹੀਂ ਸੀ ਹੁੰਦਾ। ਉਹਦੀ ਜਗ੍ਹਾ ਇਸ ਜਮਹੂਰੀਅਤ ਨੇ ਲਈ, ਜਿਹਨੂੰ ਆਪਾਂ ਬੁਰਜੂਆ ਜਮਹੂਰੀਅਤ ਵੀ ਕਹਿੰਦੇ, ਸਰਮਾਏਦਾਰਾਂ ਜਮਹੂਰੀਅਤ ਵੀ ਕਹਿੰਦੇ ਹਾਂ। ਇਹ 'ਚ ਦੋ ਚੀਜ਼ਾਂ ਨੇ, ਇੱਕ ਤਾਂ ਆਪਾਂ ਨੂੰ ਵੋਟ ਦਾ ਹੱਕ ਆ, ਪਾਰਲੀਮੈਂਟ ਸੰਸਥਾ ਵਿੱਚ ਵੋਟ ਦਿੰਦੇ ਹਾਂ। ਦੂਜੇ ਬਹੁਤ ਸਾਰੇ ਜਮਹੂਰੀ ਹੱਕ ਨੇ ਜਿਹੜੇ ਕਿਸੇ ਨੇ ਮਤਲਬ ਭੀਖ 'ਚ ਨਹੀਂ ਦਿੱਤੇ, ਕੋਈ ਦਾਨ ਨਹੀਂ ਕੀਤੇ, ਲੋਕਾਂ ਨੇ ਆਪਣੇ ਲੜਕੇ ਲਏ ਆ, ਬਹੁਤ ਜ਼ਿਆਦਾ ਖੂਨ ਵਹਾ ਕੇ ਸੰਘਰਸ਼ਾਂ ਰਾਹੀਂ ਉਹ ਹੱਕ ਹਾਸਲ ਕੀਤੇ ਆ, ਜਿਵੇਂ ਇਕੱਠੇ ਹੋਣ ਦਾ ਹੱਕ, ਆਪਣੇ ਵਿਚਾਰਾਂ ਦੇ ਪ੍ਰਚਾਰ ਕਰਨ ਦਾ ਹੱਕ, ਆਪਣਾ ਅਖਬਾਰ ਕੱਢਣ ਦਾ ਹੱਕ, ਜਥੇਬੰਦੀ ਬਣਾਉਣ ਦਾ ਹੱਕ, ਧਰਨੇ ਮਿਆਰੇ ਕਰਨ ਦਾ ਹੱਕ, ਇਹ ਸਾਰੇ ਜਮਹੂਰੀ ਹੱਕ ਨੇ ਜਿਹਦਾ ਨਿਸ਼ਚੇ ਹੀ ਲੋਕਾਂ ਨੂੰ ਬਹੁਤ ਫਾਇਦਾ। ਨਵਾਂ ਸਮਾਜ ਜਿਹੜਾ ਸਿਰਜਣਾ ਆਪਾਂ ਸਮਾਜਵਾਦ, ਉਹਦੇ ਲਈ ਪ੍ਰੈਕਟਿਸ ਕਰਨ ਲਈ ਵੀ ਇਹ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ। ਜਿਵੇਂ ਲੈਨਨ ਨੇ ਵੀ ਕਿਹਾ ਕਿ ਬੁਰਜੂਆ ਸਮਾਜ 'ਚ ਹੀ ਮਜ਼ਦੂਰ ਜਮਹੂਰੀ ਦੇ ਉਸ ਪ੍ਰੈਕਟਿਸ 'ਚੋਂ ਲੰਘਦੇ ਆ ਕਿ ਸਮਾਜਵਾਦ 'ਚ ਉਹਨਾਂ ਨੂੰ ਮਤਲਬ ਕਾਫ਼ੀ ਉਹਦੀ ਮਦਦ ਮਿਲਦੀ ਹੈ। ਜਿਹੜੀ ਮਤਲਬ ਇਹ ਚੋਣਾਂ ਵਾਲੀ ਗੱਲ ਹੈ, ਵੋਟ ਪਰਚੀ ਵਾਲੀ ਗੱਲ ਹੈ, ਇਹਦਾ ਲੋਕਾਂ ਨੂੰ ਫਾਇਦਾ ਹੁੰਦਾ ਨਹੀਂ ਫਾਇਦਾ ਹੁੰਦਾ, ਇਹ ਮਤਲਬ ਇਹਨੂੰ ਆਪਾਂ ਇਸ ਰੂਪ 'ਚ ਦੇਖ ਸਕਦੇ ਹਾਂ। ਜਿਹੜੀ ਜਮਹੂਰੀਅਤ ਸੱਚੀ ਜਮਹੂਰੀਅਤ ਨਹੀਂ ਹੈਗੀ, ਉਹਦੀ ਵਜ੍ਹਾ ਇਹ ਹੈ ਕਿ ਸਾਨੂੰ ਮਤਲਬ ਚੁਣਨ ਦਾ ਹੱਕ ਹੈਗਾ, ਚੁਣੇ ਹੋਏ ਨੁਮਾਇੰਦੇ ਨੂੰ ਵਾਪਸ ਬੁਲਾਉਣ ਦਾ ਹੱਕ ਨਹੀਂ ਹੈ, ਠੀਕ। ਅਤੇ ਦੂਜੀ ਗੱਲ ਇਹ ਧਨ ਬਲ ਨਾਲ ਜਿਹੜੀ ਚੋਣਾਂ ਲੜੀਆਂ ਜਾਂਦੀਆਂ, ਬੇਸ ਚੋਣ ਵਿੱਚ ਊਂ ਸੰਵਿਧਾਨਕ ਤੌਰ 'ਤੇ ਤਾਂ ਹੈਗਾ ਵੀ ਕੋਈ ਵੀ ਨਾਗਰਿਕ ਹਿੱਸਾ ਲੈ ਸਕਦਾ, ਹਕੀਕਤ ਕੋਈ ਵੀ ਨਹੀਂ ਲੈ ਸਕਦਾ, ਕਿਉਂਕਿ ਇੱਕ ਸਰਪੰਚ ਬਣਨ ਲਈ ਵੀ ਤੁਹਾਨੂੰ ਕਰੋੜ ਰੁਪਈਆ ਚਾਹੀਦਾ ਜਾਂ ਲੱਖਾਂ ਰੁਪਈਆ ਪਾਣੀ ਤਰ੍ਹਾਂ ਬਹਾਇਆ ਜਾਂਦਾ। ਇਸ ਲਈ ਆਮ ਬੰਦਾ ਜਿਹੜਾ ਕੋਈ ਦਿਹਾੜੀਦਾਰ ਮਜ਼ਦੂਰ ਆ, ਉਹ ਵੀ ਇਹਨਾਂ ਚੋਣਾਂ 'ਚ ਹਿੱਸਾ ਲੈ ਹੀ ਨਹੀਂ ਸਕਦਾ। ਇਸ ਲਈ ਇਹ ਜਮਹੂਰੀਅਤ ਸਭ ਲਈ ਜਮਹੂਰੀਅਤ ਨਹੀਂ ਹੈਗੀ। ਜਿਵੇਂ ਇਹ ਇੱਕ ਤਾਂ ਕਹਿੰਦੇ ਲੋਕਾਂ ਦੀ, ਅਬਰਾਹਮ ਲਿੰਕਨ ਨੇ ਕਿਹਾ ਸੀ ਲੋਕਾਂ ਲਈ ਲੋਕਾਂ ਦੁਆਰਾ ਹਕੂਮਤ, ਇਹ ਤਿੰਨੇ ਚੀਜ਼ਾਂ ਹੈ ਨਹੀਂ ਗੀਆਂ। ਹੁਣ ਵੋਟ ਪੈਣ ਜਾਂ ਨਾ ਪੈਣ ਦਾ ਕੋਈ ਫਰਕ ਨਹੀਂ ਪੈਂਦਾ,
ਜਿਵੇਂ ਕਸ਼ਮੀਰ 'ਚ ਲੋਕ ਬਾਈਕਾਟ ਕਰਦੇ ਵੋਟਾਂ ਦੇ, ਉੱਥੇ ਲੋਕਾਂ ਦੀ ਲਹਿਰ ਆ, ਭਾਰਤੀ ਹੱਕ ਨੂੰ ਨਫ਼ਰਤ ਕਰਦੇ ਆ, ਜ਼ਬਰ ਵਿਰੁੱਧ ਲੜ ਰਹੇ ਆ, ਉੱਥੇ ਬਹੁਤ ਨਾਮਾਤਰ ਵੋਟਾਂ ਹੁੰਦੀਆਂ, ਸਰਕਾਰ ਫਿਰ ਵੀ ਬਣ ਜਾਂਦੀ ਹੈ। ਇਹਨਾਂ ਨੇ ਕੋਈ ਰੱਖਿਆ ਨਹੀਂ ਹੋਇਆ ਵੀ ਇੱਦੋਂ ਘੱਟ ਵੋਟਾਂ ਪੈਣਗੀਆਂ ਤਾਂ ਸਰਕਾਰ ਨਹੀਂ ਬਣੂਗੀ। ਦੂਜੇ ਲਈ ਬਹੁਮਤ ਦੀ ਹਕੂਮਤ ਨਹੀਂ ਹੈਗੀ, ਜਿਵੇਂ ਮੋਦੀ ਨੂੰ ਇਸ ਵਾਰ ਕੁੱਲ 48% ਵੋਟਾਂ ਮਿਲੀਆਂ, ਇਹਦੇ ਨਾਲ 52% ਉਹਦੇ ਇਹ ਵਿਰੋਧ 'ਚ ਵੋਟਾਂ ਪਾਈਆਂ ਲੋਕਾਂ ਨੇ, ਪਰ ਸਰਕਾਰ ਤਾਂ ਫਿਰ ਵੀ ਇਹਨਾਂ ਦੀ ਬਣ ਗਈ। ਹੁਣ ਜਿਹੜਾ ਉਮੀਦਵਾਰ ਜਿੱਤਦਾ ਉਹਨੂੰ ਜਿੰਨੀਆਂ ਵੋਟਾਂ ਪੈਣੀਆਂ, ਜਿਹੜੇ ਤਾਂ ਵਿਰੋਧ 'ਚ ਖੜੇ ਹੁੰਦੇ ਉਹਨਾਂ ਦੀ ਵੋਟਾਂ ਤਾਂ ਜ਼ਿਆਦਾ ਹੋਣੀਆਂ, ਇਸ ਲਈ ਜ਼ਿਆਦਾ ਲੋਕ ਤਾਂ ਉਹਨੂੰ ਪਸੰਦ ਨਹੀਂ ਨਾ ਕਰਦੇ ਉਸ ਨੁਮਾਇੰਦੇ ਨੂੰ, ਪਰ ਫਿਰ ਵੀ ਉਹੀ ਜਿੱਤਦਾ। ਇਸ ਲਈ ਕੋਈ ਸੱਚੀ ਰੀਅਲ ਜਮਹੂਰੀਅਤ ਨਹੀਂ, ਅਸਲ ਜਮਹੂਰੀਅਤ ਨਹੀਂ ਹੈਗੀ। ਹੁਣ ਜਿਹੜੀ ਇਨਕਲਾਬੀ ਤਾਕਤਾਂ ਨੇ, ਜਿਹੜੀ ਮਜ਼ਦੂਰ ਜਮਾਤ ਦੀ ਲੜਾਈ ਲੜਦੇ ਨੇ, ਦੇਸ਼ ਦੇ ਗਰੀਬਾਂ ਦੀਆਂ, ਮਜ਼ਦੂਰਾਂ, ਗਰੀਬ ਕਿਸਾਨਾਂ ਦੀ ਲੜਾਈ ਲੜਦੇ ਨੇ, ਉਹ ਇਹਦਾ ਕੀ ਫਾਇਦਾ ਲੈ ਸਕਦੇ ਨੇ? ਉਹਨਾਂ ਲਈ ਇੱਕ ਟੈਕਟਿਕਸ ਦਾ ਮਸਲਾ, ਕਿਉਂਕਿ ਚੋਣਾਂ ਵੇਲੇ ਇੱਕ ਮਾਹੌਲ ਹੁੰਦਾ, ਲੋਕ ਗੱਲ ਸੁਣਨ ਨੂੰ ਤਿਆਰ ਹੁੰਦੇ ਆ। ਹੁਣ ਬਾਈਕਾਟ ਲੋਕ ਦੇਖਣ ਜਾਂ ਤਾਂ ਬਾਈਕਾਟ ਕਰਨਗੇ, ਲੋਕ ਇਨਕਲਾਬੀ ਤਾਕਤਾਂ ਦੇ ਕੌਲ 'ਤੇ ਬਾਈਕਾਟ ਕਰਨ। ਬਾਈਕਾਟ ਉਦੋਂ ਕਰਦੇ ਹੁੰਦੇ ਜਦੋਂ ਦੇਸ਼ ਵਿੱਚ ਇਨਕਲਾਬੀ ਲਹਿਰ ਹੋਵੇ, ਚੜ੍ਹਦੀ ਸਥਿਤੀ ਹੋਵੇ। ਜੇ ਚੜ੍ਹਦੀ ਸਥਿਤੀ ਨਹੀਂ ਤਾਂ ਲੋਕ ਬਾਈਕਾਟ ਨਹੀਂ ਕਰਦੇ। ਉਦੋਂ ਦਾਅ ਪੇ 'ਚ ਇਹ ਨਿਕਲਿਆ ਕਿ ਚੋਣਾਂ 'ਚ ਹਿੱਸਾ ਲਿਆ ਜਾਵੇ, ਉਹਦੇ ਲਈ ਇੰਨੀ ਕੁ ਤਾਕਤ ਹੋਵੇ, ਤੁਸੀਂ ਇੱਕ ਪ੍ਰਭਾਵੀ ਉਹ 'ਚ ਦਖਲਅੰਦਾਜ਼ੀ ਕਰ ਸਕੋ। ਇਹ ਇੱਕ ਫਾਇਦਾ ਹੋ ਸਕਦਾ ਕਿ ਜੇ ਇਨਕਲਾਬੀ ਸ਼ਕਤੀਆਂ ਕਿਤੇ ਪੰਚਾਇਤ 'ਤੇ ਕਾਬਜ਼ ਨੇ, ਕਿਸੇ ਮਿਊਂਸੀਪਲ ਕਾਰਪੋਰੇਸ਼ਨ 'ਤੇ ਕਾਬਜ਼ ਨੇ, ਤਾਂ ਜਿਹੜੇ ਸਾਧਨ ਹੈਗੇ ਨੇ ਲੋਕਾਂ ਦੇ, ਉਹਦਾ ਇਸਤੇਮਾਲ ਲੋਕਾਂ ਦੇ ਹਿੱਤ 'ਚ ਕਰ ਸਕਦੀਆਂ ਨੇ। ਅਤੇ ਜਿਹੜੀ ਰੂਲਿੰਗ ਹਾਕਮ ਜਮਾਤ ਆ, ਉਹ ਇਨਕਲਾਬੀ ਸ਼ਕਤੀ ਨੂੰ ਇੱਕ ਹੱਦ ਤੋਂ ਅੱਗੇ ਵਧਣ ਨਹੀਂ ਦਿੰਦੀ, ਅਤੇ ਉਹਨੂੰ ਰੋਕਦੀ ਆ, ਹੈ ਨਾ। ਉਦੋਂ ਬਾਅਦ ਜਾਣੀ ਮਤਲਬ ਉਹਦੇ ਵਿੱਚ ਜਾ ਕੇ ਜਦੋਂ ਮਤਲਬ ਉੱਥੇ ਕਾਬਜ਼ ਹੁੰਦੇ ਨੇ ਇਨਕਲਾਬੀ ਤਾਕਤਾਂ, ਆਪਣਾ ਕੋਈ ਵਿੰਗ ਬਣਾਉਂਦੇ ਨੇ, ਪਾਰਲੀਮੈਂਟ ਤੱਕ ਵੀ ਨੁਮਾਇੰਦੇ ਪਹੁੰਚ ਜਾਂਦੇ ਨੇ, ਤਾਂ ਉਹ ਫਿਰ ਰੋਕਣਾ ਸ਼ੁਰੂ ਕਰਦੇ ਆ। ਮਤਲਬ ਤਾਂ ਬਹੁਤ ਹੀ ਮਾਮੂਲੀ ਕੋਈ ਫਾਇਦਾ ਹੋ ਸਕਦਾ ਉਸ ਹਾਲਤ ਦੇ ਵਿੱਚ, ਜੇ ਇਨਕਲਾਬੀ ਸ਼ਕਤੀਆਂ ਕਿਤੇ ਨਾ ਕਿਤੇ ਕਾਬਜ਼ ਹੋ ਜਾਣ। ਉਦੋਂ ਬਿਨਾਂ ਇਹਦਾ ਨਹੀਂ ਕੋਈ ਫਾਇਦਾ ਹੁੰਦਾ, ਵੋਟ ਦੇਣ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਲੋਕਾਂ ਨੂੰ, ਕਿਉਂਕਿ ਲੋਕਾਂ ਦੀ ਵੋਟ ਕੁਝ ਤੈਅ ਨਹੀਂ ਕਰਦੀ, ਕੋਈ ਨਿਰਣਾ ਨਹੀਂ ਕਰਦੀ, ਉਹ ਕੋਈ ਫਰਕ ਨਹੀਂ ਪਾਉਂਦੀ। ਜਿਵੇਂ ਆਪਾਂ ਗੱਲ ਕੀਤੀ ਹੈ ਜੀ, ਪੂਰੇ ਦੇਸ਼ ਦੇ ਵਿੱਚੋਂ ਹੀ ਲਗਭਗ ਬੀਜੇਪੀ ਨੂੰ ਸਾਰੇ ਕਿਤੇ ਹੀ ਬਹੁਮਤ ਮਿਲਿਆ, ਪਰ ਆਪਾਂ ਪੰਜਾਬ 'ਚ ਦੇਖੀਏ ਤਾਂ ਪੰਜਾਬ ਦੇ ਵਿੱਚ ਮਤਲਬ 13 ਸੀਟਾਂ 'ਚੋਂ ਕਾਂਗਰਸ ਨੂੰ 8 ਸੀਟਾਂ ਮਿਲੀਆਂ ਨੇ ਅਤੇ ਬੀਜੇਪੀ ਨੂੰ ਸਿਰਫ 2 ਹੀ ਸੀਟਾਂ ਮਿਲੀਆਂ ਨੇ। ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਕਾਰਜ ਖੇਤਰ ਵਧਾਉਣ ਦੇ ਲਈ ਬੀਜੇਪੀ ਦੀ ਕੀ ਰਣਨੀਤੀ ਹੋਊਗੀ? ਪੰਜਾਬ 'ਚ ਬੀਜੇਪੀ ਨੇ ਉਹ ਤਾਂ ਸ਼ੁਰੂ ਤੋਂ ਯਤਨ ਕਰਦੀ ਆ ਰਹੀ ਹੈ, ਪਰ ਜਿਵੇਂ 2014 'ਚ ਦਿੱਲੀ 'ਚ ਕਾਬਜ਼ ਹੋਣ ਤੋਂ ਬਾਅਦ ਇਹਨੇ ਯਤਨ ਬਹੁਤ ਤੇਜ਼ ਕੀਤੇ, ਕਾਫੀ RSS ਦਾ ਕਾਡਰ ਪੰਜਾਬ ਵਿੱਚ ਝੋਕਿਆ ਇਹਨਾਂ ਨੇ। ਪਰ ਪੰਜਾਬ ਜੇ ਕਿ ਇਹਨਾਂ ਲਈ ਮੁਸੀਬਤ ਇਹ ਹੈ ਕਿ ਇੱਥੇ ਸਿੱਖ ਬਹੁ ਗਿਣਤੀ ਰਾਜ ਹੈ, ਸਿੱਖਾਂ ਦੀ ਬਹੁ ਗਿਣਤੀ ਹੈ, ਅਤੇ ਸਿੱਖ ਜਿਹੜੀ ਘੱਟ ਗਿਣਤੀ, ਇੱਕ ਮਤਲਬ ਪੂਰੇ ਦੇਸ਼ 'ਚ ਘੱਟ ਤਾਂ ਘੱਟ ਗਿਣਤੀ ਧਾਰਮਿਕ ਹਿੱਸਾ ਹੈ, ਉਹ ਇਹਨਾਂ ਤੋਂ ਥੋੜ੍ਹਾ ਖੌਫ ਖਾਂਦਾ, ਥੋੜ੍ਹਾ ਕਿ ਬਹੁਤ ਖੌਫ ਖਾਂਦਾ, ਕਿਉਂਕਿ RSS ਜਿਹੜੀ ਹੈ ਉਹ ਸਿੱਖਾਂ ਨੂੰ ਵੱਖਰੇ ਧਰਮ ਦੇ ਤੌਰ 'ਤੇ ਮਾਨਤਾ ਨਹੀਂ ਦਿੰਦੀ, ਉਹ ਇਹਨੇ ਹਿੰਦੂ ਧਰਮ ਦੀ ਹੀ ਇੱਕ ਸ਼ਾਖ ਮੰਨਦੀ ਹੈ, ਉਹ ਸਿੱਖਾਂ ਦੀ ਨਿਆਰੀ ਜਿਹੜੀ ਹਸਤੀ ਹੈ, ਵੱਖਰੀ ਹਸਤੀ ਹੈ, ਉਹਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਲਈ ਜਿਹੜੇ ਰੈਡੀਕਲ ਸਿੱਖ ਹਿੱਸੇ ਨੇ ਉਹ ਇੱਥੇ ਦੂਰ ਨੇ, ਕਾਫੀ ਦੂਰ ਰਹਿੰਦੇ ਆ। ਅਗਲੀ ਗੱਲ ਇਹ ਕਿ ਪੰਜਾਬ ਵਿੱਚ ਕੋਈ ਇਸ ਤਰ੍ਹਾਂ ਮੁਸਲਮਾਨਵਾਦੀ ਬਹੁਤ ਜ਼ਿਆਦਾ ਨਹੀਂ ਗੀ, ਜਿੱਥੇ ਮੁਸਲਮਾਨਵਾਦੀ ਹੈਗੀ ਮਲੇਰਕੋਟਲੇ ਵਗੈਰਾ ਦੇ ਵਿੱਚ, ਇੱਥੇ ਤਾਂ 47 ਦਾ ਜਦੋਂ ਕਤਲੇਆਮ ਹੋਇਆ ਉਦੋਂ ਵੀ ਲੋਕਾਂ ਨੇ ਇਸ ਆਬਾਦੀ ਨੂੰ ਬਚਾਇਆ, ਕਿਉਂਕਿ ਉਹ ਪੁਰਾਣਾ ਇੱਕ ਇਤਿਹਾਸ ਹੈ ਇਹਨਾਂ ਦਾ ਕਿ ਮਲੇਰਕੋਟਲੇ ਨਵਾਬ ਨੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਜਦੋਂ ਉਹਨੂੰ ਨੀਹਾਂ ਚਿਣਿਆ ਜਾ ਰਿਹਾ ਸੀ, ਹਾਦਾ ਨਾਰਾ ਮਾਰਿਆ ਸੀਗਾ। ਇਸ ਲਈ ਜਿਹੜੇ ਸਿੱਖ ਨੇ ਉਹ ਮੁਸਲਮਾਨ ਨੂੰ ਨਫ਼ਰਤ ਨਹੀਂ ਕਰਦੇ ਇੱਥੇ, ਅਤੇ ਬੀਜੇਪੀ ਕੋਲ ਜਾਂ RSS ਕੋਲ ਅਜਿਹਾ ਮੁੱਦਾ ਨਹੀਂ ਲੱਭਦਾ, ਕਿਉਂਕਿ ਧਰਮ ਦੇ ਨਾਂ ਦੇ ਪਾਟਕ ਪਾ ਕੇ ਹੀ ਕਰ ਸਕਦੇ ਨੇ ਲੋਕਾਂ ਦੀ ਇਲਾਮਬੰਦੀ। ਹੁਣ ਉਹ ਮਸਲਾ ਮਿਲਦੇ ਨੇ, ਇਸ ਲਈ ਉਹਨੇ ਪੈਰ ਨਹੀਂ ਲੱਗਦੇ। ਦੂਜੇ ਜਿਹੜੇ ਸਿੱਖ ਨੇ ਉਹ ਲੱਗਣ ਨਹੀਂ ਦਿੰਦੇ, ਊਂ ਇਹਨਾਂ ਨੇ ਕੀ ਕੀਤਾ, ਹੁਣ ਅਕਾਲੀ ਦਲ ਵਿੱਚ ਸੇਂਧ ਲਾਈ ਹੈ, ਅਤੇ ਕਿ ਸੁਖਬੀਰ ਬਾਦਲ ਵੀ ਜਿੱਤਿਆ, ਹੋ ਸਕਦਾ ਉੱਪਰ ਇਹਨੂੰ ਕਮਿਊਨਿਸਟੀ ਦੇ ਦੇਣ, ਅਤੇ ਡੇਰਾ ਬਿਆਸ ਵਾਲੇ ਨਾਲ ਵੀ ਉਹਨੇ ਗੰਢ ਧੁੱਪ ਕੀਤੀ ਆ, ਸਰਸੇ ਵਾਲੇ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਨਾ ਡੇਰਿਆਂ ਵਗੈਰਾ ਰਾਹੀਂ, ਉਹ ਕਿਉਂਕਿ ਪੰਜਾਬ ਹਾਲੇ ਤੱਕ ਉਹਨਾਂ ਦੇ ਹੱਥ 'ਚ ਆਇਆ ਨਹੀਂ, ਇੱਥੇ ਆਪਣੇ ਯਤਨ ਤੇਜ਼ ਕਰਨਗੇ।
ਪੰਜਾਬ ਦੇ ਕੁਝ ਹਿੱਸੇ ਅਜਿਹੇ ਨੇ ਜਿਵੇਂ ਪਠਾਨਕੋਟ ਵਗੈਰਾ, ਉੱਥੇ ਇਹਨਾਂ ਦੀ ਹਾਲਤ ਕਾਫੀ ਠੀਕ ਠਾਕ ਹੈ। ਪੂਰੇ ਪੰਜਾਬ ਦੇ ਵਿੱਚ ਦੇਖੀਏ ਤਾਂ ਮਤਲਬ ਇਹਨਾਂ ਦੀ ਹਾਲਤ ਕਮਜ਼ੋਰ ਹੈ। ਇਹਨੂੰ ਕਾਬੂ ਕਰਨ ਦੇ ਲਈ ਕੋਸ਼ਿਸ਼ਾਂ ਤਾਂ ਤੇਜ਼ ਕਰਨਗੇ ਪੰਜਾਬ 'ਚ ਆਉਣ ਵਾਲੇ 5 ਸਾਲਾਂ 'ਚ। ਉਹ ਹੁਣ ਕੀ ਰੰਗ ਲਿਆਉਂਦੀਆਂ ਨੇ ਇਹ ਤਾਂ ਆਉਣ ਵਾਲੇ ਸਮੇਂ ਦੱਸ। ਜਿਵੇਂ ਤੁਸੀਂ ਕਿਹਾ ਵੀ ਜਿਵੇਂ ਜਿਹੜਾ ਮਜ਼ਦੂਰਾਂ ਦੀਆਂ ਉਜ਼ਰਤਾਂ ਦੇ ਵਿੱਚ ਜਿਹੜਾ ਹੈਗਾ ਉਹ ਲਗਾਤਾਰ ਘੱਟ ਆ, ਜਾਂ ਆਮ ਲੋਕਾਂ ਦਾ ਜਿਹੜਾ ਜੀਵਨ ਪੱਧਰ ਆ ਉਹ ਨੀਵੇਂ ਪੱਧਰ ਵੱਲ ਜਾਊਗਾ, ਤਾਂ ਜੇ ਜਿਸ ਤਰ੍ਹਾਂ ਬੀਜੇਪੀ ਦੇ ਵਿਰੋਧੀ ਜੋ ਹੈਗੇ ਨੇ ਜਾਂ ਇਸ ਫਾਸੀਵਾਦ ਦੇ ਵਿਰੋਧੀ ਜੋ ਜਥੇਬੰਦੀਆਂ ਜਾਂ ਕਾਰਕੁਨ ਜਾਂ ਪੱਤਰਕਾਰ ਨੇ, ਤੇ ਉਹਨਾਂ ਲਈ ਜਿਹੜਾ ਆਉਣ ਵਾਲੇ 5 ਸਾਲ ਉਹਨਾਂ ਲਈ ਤੁਸੀਂ ਕਿਸ ਤਰ੍ਹਾਂ ਦਾ ਇਹ ਸਮਾਂ ਦੇਖ ਰਹੇ ਹੋ? ਜਿਹੜੇ ਆਉਣ ਵਾਲੇ 5 ਸਾਲ ਨੇ ਜਿਹੜੀ ਫਾਸੀਵਾਦੀ ਹਕੂਮਤ ਦੇ, ਉਹ ਸਭ ਲਈ ਹੀ ਇੱਕ ਤਰ੍ਹਾਂ ਦੇ ਖਤਰਨਾਕ ਸਮਾਂ, ਮਾੜਾ ਸਮਾਂ, ਕਿਉਂਕਿ ਬੀਜੇਪੀ ਜਾਂ ਇਹ ਆਰਐਸਐਸ ਵਿਰੋਧੀ ਹਰ ਆਵਾਜ਼ ਨੂੰ ਕੁਚਲਣਾ ਚਾਹੁੰਗੇ। ਜੇ ਪਿਛਲੇ 5 ਸਾਲਾਂ 'ਚ ਆਪਾਂ ਦੇਖਦੇ ਹਾਂ ਆਮਿਰ ਖਾਨ ਨੂੰ ਡਰਾਇਆ ਇਹਨਾਂ ਨੇ, ਸ਼ਾਹਰੁਖ ਖਾਨ ਤੋਂ ਮਾਫ਼ੀ ਮੰਗਾਈ, ਅਤੇ ਸਭ ਨੂੰ ਡਰਾਉਂਦੇ ਆ ਇਹ, ਧਮਕਾਉਂਦੇ ਆ। ਕੁਝ ਲੋਕਾਂ ਨੇ ਕਤਲੇਆਮ ਕੀਤਾ, ਗੋਬਿੰਦ ਪਾਨਸਰ ਦਾ ਕਤਲ ਕੀਤਾ, ਡਾਕਟਰ ਕਲਬੁਰਗੀ ਦਾ ਕਤਲ ਕੀਤਾ, ਅਤੇ ਇੱਕ ਕਰਨਾਟਕਾ 'ਚ ਕਤਲ ਹੋਇਆ। ਇਸ ਤਰ੍ਹਾਂ ਦੇ ਕਤਲਾਂ ਰਾਹੀਂ ਲੋਕਾਂ ਨੇ ਡਰ ਸਹਿਮ ਦੀ ਇੱਕ ਇੰਨੀ ਮਤਲਬ ਕੋਸ਼ਿਸ਼ ਕੀਤੀ, ਉਹਨੂੰ ਕੁਝ ਲੋਕਾਂ ਨੂੰ ਡਰਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਇਹ ਚੀਜ਼ ਆਉਣ ਵਾਲੇ 5 ਸਾਲਾਂ 'ਚ ਹੋਰ ਵੱਡੇ ਪੱਧਰ 'ਤੇ ਹੋ ਸਕਦੀ ਆ। ਵੀ ਇਹਨਾਂ ਦਾ ਜਿਹੜਾ ਨਿਸ਼ਾਨਾ ਆ ਉਹ ਸਿਰਫ ਲਾਲ ਝੰਡਾ ਨੀਗਾ ਜਾਂ ਸਿਰਫ ਮੁਸਲਮਾਨ ਹੀ ਨੀਗੇ, ਹਰ ਵਿਰੋਧੀ ਆਵਾਜ਼ ਨੂੰ ਕੁਚਲਣਾ ਇਹਨਾਂ ਦੇ ਏਜੰਡੇ 'ਤੇ ਆ। ਉਹਦੇ ਹੁਣੇ ਸੰਕੇਤ ਮਿਲਣੇ ਸ਼ੁਰੂ ਕਰਤੇ, ਹਲੇ ਸਰਕਾਰ ਬਣੀ ਵੀ ਨਹੀਂ, ਜਿੱਤ ਕੇ ਆਏ ਨੇ। ਇੱਕ ਫਿਲਮ ਕਲਾਕਾਰ ਹੈ, ਡਾਇਰੈਕਟਰ ਹੈ ਅਨੁਰਾਗ ਕਸ਼ਯਪ, ਉਹਦੀ ਕੁੜੀ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ। ਇਹ ਆਉਣ ਵਾਲੇ ਸਮੇਂ ਦੇ ਸੰਕੇਤ ਨੇ, ਕਿਉਂਕਿ ਜਿਹੜਾ ਇਹ ਫਾਸੀਵਾਦੀ ਇਹਨਾਂ ਦਾ ਪੂਰਾ ਆਧਾਰ ਆ, ਜੋ ਇਹਨਾਂ ਦਾ ਕਾਡਰ ਫੋਰਸ ਹੈ, ਉਹ ਬਹੁਤ ਮਤਲਬ ਜਰਾਇਮ ਪੇਸ਼ਾ ਕਿਸਮ ਦੇ ਲੋਕ ਨੇ, ਉਹ ਹੁਣ ਮਤਲਬ ਆਉਣ ਵਾਲੇ 5 ਸਾਲਾਂ 'ਚ ਭੁਗਤਣਗੇ ਜ਼ਿਆਦਾ। ਜਿਵੇਂ ਕਿ ਤੁਸੀਂ ਦੱਸਿਆ ਜਾਂ ਆਮ ਕੇ ਲਈ ਕਿ ਕਾਂਗਰਸ ਕਲੱਬ ਵੀ ਗੱਲ ਕਰਦੇ ਕਿ ਜਿਹੜੀ ਭਾਜਪਾ ਪਾਰਟੀ ਫਾਸੀਵਾਦੀ ਪਾਰਟੀ ਹੈ, ਤੇ ਜਿਵੇਂ ਹਿਟਲਰ ਦੇ ਸਮੇਂ ਵਿੱਚ ਜਰਮਨ 'ਚ ਖੁੱਲੀ ਤਾਨਾਸ਼ਾਹੀ ਲਾਗੂ ਹੋਈ ਸੀ, ਯਹੂਦੀਆਂ ਦਾ ਕਤਲੇਆਮ ਹੋਇਆ ਸੀ, ਕਾਂਗਰਸ ਦਾ ਕਤਲੇਆਮ ਹੋਇਆ ਸੀ, ਉਸ ਤਰ੍ਹਾਂ ਦੀ ਖੁੱਲੀ ਤਾਨਾਸ਼ਾਹੀ ਕੀ ਆਉਣ ਵਾਲੇ 5 ਸਾਲਾਂ ਵਿੱਚ ਭਾਰਤ ਨੂੰ ਦੇਖਣ ਨੂੰ ਮਿਲੇਗੀ? ਜਿਵੇਂ ਜਿਹੜੀ ਬੀਜੇਪੀ ਦੀ ਹਕੂਮਤ ਹੈ, ਫਾਸਿਸਟ ਹਕੂਮਤ ਆਪਾਂ ਕਹਿੰਦੇ ਹਾਂ, ਵੀ ਇੱਕਦਮ ਇਹ ਮੁਸਲਮਾਨੀ ਜਾਂ ਹਿਟਲਰ ਦੇ ਨਕਸ਼ੇ ਕਦਮ 'ਤੇ ਚੱਲੂਗੀ ਕਿ ਨਹੀਂ, ਇਹ ਇਸ ਗੱਲ 'ਤੇ ਨਿਰਭਰ ਕਰਦਾ ਕਿ ਦੇਸ਼ ਵਿੱਚ ਜਿਹੜਾ ਮਜ਼ਦੂਰਾਂ ਦਾ, ਖਾਸ ਤੌਰ 'ਤੇ ਮਜ਼ਦੂਰਾਂ ਦਾ ਅਤੇ ਹੋਰ ਕਿਰਤੀਆਂ ਦੇ ਕਿਸ ਤਰ੍ਹਾਂ ਦੇ ਵਿਰੋਧ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਉਂਝ ਜੇ ਇਹ ਇੱਦਾਂ ਦਾ ਕੋਈ ਵਿਰੋਧ ਨਹੀਂ ਹੈਗਾ ਕਿ ਉਹ ਨੰਗੀ ਚਿੱਟੀ ਤਾਨਾਸ਼ਾਹੀ ਲਾਗੂ ਕਰਨੀ ਪਵੇ ਅਤੇ ਵੱਡੇ ਪੱਧਰ 'ਤੇ ਕਤਲੇਆਮ ਕਰਨਾ ਪਵੇ, ਜੇ ਉਹਨੂੰ ਅਜਿਹੀ ਲੋੜ ਨਹੀਂ ਹੈਗੀ, ਤਾਂ ਉਹ ਜਿਹੜਾ ਇਹ ਬੁਰਜੁਆ ਜਮਹੂਰੀਅਤ ਦਾ ਜਿਹੜਾ ਖੋਲ ਆ, ਜਿਵੇਂ ਇਹ ਸਾਰੀਆਂ ਹੀ ਜਿਹੜੀਆਂ ਸੰਸਥਾਵਾਂ ਸੀ ਬੁਰਜੁਆ ਜਮਹੂਰੀਅਤ ਦੇ, ਖੋਖਲੀਆਂ ਕਰਤੀਆਂ, ਸਭ ਥਾਂ ਆਪਣੇ ਬੰਦੇ ਘਸਾ ਤੇ, ਜਿਵੇਂ ਇਹ ਜਿਹੜਾ ਢਾਂਚਾ ਬਣਿਆ ਰਹਿ ਸਕਦਾ ਇਸ ਤਰ੍ਹਾਂ ਦਾ, ਜਿਹੜਾ ਬੁਰਜਾ ਜਮਹੂਰੀਅਤ ਦਾ ਇੱਕ ਖੋਲ ਬਣਿਆ ਰਹਿ ਸਕਦਾ, ਅਤੇ ਉਹਦੇ ਅੰਦਰ ਵੀ ਇਹ ਜਿਹੜੀ ਹਕੂਮਤ ਉਹ ਕਾਮਯਾਬੀ ਨਾਲ ਆਪਣੇ ਮਾਲਕਾਂ ਦੀ ਸੇਵਾ ਕਰਦੀ ਰਹਿ ਸਕਦੀ ਹੈ, ਵੱਡੇ ਜਿਹੜੇ ਸਰਮਾਏਦਾਰ ਦੀ ਸੇਵਾ ਕਰਦੀ ਰਹਿ ਸਕਦੀ ਹੈ। ਫਿਲਹਾਲ ਅੱਜ ਦੀ ਘੜੀ ਦੇਖੀਏ ਤਾਂ ਦੇਸ਼ ਵਿੱਚ ਕੋਈ ਇੱਦਾਂ ਦੀ ਵੱਡੀ ਲਹਿਰ ਹੈ ਨਹੀਂ ਜਿਹੜੀ ਪੂਰੇ ਸਿਸਟਮ ਲਈ ਚੁਣੌਤੀ ਬਣਦੀ ਹੋਵੇ, ਇਸ ਲਈ ਉਸ ਨੇ ਨੰਗੀ ਚਿੱਟੇ ਰੂਪ ਵਿੱਚ ਇਹ ਡਰਾਉਂਦੇ ਰਹਿਣਗੇ, ਧਮਕਾਉਂਦੇ ਰਹਿਣਗੇ, ਇਹਨਾਂ ਜਿਹੜੇ ਕਾਤਲ ਗਰੋਹ ਘੁੰਮਦੇ ਰਹਿਣਗੇ, ਗਊ ਰੱਖਿਆ ਜਾਂਦਾ ਅਤੇ ਕਤਲ ਕਰਦੇ ਰਹਿਣਗੇ, ਔਰਤਾਂ ਦੇ ਪਹਿਨਣ ਪਚਣ ਦੇ ਬੁੰਦੀ ਲਾਉਂਦੇ ਰਹਿਣਗੇ, ਲੋਕਾਂ ਦੇ ਖਾਣ ਪੀਣ 'ਤੇ ਰੋਕਾਂ ਲਾਉਂਦੇ ਰਹਿਣਗੇ, ਮੁਸਲਮਾਨ ਹੈ ਜਿਹੜੇ ਉਹ ਆਪਣੇ ਤਿਉਹਾਰ ਈਦ ਮੁਹਰਮ ਵਗੈਰਾ ਉਹਨੂੰ ਨਹੀਂ ਮਨਾਉਣ ਦੇਣਗੇ, ਇੰਨਾ ਡਰਾ ਦੇਣਗੇ ਕਿ ਉਹ ਡਰ ਸਹਿਮ ਦੀ ਸਥਿਤੀ 'ਚ, ਯਾਨੀ ਇੱਦਾਂ ਦੇ ਗੰਦੇ ਗੰਦੇ ਜਿਹੜੇ ਝੁੱਗੀਆਂ ਝੌਂਪੜੇ ਨੇ ਉਹਨੂੰ ਕੈਦ ਕਰ ਦੇਣਗੇ, ਵੀ ਉਹ ਬੋਲਣ ਜੋਗੇ ਰਹਿਣੀ ਨਾ। ਇਹ ਤਾਂ ਕਰ ਹੀ ਰਹੇ ਨੇ ਪਿਛਲੇ 5 ਸਾਲਾਂ ਤੋਂ ਇਹ, ਫਿਰ ਇਹ ਸਾਰਾ ਇਸ 'ਤੇ ਨਿਰਭਰ ਆ ਬਸ ਇਹਨਾਂ ਦਾ। ਜੇ ਇਸ ਤਰ੍ਹਾਂ ਦੀ ਕੋਈ ਲਹਿਰ ਉੱਠਦੀ ਹੈ ਮਜ਼ਦੂਰਾਂ ਦੀ, ਫਿਰ ਉਸ ਤਰ੍ਹਾਂ ਦੀ ਤਾਨਾਸ਼ਾਹੀ ਵੀ, ਇੱਕਦਮ ਨੰਗੀ ਚਿੱਟੀ ਤਾਨਾਸ਼ਾਹੀ ਵੀ ਆ ਸਕਦੀ ਹੈ। ਦੋਸਤੋ, ਇਹ ਵਿਚਾਰ ਚਰਚਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਅਤੇ ਇਸ ਸੰਬੰਧੀ ਆਪਣੇ ਸੁਝਾਅ ਅਤੇ ਇਸ ਪੂਰੀ ਗੱਲਬਾਤ ਦੇ ਉੱਤੇ ਜੇ ਕੋਈ ਤੁਹਾਡੇ ਸਵਾਲ ਨੇ ਤਾਂ ਉਹ ਸਾਨੂੰ ਜ਼ਰੂਰ ਜਿਹੜਾ ਉਹ ਭੇਜੋ।
ਦੋਸਤੋ ਹਾਂ ਸਾਡੇ ਕੋਲ 2 ਮਿੰਟ ਬਾਕੀ ਨੇ ਪ੍ਰੋਗਰਾਮ ਦੇ ਅੰਤ ਵਿੱਚ। ਹਾਂਜੀ, ਟਾਈਮ ਦੀ ਕਮੀ ਕਰਕੇ ਮੈਂ ਬਸ ਇੱਕੋ ਹੀ ਇਹਦੇ ਵਾਸਤੇ ਇੱਕ ਜਿਹੜੀ ਗੱਲ ਸੁਖਵਿੰਦਰ ਹੁਣਾਂ ਨੇ ਬੜੀ ਇੰਪੋਰਟੈਂਟ ਕੀਤੀ ਹੈ ਕਿ ਪੰਜਾਬ ਦੇ ਵਿੱਚ ਹੁਣ ਤੱਕ ਜਿਹੜੇ ਬੀਜੇਪੀ ਦੇ ਸੰਘ ਦੇ ਜਿਹੜੇ ਪੈਰ ਨਹੀਂ ਸੀ ਲੱਗ ਰਹੇ। ਹਾਂ ਬਿਲਕੁਲ ਸਹੀ ਗੱਲ ਹੈ ਕਿ ਅਕਾਲੀ ਦਲ ਦੇ ਥਰੂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਪਰ ਹੁਣ ਜਿਸ ਤਰੀਕੇ ਨਾਲ ਇਹ ਪਾਵਰ ਫੜ ਰਹੇ ਨੇ, ਔਰ ਉਹਨਾਂ ਨੇ ਇਹ ਵੀ ਸੰਦਰਭ ਦੱਸਿਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖਾਂ ਦੀ ਜਿਹੜੀ ਹੋਂਦ ਆ, ਇੱਕ ਨਿਆਰੀ ਹੋਂਦ ਹੈ, ਉਹਦੇ ਕਰਕੇ ਇਹਨਾਂ ਦੇ ਹੁਣ ਤੱਕ ਪੈਰ ਨਹੀਂ ਲੱਗ ਰਹੇ। ਸੋ ਲੱਗਦਾ ਕਿ ਉਹਦੇ ਵਿੱਚ ਹੁਣ ਇਨਫਿਲਟ੍ਰੇਸ਼ਨ ਜਿਹੜੀ ਘੁਸਪੈਂਠ ਆ ਬਾਦਲਾਂ ਨੂੰ ਸ਼ਾਇਦ ਪਾਸੇ ਕਰਕੇ ਲੰਬੇ ਮਤਲਬ ਬਹੁਤ ਵੱਡੇ ਲੈਵਲ 'ਤੇ ਹੋਊਗੀ। ਸੋ ਮੇਰਾ ਖਿਆਲ ਵੀ ਆਪਾਂ ਨੂੰ ਹੋ ਸਕਦਾ ਕਿ ਇੱਕ ਕੋਈ ਸਿੱਖ ਦਿੱਖ ਵਾਲੀ ਕੋਈ ਪਾਰਟੀ ਜਾਂ ਇਸ ਤਰ੍ਹਾਂ ਦਾ ਕੋਈ ਪੋਲੀਟੀਕਲ ਬਣਾ ਲੈਣ। ਸੋ ਸਾਨੂੰ ਬੜਾ ਕੇਅਰਫੁਲ ਹੋਣਾ ਚਾਹੀਦਾ। ਆਲਰੇਡੀ ਇਹਨਾਂ ਦੀਆਂ ਕੋਸ਼ਿਸ਼ਾਂ, ਜਿਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ 'ਚ ਪਹਿਲਾਂ ਵਿਨੋਦ ਖੰਨਾ ਸੀਗੇ, ਉਹ ਉਹਨਾਂ ਤੋਂ ਬਾਅਦ ਹੁਣ ਸਨੀ ਦਿਓਲ, ਜਿਹੜਾ ਕਿ ਉਹ ਬਸ਼ੱਕ ਦਿਖ ਨਹੀਂ ਆ ਪਰ ਉਹ ਇੱਕ ਜੱਟ ਪਰਿਵਾਰ ਤੋਂ ਪੰਜਾਬੀ ਹੈ, ਬਿਲਕੁਲ ਪ੍ਰੋਜੈਕਟ ਕੀਤਾ ਗਿਆ ਉਹਨੂੰ, ਹੁਣ ਪੱਗ ਬਣਾਈ ਗਈ ਆ ਉਹਦਾ, ਇੱਕ ਉਹਦਾ ਮੁੱਕਾ, ਹਾਂ ਉਹਦਾ ਮੁੱਕਾ ਪ੍ਰੋਜੈਕਟ ਕੀਤਾ ਗਿਆ ਕਿਉਂਕਿ ਇਹਨਾਂ ਨੇ ਮੁੱਕਾ ਹੀ ਮਾਰ ਦੇਣਾ ਹੁਣ। ਸੋ ਉਹ ਜਿਹੜੀ ਇੱਕ ਸਰਟਨ ਕਲਾਸ ਆ ਪੰਜਾਬੀ ਸਿੱਖ ਪੋਪੂਲੇਸ਼ਨ ਦੀ, ਉਹ ਉਹਨਾਂ ਨੂੰ ਗ੍ਰੈਬ ਕਰਨ ਲਈ ਉਹ ਕੀਤਾ ਗਿਆ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਅਸੀਂ ਕਹਿ ਸਕਦੇ ਹਾਂ। ਨਹੀਂ ਤੇ ਵਿਨੋਦ ਖੰਨਾ ਵਰਗਾ ਇੱਕ ਹੋਰ ਲਿਆ ਸਕਦੇ ਸੀਗੇ ਕੈਂਡੀਡੇਟ ਕੋਈ ਐਕਟਰ, ਪਰ ਉਹਨਾਂ ਨੇ ਸਨੀ ਦਿਓਲ ਨੂੰ ਲਿਆਂਦਾ। ਸਨੀ ਦਿਓਲ ਨੂੰ ਲਿਆਂਦਾ ਵੈ ਜਿਹੜੀ ਮੇਨ ਉਹ ਗੱਲ ਹੈ ਕਿ ਮੈਨੂੰ ਲੱਗਦਾ ਵੀ ਇਹ ਅਕਾਲੀ ਦਲ ਦਾ ਹੁਣ ਸਾਥ ਛੱਡਣਗੇ, ਇਹ ਡਾਇਰੈਕਟ ਆਪਣਾ ਹੁਣ ਵਿੰਗ ਖੜਾ ਕਰਨਗੇ, ਕਿਉਂਕਿ ਉਹਦੇ ਵਿੱਚ ਇਹ ਕਾਮਯਾਬੀ ਇਹਨਾਂ ਨੂੰ, ਕਿਉਂਕਿ ਤਕੜੇ ਹੋ ਰਹੇ ਨੇ ਨਾ ਬਾਕੀ। ਵੈਸੇ ਵੀ ਅਕਾਲੀ ਦਲ ਦਾ ਕੋਈ ਇੰਗੇਜਮੈਂਟ ਕੋਈ ਰਹਿ ਨਹੀਂ ਗਈ ਹੈ, ਲੋਕਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੈ ਉਹਨਾਂ ਤੋਂ, ਉਹ ਕੰਮ ਚੱਲਣਾ ਨਹੀਂ ਹੈ ਇਹਨਾਂ ਦਾ, ਚੱਲਣਾ ਨਹੀਂ ਹੈ। ਸੋ ਬੜਾ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਇੰਟਰਸਟਿੰਗ ਹੋਊਗਾ, ਔਰ ਜਿਹੜੇ ਲੋਕ ਨੇ ਕਿਸਾਨ ਮਜ਼ਦੂਰਾਂ ਨੇ ਉਹਨਾਂ ਦੇ ਵਾਸਤੇ ਔਖਾ ਵੀ ਹੋਊਗਾ ਤੇ ਲੜਨਾ ਵੀ ਪਊਗਾ। ਬਿਲਕੁਲ ਜੀ, ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ, ਅਲਵਿਦਾ। ਸੁਣਨਾ ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ, ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab।